ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰਦ ਫਕੀਰ ਇਹਨਾਂ ਚ ਕੋਈ ਗਾਇਆ? ਕਹਿੰਦਾ ਨਹੀਂ। ਮੈਂ ਕਿਹਾ ਜਗਨਾਮਾ ਸਿੰਘਾਂ ਦੇ ਫਰੰਗੀਆਂ ਚ ਕੁਛ ਗਾਇਆ? ਕਹਿੰਦਾ ਨਹੀਂ। ਮੈਂ ਕਿਹਾ ਫਿਰੋਜ਼ਦੀਨ ਸ਼ਰਫ ਗਾਇਆ, ਉਸਤਾਦ ਦਾਮਨ ਗਾਇਆ? ਕਹਿੰਦਾ ਨਹੀਂ। ਤੇ ਮੈਂ ਕਿਹਾ ਜੇ ਗਾਇਆ ਬਿੱਟੂ ਸਾਈਕਲ ਵਾਲਾ, ਤੇ ਫਿਰ ਮੈਂ ਕਿਹਾ ਉਹ ਤੋਂ ਲੈ ਲਿਆ ਜਾ ਕੇ ਨਾ, ਮੇਰੇ ਤੋਂ ਕੀ ਭਲਦਾ। ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਗਤਾਰ। ਪੰਜਾਬੀ ਪੋਡਕਾਸਟ ਦੇ ਵਿੱਚ ਅਸੀਂ ਅਗਲੀ ਗੱਲਬਾਤ ਕੀਤੀ ਆ ਗੁਰਭਜਨ ਗਿੱਲ ਹੋਣਾ ਦੇ ਨਾਲ, ਬਹੁਤ ਸਾਰੇ ਸਾਹਿਤਕਾਰਾਂ ਦੇ ਨਾਲ, ਕਵੀਆਂ ਦੇ ਨਾਲ, ਲੇਖਕਾਂ ਦੇ ਨਾਲ, ਨਾਵਲਕਾਰਾਂ, ਕਹਾਣੀਕਾਰਾਂ ਦੇ ਨਾਲ, ਸੰਗੀਤਕਾਰਾਂ ਦੇ ਨਾਲ, ਗਾਇਕਾਂ ਦੇ ਨਾਲ। ਉਹਨਾਂ ਦਾ ਵਾਹ ਹੀ ਨਹੀਂ ਰਿਹਾ, ਸਗੋਂ ਉਹਨਾਂ ਦੀ ਬੜੀ ਗੂੜੀ ਮਿੱਤਰਤਾ ਰਹੀ ਆ। ਸਾਡੇ ਆਪਣੇ ਗੁਰੂ ਜੀ ਸ਼੍ਰੀ ਜਸਵੰਤ ਸਿੰਘ ਭੰਬਰਾ ਜੀ ਦੇ ਨਾਲ ਉਹਨਾਂ ਨੇ ਹਜ਼ਾਰਾਂ ਘੰਟੇ ਬਿਤਾਏ ਹੋਏ ਆ। ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੇਰੇ ਕਹੇ 'ਤੇ ਜ਼ਰੂਰ ਸੁਣਨਾ, ਤੁਹਾਨੂੰ ਇਹਦੇ ਵਿੱਚੋਂ ਪੰਜਾਬ ਅਤੇ ਪੰਜਾਬੀ ਦੀ ਅਸਲੀ ਤਸਵੀਰ ਲੱਭੂਗੀ। ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ। ਗਿੱਲ ਸਾਹਿਬ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਸਤਿ ਸ੍ਰੀ ਅਕਾਲ ਸੰਤਾਰ, ਬੜਾ ਚੰਗਾ ਲੱਗਿਆ ਭਰਾਵਾ ਤੇਰੇ ਨਾਲ ਗੱਲ ਕਰਨਾ, ਤੇ ਇੰਜ ਲੱਗਦਾ ਜਿਵੇਂ ਨਿਰਮਲ ਜਲ ਦਾ ਘੁੱਟ ਭਰ ਲਈ। ਨਹੀਂ ਜੀ, ਬਹੁਤ ਖੁਸ਼ੀ ਹੁੰਦੀ ਸਦਾ ਤੁਹਾਡੇ ਨਾਲ ਗੱਲ ਕਰਕੇ। ਅਤੇ ਇੱਕ ਜਿਹੜੀ ਮੇਨ ਗੱਲ ਆ ਜੀ, ਕਿ ਕੋਈ ਚੀਜ਼ ਅਸੀਂ ਪੜ੍ਹ ਲਈਏ, ਕੋਈ ਤੁਸੀਂ ਪੰਜਾਬੀ ਸਾਹਿਤ ਦਾ ਇਤਿਹਾਸ ਪੜ੍ਹ ਲਓ, ਕੋਈ ਗੱਲ ਪੜ੍ਹ ਲਓ, ਉਹਦੇ ਵਿੱਚ ਜੇਕਰ ਆ ਜਾਂਦਾ ਕਿ ਫਲਾਨੇ ਥਾਂ ਇੱਕ ਮੀਟਿੰਗ ਹੋਈ ਸੀ, ਉਹਦੇ ਵਿੱਚ ਤੁਸੀਂ ਵੀ ਨਾਲ ਸੀ। ਉਹ ਕਹਿੰਦੇ ਨੇ ਨਾ, ਨਾਈ ਬੱਤੋ ਵਾਲਦਾ ਇਹੀ ਗੱਲਾਂ ਭਾਲਦਾ, ਇਸ ਤੇ ਪ੍ਰਭਾ ਜਿਉ ਜੰਮੇ ਆ, ਇਸੇ ਹੁਲਾਰੇ ਚ ਤੁਰੇ ਫਿਰਦੇ ਆ। ਹਾਂ ਹਾਂ, ਨਹੀਂ ਤੁਹਾਡੇ ਕੋਲ ਇਤਿਹਾਸ ਸਾਰਾ ਤੁਹਾਡੇ ਅੰਦਰ ਸਾਂਭਿਆ ਪਿਆ, ਤੇ ਸਾਰੀ, ਵੈਸੇ ਤਾਂ ਸਾਰੀ ਦੁਨੀਆਂ ਨੂੰ ਪਤਾ ਹੀ ਹੈ ਕਿ ਤੁਸੀਂ 20 ਤੋਂ ਵੱਧ ਆਪਣੀ ਕਵਿਤਾ ਦੀਆਂ ਕਿਤਾਬਾਂ ਲਿਖੀਆਂ, ਤੁਹਾਡੀ ਤੁਸੀਂ ਆਲੋਚਨਾ ਬਹੁਤ ਲਿਖੀ ਆ, ਵਾਰਤਕ ਬਹੁਤ ਲਿਖੀ ਆ। ਅਸਲ ਸੰਸਾਰ ਹੁੰਦਾ ਪਤਾ ਕੀ ਹੈ, ਇਹ ਨਾ ਤਾਂ ਕੋਈ ਜ਼ਬਾਨ ਲਈ ਕਰਦਾ ਹੈ, ਤੇ ਨਾ ਕੋਈ ਕਰਦਾ ਹੈ ਸਾਹਿਤ ਵਾਸਤੇ। ਇਹ ਸਾਰਾ ਹੀ ਜਿਹੜਾ ਸਿਲਸਿਲਾ ਨਾ, ਇਹ ਰੂਹਾਂ ਦੇ ਆਪਣੇ ਜਿਹੜੇ ਖੁਰਾਕਾਂ ਦੇ ਸਿਲਸਿਲੇ ਨਾ, ਜਿਹੜੇ ਬੰਦਾ ਮਿਥ ਲੈਂਦਾ ਕਿ ਮੈਂ ਕੀ ਖਾਣਾ ਹੈ, ਹਾਂ ਉਹ ਉੱਥੋਂ ਤੋਂ ਗੱਲ ਸ਼ੁਰੂ ਹੁੰਦੀ ਹੈ। ਹਾਂਜੀ, ਅਸੀਂ ਲੋਕ ਜਿਹੜੇ ਰਾਵੀ ਦੇ ਕੰਢੇ ਜੰਮੇ ਜਾਏ ਆ ਨਾ, ਖਾਸ ਕਰਕੇ ਗੁਰਦਾਸਪੁਰ ਦੇ ਤੇ ਪਰਲੇ ਪੰਨੇ ਸਿਆਲਕੋਟ ਦੇ ਜੰਮੇ ਜਾਏ ਲੋਕ ਆ, ਹਾਂਜੀ, ਸਾਡੀਆਂ ਰੂਹਾਂ ਚ ਕਿਤੇ ਨਾ ਕਿਤੇ ਕਾਦਰ ਯਾਰ ਦਾ ਪੂਰਨ ਬੋਲਦਾ, ਕਿਤੇ ਸ਼ਿਵ ਕੁਮਾਰ ਬੋਲਦਾ, ਕਿਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਪੈੜਾਂ ਬੋਲਦੀਆਂ ਨੇ, ਕਿਤੇ ਸਾਡੇ ਚ ਪ੍ਰਿੰਸੀਪਲ ਸੁਜਾਨ ਸਿੰਘ ਬੋਲਦਾ, ਕਿਤੇ ਸਾਡੇ ਚ ਆ ਕੇ ਤੇ ਜਸਵੰਤ ਸਿੰਘ ਰਾਹੀ ਬੋਲਣ ਲੱਗ ਜਾਂਦਾ, ਹਾਂਜੀ, ਕਿਤੇ ਲੰਮੀ ਹੇਕ ਵਾਲਾ ਅਮਰਜੀਤ ਗੁਰਦਾਸਪੁਰੀ ਸਾਨੂੰ ਸੁੱਤਿਆਂ ਨੂੰ ਜਗਾਉਂਦਾ, ਤੇ ਉਹ ਸਾਰਾ ਸਿਲਸਿਲਾ ਜਿਹੜਾ ਨਾ ਘੁਲ ਘੜ ਕੇ, ਮਤਲਬ ਸਮਝ ਲਓ ਵੀ ਜਿੱਥੇ ਰਾਵੀ ਦਾ ਪਾਣੀ ਪੈ ਗਿਆ ਉੱਥੇ ਸੁਰ ਸ਼ਬਦ ਤੇ ਸੰਸਕਾਰ ਜਿਹੜੇ ਨੇ ਉਹ ਉੱਥੇ ਉੱਗਣੇ ਉੱਗਣੇ। ਫਿਰ ਵੀ ਜੀ, ਜਿਹੜਾ ਜਿੰਨਾ ਵੀ ਤੁਹਾਡਾ ਹਰ ਥਾਂ ਜਿਹੜਾ ਯੋਗਦਾਨ ਆ, ਉਹ ਜਾਣੀ ਕਿ ਬਹੁਤ ਬੜਾ ਬੜਾ ਯੋਗਦਾਨ ਤੁਸੀਂ ਕੀਤਾ, ਪਰ ਮੈਨੂੰ ਪਹਿਲਾਂ ਇਹ ਗੱਲ ਦੱਸੋ ਕਿ ਤੁਸੀਂ ਬਟਾਲੇ ਤੋਂ ਲੁਧਿਆਣੇ ਕਿੱਦਾਂ ਆਏ? ਮੈਂ ਲੁਧਿਆਣੇ ਤੋਂ ਪਿੰਡ ਕਿਵੇਂ ਜਾਂਦਾ ਇਹ ਪੁੱਛਿਆ ਕਰ, ਕਿਉਂਕਿ ਨਹੀਂ, ਮੈਂ ਬਹੁਤ ਪੁਰਾਣੀ ਗੱਲ ਕਰਦਾ ਹੁਣ 1970 ਦੀ। ਮੈਂ ਉਹ ਜਿਵੇਂ ਨਾ, ਮੈਂ ਇੱਕ ਵਾਰੀ ਤੁਹਾਡੇ ਅਮਰੀਕਾ ਚ ਮੈਨੂੰ ਕਿਤੇ ਲੱਗੇ ਕਹਿਣ ਜੀ ਬ੍ਰੇਨ ਡਰੇਨ ਹੋ ਗਿਆ ਜੀ, ਬ੍ਰੇਨ ਡਰੇਨ ਹੋ ਗਿਆ ਜੀ, ਸਾਰਾ ਪੰਜਾਬ ਖਾਲੀ ਹੋ ਗਿਆ ਜੀ, ਉਹ ਮੈਂ ਕਿਹਾ ਮੇਰੇ ਯਾਰ ਹੀ ਬੈਠੇ ਸੀ ਸਾਰੇ ਗੁੱਸਾ ਕਰਨ ਵਾਲੇ, ਵਿੱਚੋਂ ਕੋਈ ਵੀ ਨਹੀਂ ਸੀ। ਮੈਂ ਕਿਹਾ ਤੁਹਾਡੇ ਚੋਂ ਅੱਧੇ ਉਹ ਨੇ ਜਿਹੜੇ ਘਰਦਿਆਂ ਨੇ ਦਫ਼ਾ ਕੀਤੇ ਹੋਏ ਨੇ ਪੈਸੇ ਦੇ ਕੇ, ਵੀ ਤੁਸੀਂ ਯਾਰ ਇੱਥੇ ਕਲੇਸ਼ ਪਾਉਂਦੇ ਹੋ ਤੇ ਤੁਸੀਂ ਜਾਓ ਅਮਰੀਕਾ ਜਾਓ, ਕੈਨੇਡਾ ਜਾਓ। ਮੈਂ ਕਿਹਾ ਤੁਸੀਂ ਏਡਾ ਨਾ ਬ੍ਰੇਨ ਡਰੇਨ ਬਣ ਜਾਓ, ਇਹੋ ਕੰਮ ਮੇਰੇ ਨਾਲ ਹੋਇਆ ਸੀ। ਅੱਛਾ ਜੀ, ਜਦੋਂ ਮੈਂ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਚ ਪੜ੍ਹਦਾ ਸੀ, 1970 ਚ ਕਾਲਜ ਸ਼ੁਰੂ ਹੁੰਦਾ, ਤੇ ਮੈਂ ਪਹਿਲੇ ਸਾਲ ਦਾ ਪਹਿਲਾ ਵਿਦਿਆਰਥੀ ਸੀ, ਤੇ ਦੂਸਰੇ ਸਾਲ ਹੀ ਸਾਡਾ ਕੋਈ ਕਲੇਸ਼ ਪੈ ਗਿਆ ਉੱਥੇ, ਤੇ ਸੱਚੀ ਗੱਲ ਦੇ ਵੀ ਘਰਦਿਆਂ ਨੇ ਮੈਨੂੰ ਲੁਧਿਆਣੇ ਵੱਡੇ ਭਰਾ ਕੋਲ ਦਫ਼ਾ ਕੀਤਾ ਸੀ। ਸੱਚੀ ਸੱਚੀ ਗੱਲ ਤੇ ਹੈਗੀ ਬਈ, ਉਹਦੀ ਜੁੱਤੀ ਤਗੜੀ ਉਹ ਇਹਨੂੰ ਸਿੱਧਾ ਕਰੇਗਾ, ਤੇ ਵਿਚਕਾਰ ਲੈ ਭਾਜੀ ਜਿਵੇਂ ਤੂੰ ਵਿਚਕਾਰ ਲੈ ਮਨਮੋਹਨ ਵੱਡਾ, ਉਹ ਮਨਮੋਹਨ ਦੀ ਥਾਂ ਤੇ ਸੀ ਮੇਰੇ ਵੱਡੇ ਭਾਜੀ ਜਸਵੰਤ ਸਿੰਘ ਗਿੱਲ, ਇੱਥੇ ਖਾਲਸਾਕਾਰੀ ਪੜ੍ਹਾਉਂਦੇ ਸੀ, ਜਿਹਦੇ ਕਰਕੇ ਮੈਂ ਲੁਧਿਆਣੇ ਆਉਣਾ ਪੈ ਗਿਆ। ਹਾਂ ਹਾਂ, ਮੈਂ ਉਦੋਂ ਦੋ ਕਲਾਸਾਂ ਪੜ੍ਹ ਕੇ ਨਾ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਤੋਂ, ਹਾਂਜੀ, ਤੇ ਬੀ ਏ ਪਾਰਟ 2 ਚ ਲੁਧਿਆਣੇ ਆਇਆ ਸੀ। ਅੱਛਾ ਜੀ, ਹਾਂ, 1971 ਚ ਅਗਸਤ ਚ, ਤੇ ਹੁਣ ਤਾਂ ਫੇਰ ਤਾਂ ਲੁਧਿਆਣਾ ਹੀ ਹੋ ਗਿਆ ਜੀ। ਹਾਂਜੀ,
ਮਤਲਬ ਹੱਡਾਂ ਦੇ ਵਿੱਚ ਰੱਜਦਾ ਜੀ ਓਪਰਿਆਂ ਦਾ ਸ਼ਹਿਰ ਉਹ ਗੱਲ ਹੈ। ਹਾਂ ਨਹੀਂ ਇੱਕ ਬੰਦੇ ਦੇ ਨਾ ਜਿਹੜਾ ਇਹ ਤਾਂ ਹੈ ਕਿ ਜਿਹੜੇ ਸਾਡੇ ਨਾ ਬਚਪਨ ਦੇ ਵਿੱਚ ਜਿੱਥੋਂ ਸਾਡਾ ਮੋਲਡ ਬਣਿਆ ਉਹ ਤਾਂ ਸਾਡੇ ਨਾਲ ਹੀ ਤੁਰਦਾ ਜੀ ਜਿੱਥੇ ਮਰਜ਼ੀ ਤੁਸੀਂ ਚਲੇ ਜਾਓ। ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਨੇ ਬੰਦੇ ਦਾ ਮੂਲ ਧਨ ਨਹੀਂ ਖੁਰਨਾ ਚਾਹੀਦਾ, ਵਿਆਜ ਦੀ ਕਮਾਈ ਦਾ ਕਾਹਦਾ ਮਾਣ ਹੈ। ਹਾਂ ਸੋ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ 18 ਸਾਲ ਮੇਰੇ ਪਹਿਲੇ ਨੇ ਉਹ ਤਾਂ ਮੇਰਾ ਹੈਗਾ ਮੂਲ ਧਨ। ਹਾਂ ਹਾਂ ਤੇ ਇਹ ਸਾਰੇ 55 ਸਾਲ ਨੇ ਵਿਆਜ ਦੇ, ਉਹ ਮੂਲ ਧਨ ਨਹੀਂ ਮੈਂ ਖੁਰਨ ਦਿੱਤਾ ਹੁਣ। ਹਾਂ ਨਹੀਂ ਤੁਸੀਂ ਸਾਨੂੰ ਦੇਖ ਲਓ, ਤੁਸੀਂ ਦੇਖ ਲਓ ਭਈ ਅਸੀਂ 90 ਦੇ ਜੀ ਆਏ ਹਾਂ ਕੈਨੇਡਾ, ਜਿਹੜਾ ਜਿਹੜਾ ਅਸੀਂ ਹੁਣ ਜਿਹੜਾ ਜਾਂਦੇ ਹਾਂ ਪੰਜਾਬ ਦੇ ਵਿੱਚ ਜਦੋਂ ਜਾਂਦੇ ਵੀ ਤੁਸੀਂ ਹੁਣ ਜੇ ਤੁਸੀਂ ਕਹਿੰਦੇ ਆ ਹੁਣ ਤੁਹਾਨੂੰ ਕਮਲ ਹੋਣੀ ਤੁਸੀਂ ਕਹਿੰਦੇ ਸੀ ਪਹਿਲਾਂ ਆਪਾਂ ਗੱਲ ਕਰਦੇ ਸੀ ਥੋੜੇ ਦਿਨ ਪਹਿਲਾਂ ਦਰਸ਼ਨ ਬੁੱਟਰ ਦੇ ਭਤੀਜੇ ਦਾ ਵਿਆਹ ਸੀ। ਹਾਂਜੀ ਉੱਥੇ ਅਸੀਂ ਇਕੱਠੇ ਸਾਂ। ਹਾਂ ਇਹ ਪੰਜਾਬ ਦੇਖਣਾ ਹੋਰ ਤਰ੍ਹਾਂ ਹੁੰਦਾ ਜੀ, ਪਰ ਜਿਸ ਪੰਜਾਬ ਦੀ ਅਸੀਂ ਵਾਰ ਵਾਰ ਗੱਲ ਕਰਦੇ ਹਾਂ ਉਹ ਤਾਂ ਅਸੀਂ ਬਚਪਨ 'ਚ ਹੀ 17-18 ਸਾਲ ਦੇਖ ਲਿਆ, ਬਸ ਉਹੀ ਆ ਜੀ ਉਹੀ ਭੋਰ ਭੋਰ ਕੇ ਖਾਈਦਾ। ਮੈਂ ਨਾ ਇੱਕ ਤੁਹਾਡੀ ਕਵਿਤਾ ਪੜ੍ਹਦਾ ਸੀ, ਸਾਡੇ ਹੁੰਦੇ ਸੁਣਦਿਆਂ ਪੰਜਾਬ ਗਿਆ ਠੱਗਿਆ, ਹਾਂਜੀ ਠੱਗਿਆ ਵੀ ਏਦਾਂ ਸਾਨੂੰ ਪਤਾ ਵੀ ਨਾ ਲੱਗਿਆ, ਹਾਂਜੀ ਗਜ਼ਲ ਸੀ ਆ ਤੁਹਾਡੀ, ਹਾਂਜੀ ਗਜ਼ਲ ਹੈ ਮੇਰੀ ਨਵੀਂ ਕਿਤਾਬ 'ਚ। ਹਾਂ 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 ਸੁਰਤਾਲ 'ਚ। ਤੇ ਮੈਂ ਇਹ ਸੋਚਦਾ ਸੀ ਕਿ ਉਹਦੇ ਵਿੱਚ ਤੁਸੀਂ ਭਾਸ਼ਾ ਦੀ ਗੱਲ ਕੀਤੀ ਕਿ ਨਵੇਂ ਸ਼ਬਦ ਜਿਹੜੇ ਆਉਂਦੇ ਆ, ਪਰ ਮੈਂ ਇਹ ਸੋਚਦਾ ਸੀ ਕਿ ਉੱਦਾਂ ਅਸਲ ਵਿੱਚ ਗੱਲ ਇਹ ਨਹੀਂ ਹੈ ਕਿ ਜਿਹੜੇ ਸਾਡੀ ਜ਼ਿੰਦਗੀ 'ਚ ਸ਼ਬਦ ਆਉਂਦੇ ਆ ਨਵੇਂ ਸਾਨੂੰ ਉਹਨਾਂ ਦਾ ਹੀ ਦੁੱਖ ਹੁੰਦਾ, ਕਿਉਂਕਿ ਜਿਹੜੀ ਸਾਡੀ ਜਨਰੇਸ਼ਨ ਤੋਂ ਪਹਿਲੇ ਆਏ ਉਹ ਅਸੀਂ ਬੜੇ ਸੋਹਣੇ ਅਡੋਪਟ ਕਰ ਲੈਂਦੇ ਹਾਂ। ਨਹੀਂ ਸਾਡੀ ਜਨਰੇਸ਼ਨ 'ਚ ਜਿਹੜੇ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਪ੍ਰਵਾਨ ਕਰਦੇ ਹਾਂ, ਆਪਣੇ ਮੂੰਹਾਂ ਤੇ ਮਨਾਂ ਤੇ ਚੜਾਉਂਦੇ ਹਾਂ। ਹੁਣ ਜਿਵੇਂ ਜਦੋਂ ਅਸੀਂ ਜਵਾਨ ਹੋਏ ਹਾਂ ਤੇ ਉਦੋਂ ਟਿਊਬਵੈਲ ਨਵਾਂ ਨਵਾਂ ਆਇਆ, ਹਾਂਜੀ ਤੇ ਜਦੋਂ ਮਤਲਬ ਤੁਹਾਨੂੰ ਯਾਦ ਹੋਣਾ ਇੱਕ ਹਰਚਰਨ ਗਰੇਵਾਲ ਦਾ ਗੀਤ ਸੀ ਸੁਰਿੰਦਰ ਸੀਮਾ ਨਾਲ, ਕਿ ਹੁਣ ਮੇਰੇ ਬਾਪੂ ਨੇ ਘਰ ਨਲਕੇ ਤੇ ਮੋਟਰ ਲਾ ਲਈ, ਹਾਂਜੀ ਹਾਂਜੀ ਮਿੱਤਰਾਂ ਦੇ ਟਿਊਬਵੈਲ ਤੇ, ਉਹ ਟਿਊਬਵੈਲ ਨਹੀਂ ਸੀ ਉਹ ਟਿਊਬਵੈਲ ਹੈ, ਹਾਂਜੀ ਅੱਛਾ ਮਾਝੇ ਸਾਡੇ ਉਸੇ ਨੂੰ ਬੰਬੀ ਕਹਿਣ ਲੱਗ ਗਏ, ਬੰਬੂ ਬਾਂਸ ਹੈ ਬਿਲਕੁਲ, ਤੇ ਉਹ ਬਾਂਸ ਦੀ ਨਾਲ ਬਣਾ ਕੇ ਥੱਲੇ ਵਹਾਉਂਦੇ ਹੁੰਦੇ ਸੀ ਜਦੋਂ ਬੋਰ ਕਰਦੇ ਸੀ, ਬਿਲਕੁਲ ਤੇ ਉਹ ਬੰਬੀ ਬਣ ਗਈ ਸਾਡੇ, ਇੱਧਰ ਟਿਊਬਵੈਲ ਬਣ ਗਿਆ। ਸੋ ਇਸ ਕਰਕੇ ਜਿਹੜਾ ਇਹ ਇੱਕ ਸ਼ਬਦਾਂ ਦਾ ਮਤਲਬ ਘਾਸੀ ਪਾ ਪਾ ਕੇ ਜਦੋਂ ਚੀਜ਼ ਨੂੰ ਅਸੀਂ ਵਰਤਣ ਲੱਗ ਜਾਂਦੇ ਹਾਂ ਤੇ ਚੀਜ਼ ਸਾਨੂੰ ਆਪਣੀ ਲੱਗਣ ਲੱਗ ਜਾਂਦੀ ਹੈ। ਹੁਣ ਜਿਹੜੀ ਰੇਤ ਆਪਾਂ ਦਰਿਆਵਾਂ ਤੋਂ ਕੱਢਦੇ ਹਾਂ ਹੁੰਦੇ ਤੇ ਉਹ ਪੱਥਰ ਹੀ ਨਾ ਤੋਂ ਘਸ ਕੇ ਆਏ ਹੋਏ, ਹਾਂਜੀ 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 ਤੇ ਜੇ ਉਹ ਕੰਕਰ ਜਿਹੜੇ ਨੇ, ਜੇ ਮੇਰਾ ਖਿਆਲ ਹੈ ਵੀ ਸਭ ਤੋਂ ਪਹਿਲਾਂ ਛਾਣਾ ਆਪਾਂ ਕੰਕਰਾਂ ਨੂੰ ਲਾਉਂਦੇ ਹਾਂ ਜਦੋਂ ਕਿ ਰੇਤਾ ਛਾਣ ਕੇ ਆਪਾਂ ਵਰਤਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਕਿਰਕ ਆ ਜਾਂਦੀ ਜਦੋਂ ਤੁਹਾਡੀ ਜੀਭ ਥੱਲੇ, ਹਾਂਜੀ ਉਹ ਰੇਤ ਦਾ ਕਣ ਵੀ ਤੁਹਾਨੂੰ ਬੁਰਾ ਲੱਗਣ ਲੱਗ ਜਾਂਦਾ ਜੇ ਰਲ ਜੇ ਤਾਂ। ਸੋ ਜ਼ੁਬਾਨ ਦੇ ਸਿਲਸਿਲੇ ਚ ਵੀ ਜਿਹੜਾ ਪੀਸਿਆ ਹੋਇਆ ਬਰੀਕ ਆਟਾ ਨਾ ਜਦੋਂ ਖਾਣ ਦੀ ਆਦਤ ਪੈ ਜਾਂਦੀ ਸਾਨੂੰ ਤੇ ਉਹ ਸਾਡੀ ਖੁਰਾਕ ਤੋਂ ਉਹੀ ਬਣਦੀ ਹੈ, ਜਦੋਂ ਵਿੱਚ ਕਿਰਕ ਆ ਜਾਂਦੀ ਹੈ ਸਾਨੂੰ ਬੇਸਵਾਦੀ ਲੱਗਦੀ ਹੈ, ਤੇ ਉਹਦੇ ਲਈ ਪਹਿਰੇਦਾਰੀ ਕਰਨ ਦੀ ਏਡੀ ਲੋੜ ਨਹੀਂ ਹੁੰਦੀ ਵੀ ਚੌਕੀਦਾਰੀ ਕਰੀ ਜਾਓ ਹਰ ਵੇਲੇ ਵੀ ਸ਼ਬਦ ਫਲਾਣਾ ਆਉਣ ਨਹੀਂ ਦੇਣਾ ਫਲਾਣਾ ਆਉਣ ਨਹੀਂ ਦੇਣਾ, ਏਦਾਂ ਨਹੀਂ ਹੁੰਦਾ। ਜਿਹੜਾ ਸਹਿਜ ਸੁਭਾਅ ਜਾਂਦਾ ਉਹਨੂੰ ਤੁਸੀਂ ਉਹਨੂੰ ਦੀ ਖਾਰਜ ਨਹੀਂ ਕਰ ਸਕਦੇ, ਨਾ ਹੀ ਕਰਨਾ ਚਾਹੀਦਾ। ਇਹ ਵਿਕਾਸ ਦੀਆਂ ਨਿਸ਼ਾਨੀਆਂ ਨੇ ਜ਼ੁਬਾਨ ਦੀਆਂ ਕਿ ਨਾਲੇ ਨਾਲੇ ਜਿਹੜਾ ਮੈਂ ਇਸ ਵੇਲੇ ਝੱਗਾ ਪਾਇਆ ਇਹ ਝੱਗਾ ਵੀ ਮੇਰਾ ਲਫ਼ਜ਼ ਨਹੀਂ, ਹਾਂਜੀ ਹਾਂ ਪਜਾਮਾ ਵੀ ਮੇਰਾ ਨਹੀਂ, ਹਾਂ ਬੀੜਾ ਜਿਹਨੂੰ ਬਟਨ ਕਹਿਣ ਲੱਗੇ ਬੀੜਾ ਵੀ ਮੇਰਾ ਨਹੀਂ, ਹਾਂਜੀ ਦਸਤਾਰ ਵੀ ਮੇਰੀ ਨਹੀਂ, ਹਾਂਜੀ ਅੱਛਾ ਕੋਟ ਵੀ ਮੇਰਾ ਨਹੀਂ, ਪੈਂਟ ਵੀ ਮੇਰੀ ਨਹੀਂ, ਟਾਈ ਵੀ ਮੇਰੀ ਨਹੀਂ, ਪੰਜਾਬ ਵੀ ਮੇਰਾ ਨਹੀਂ, ਪੰਜਾਬੀ ਵੀ ਮੇਰੀ ਨਹੀਂ, ਹਾਂਜੀ ਸਹੀ ਗੱਲ ਹੈ ਪਰ ਜੇ ਕੋਈ ਅਸਲੀ ਪੁੱਛੇ ਤੁਹਾਨੂੰ ਡਾਕਟਰ ਨੂੰ ਤੁਸੀਂ ਜਾ ਕੇ ਪੁੱਛੋ ਨਾ ਕਿ ਜਦੋਂ ਮੈਂ ਬਟਾਲੇ ਹੁੰਦਾ ਸੀ ਉਹਦੇ ਵਿੱਚੋਂ ਮੇਰਾ ਕੀ ਰਹਿੰਦਾ, ਤੇ ਉਹਨਾਂ ਨੇ ਕਹਿਣਾ ਕੁਛ ਵੀ ਨਹੀਂ ਰਹਿੰਦਾ,
ਤੁਹਾਡੇ ਸਾਰੇ ਸੈੱਲ ਬਦਲ ਚੁੱਕੇ ਸਰੀਰ ਦੇ ਉਦੋਂ ਦੇ, ਜੋ ਕੁਛ ਵੀ ਤੁਹਾਡੇ ਅੰਦਰ ਸੀਗਾ ਸਾਰੀਆਂ ਚੀਜ਼ਾਂ ਜੋ ਵੀ ਬਟਾਲੇ ਦਾ ਸੀਗਾ ਉਹ ਜਾਣੀ ਕਿ ਖਤਮ ਹੋ ਚੁੱਕਾ, ਪਰ ਤੁਸੀਂ ਫਿਰ ਵੀ ਉਹੀ ਆ। ਸਾਡੀ ਹਾਲਤ ਇਹ ਆ ਕਿ ਜੇ ਸਾਡੇ ਘਰ ਜਿਹੜਾ ਆ ਜਾਓ ਸਾਡਾ ਜੀ ਹੈ। ਹਾਂ ਬਸ ਆਹ ਗੱਲ, ਇਹ ਬੋਲੀ ਬਣਦੀ ਇੱਦਾਂ ਜੀ। ਮੇਜ਼ਬਾਨੀ ਜਿੰਨੀ ਪੰਜਾਬ ਨੇ ਕੀਤੀ ਹੈ ਨਾ, ਹਾਂਜੀ, ਇਕੱਲਾ ਧਾੜਵੀ ਨੂੰ ਡੇਲੇ ਕੱਢੇ ਨੇ, ਬਾਕੀ ਸਾਰਾ ਕੁਛ ਅਸੀਂ ਪ੍ਰਵਾਨ ਕੀਤਾ। ਹਾਂ ਹਾਂ, ਤਾਂ ਸਾਡਾ ਟਕਰਾਓ ਜਿਹੜਾ ਧਾੜਵੀ ਦੇ ਧਾੜੇ ਨਾਲ ਹੈ, ਹਾਂਜੀ ਨਾਲ ਹੈ, ਸਾਡਾ ਉਹਦੇ ਧਰਮ ਨਾਲ ਟਕਰਾਓ ਕੋਈ ਨੀ। ਹਾਂਜੀ, ਜੇ ਉਹ ਧਰਮੀ ਬਣ ਕੇ ਸਾਡੇ ਨਾਲ ਵਿਚਰਦਾ ਤਾਂ ਅਸੀਂ ਤੇ ਉਹਨੂੰ ਕੁਛ ਵੀ ਨੀ ਕਹਿੰਦੇ। ਨਹੀਂ, ਤੇ ਜਦੋਂ ਧਾੜਵੀ ਬਣ ਕੇ ਧਾੜਾ ਮਾਰਦਾ ਸਾਡੇ ਹੱਕਾਂ ਤੇ, ਡਾਕਾ ਮਾਰਦਾ ਜਾਂ ਸਾਡੇ ਨਾਲ ਧੱਕਾ ਕਰਦਾ, ਹਾਕਮ ਦੀ ਜ਼ਬਾਨ ਨੇ ਤੁਹਾਡੇ ਘਰਾਂ ਦਰਾਂ ਦੇ ਵਿੱਚ ਦਾਖਲਾ ਲੈਣਾ ਹੀ ਲੈਣਾ। ਜਦੋਂ ਸਾਡੀ ਮਹਾਰਾਜਾ ਰਣਜੀਤ ਸਿੰਘ ਤੱਕ ਸਾਰੀ ਜ਼ਬਾਨ ਹੀ, ਸਾਡੀ ਹਕੂਮਤ ਦੀ ਜ਼ਬਾਨ ਹੀ ਪਰਚਿੰਦ ਰਹੀ ਹੈ, ਫਾਰਸੀ ਰਹੀ ਹੈ, ਹਾਂਜੀ, ਤਾਂ ਸਾਡੇ ਮੂਲ ਧਨ ਨੇ ਵੀ ਉਹ ਚ ਖੁਰਨਾ ਸੀ। ਹਾਂਜੀ, ਉਹਦੇ ਵਿੱਚ ਸਾਡੇ ਈਵਨ ਸੂਬੇ ਦੇ ਨਾਂ ਵੀ ਤਬਦੀਲ ਹੋਣ ਦੇ ਵਿੱਚ ਬੜਾ ਵੱਡਾ ਰੋਲ ਹੈ ਫਾਰਸੀ ਸ਼ਬਦਾਵਲੀ ਦਾ। ਹਾਂਜੀ ਹਾਂ, ਅਸੀਂ ਪਹਿਲਾਂ ਤਾਂ ਸਪਤ ਸਿੰਧੂ ਹੀ ਸੀ ਨਾ। ਹਾਂਜੀ ਹਾਂਜੀ ਹਾਂ, ਫਿਰ ਪੰਚਨਦ ਵੀ ਰਹੇ ਹਾਂ। ਤੇ ਜੇ ਪੰਜਾਬ ਬਣਿਆ ਤਾਂ ਪੰਜਾਬ ਤੇ ਫਾਰਸੀ ਦਾ ਸਿਲਸਿਲਾ ਹੀ ਬਣਿਆ ਨਾ। ਇਸ ਕਰਕੇ ਸਾਨੂੰ ਇਹ ਵਿਸਾਰਨਾ ਨੀ ਚਾਹੀਦਾ ਕਿ ਹਕੂਮਤ ਦੀ ਜਿਹੜੀ ਜ਼ਬਾਨ ਆ, ਹਾਂਜੀ, ਉਹ ਸਾਨੂੰ ਹਮੇਸ਼ਾ ਆਪਣੇ ਅਸਰ ਥੱਲੇ ਲਿਆਏਗੀ 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 ਜੀ। ਇੱਕ ਮੈਨੂੰ ਜੀ ਉੱਥੇ ਹੋਰ ਗੱਲ ਯਾਦ ਆਈ ਆ, ਜੇ ਨਾ ਆਪਾਂ ਦੁਨੀਆਂ ਦੀਆਂ ਭਾਸ਼ਾਵਾਂ ਦੀ ਹਿਸਟਰੀ ਪੜ੍ਹੀਏ ਤੇ ਕਈ ਭਾਸ਼ਾਵਾਂ ਇੱਦਾਂ ਦੀਆਂ, ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਪੜ੍ਹਿਆ, ਜਿੱਦਾਂ ਕਿ ਟਰਕਿਸ਼ ਆ, ਹੁਣ ਜੀ ਤੁਰਕੀ ਦੀ ਭਾਸ਼ਾ ਆ, ਤੁਰਕੀ ਭਾਸ਼ਾ, ਤੇ ਅਸੀਂ ਤਾਂ ਇੱਦਾਂ ਸੋਚਣਾ ਕਿ ਯਾਰ ਉਹ ਤਾਂ ਬੜੀ ਕਮਾਲ ਦਾ ਦੇਸ਼ ਆ, ਉਹਨਾਂ ਦਾ ਆਪਣਾ ਕਲਚਰ ਆ ਤੇ ਉਹਨਾਂ ਦੀ ਆਪਣੀ ਭਾਸ਼ਾ ਵੀ ਆ। ਤੇ ਜਦੋਂ ਮੈਂ ਉਸ ਭਾਸ਼ਾ ਦਾ ਇਤਿਹਾਸ ਪੜ੍ਹਿਆ ਜੀ, ਉਹ ਬਿਲਕੁਲ ਹੀ ਸਰਕਾਰ ਵੱਲੋਂ ਇੱਕ ਤਰੀਕੇ ਨਾਲ ਠੋਸੀ ਹੋਈ ਭਾਸ਼ਾ ਹੀ, ਜਾਣੀ ਕਿ ਕੁਛ ਬੰਦਿਆਂ ਨੇ ਬਹਿ ਕੇ ਪਿਛਲੇ ਜਾਣੀ ਕਿ 40 ਸਾਲਾਂ 'ਚ ਹੀ ਬਣਾ ਦਿੱਤੀ। ਤੇ ਇਸੇ ਤਰੀਕੇ ਨਾਲ ਕੋਰੀਅਨ ਭਾਸ਼ਾ, ਇਸੇ ਤਰੀਕੇ ਨਾਲ ਜਪਾਨ ਦੇ ਵਿੱਚ ਜਿਹੜੀਆਂ ਦੋ ਭਾਸ਼ਾਵਾਂ ਨੇ, ਇੰਡੋਨੇਸ਼ੀਆ ਏਰੀਏ ਦੇ ਵਿੱਚ ਜਿੰਨੀਆਂ ਭਾਸ਼ਾਵਾਂ ਚੱਲ ਰਹੀਆਂ, ਸਵਾਹੀਲੀ ਅਫਰੀਕਾ 'ਚ ਚੱਲ ਰਹੀ ਆ, ਇਹ ਭਾਸ਼ਾਵਾਂ ਨੂੰ ਸਰਕਾਰਾਂ ਨੇ ਪਹਿਲਾਂ ਪੁਸ਼ ਕੀਤਾ ਆ ਨਿਕਲਿਆ। ਤੇ ਤੁਹਾਡੀ ਗੱਲ ਇਹ ਬਹੁਤ ਬੜੀ ਆ ਕਿ ਇੱਕ ਤਾਂ ਹਕੂਮਤ ਦੀ ਭਾਸ਼ਾ, ਇੱਕ ਜਿਹਨੂੰ ਹਕੂਮਤ ਜਿਸ ਭਾਸ਼ਾ ਨੂੰ ਜਿੱਦਾਂ ਚਾਹੇ ਉੱਦਾਂ ਉਹਨੂੰ ਬਦਲ ਵੀ ਸਕਦੇ ਆ। ਬੜਾ ਫਰਕ ਪੈਂਦਾ, ਤੁਸੀਂ ਗੱਲ ਹੋਰ ਨਾ ਵਿਸਾਰਿਓ ਕਦੇ ਵੀ ਵੀਰੇ, ਕਿ ਜਿਹੜੀ ਜਾਬਰ ਦੀ ਭਾਸ਼ਾ ਆ ਉਹ ਵੀ ਹੋਰ ਆ, ਤੇ ਨਾਬਰ ਦੀ ਭਾਸ਼ਾ ਜਿਹੜੀ ਉਹ ਦੁਨੀਆਂ ਭਰ ਚ ਇੱਕੋ ਆ। ਜਦੋਂ ਤੁਰਕੀ ਕਵੀ ਤੁਸੀਂ ਨਾਜ਼ਮ ਹਿਕਮਤ ਨੂੰ ਪੜ੍ਹਦੇ ਹੋ, ਜਾਂ ਗਾਰਸ਼ਾ ਲੋਰਕਾ ਨੂੰ ਪੜ੍ਹਦੇ ਹੋ, ਜਾਂ ਤੁਸੀਂ ਪੜ੍ਹਦੇ ਹੋ ਇਹਨੂੰ ਆਪਣੇ ਨੂੰ ਪਾਬਲੋ ਨਰੂਦਾ ਨੂੰ ਪੜ੍ਹਦੇ ਹੋ, ਜਾਂ ਆਪਣੇ ਪਾਸ਼ ਨੂੰ ਪੜ੍ਹਦੇ ਹੋ, ਜਾਂ ਤੁਸੀਂ ਕਿਸੇ ਨਾਬਰ ਨੂੰ ਪੜ੍ਹਦੇ ਹੋ, ਤਾਂ ਤੁਹਾਨੂੰ ਲੱਗਦਾ ਤੇ ਯਾਰ ਸਾਰੀ ਧਾਰਾ ਇੱਕੋ ਹੀ ਹੈ। ਹਾਂਜੀ, ਤੁਸੀਂ ਜਦੋਂ ਹਬੀਬ ਜ਼ਾਲਮ ਨੂੰ ਪੜ੍ਹਦੇ ਹੋ ਪਾਕਿਸਤਾਨ ਦੇ ਨੂੰ, ਜਾਂ ਤੁਸੀਂ ਕਿਸੇ ਉਸ ਸ਼ਾਇਰ ਨੂੰ ਪੜ੍ਹਦੇ ਹੋ ਜਿਹੜਾ ਨਾਬਰ ਹੈ, ਹਾਂਜੀ, ਤੇ ਮੈਨੂੰ ਕਈ ਵਾਰੀ ਲੱਗਦਾ ਤੁਹਾਨੂੰ ਤਾਂ ਬਹੁਤ ਰਲਦੀਆਂ, ਜਦੋਂ ਬਾਬਾ ਨਜ਼ਮੀ ਸੁਣਾਉਂਦਾ ਨਜ਼ਮ, ਜਾਂ ਸਾਡੇ ਅਸੀਂ ਸੰਤ ਰਾਮਦਾਸੀ ਨੂੰ ਪੜ੍ਹਦੇ ਹਾਂ, ਜਾਂ ਗੁਰਦਾਸ ਰਾਮ ਆਲਮ ਜੀ ਨੂੰ ਪੜ੍ਹਦੇ ਹਾਂ, ਤਾਂ ਲੱਗਦਾ ਕਿ ਯਾਰ ਇਹ ਨਾਬਰੀ ਦੀ ਭਾਸ਼ਾ, ਤੇ ਨਾਬਰੀ ਦੇ ਲਿਰਿਕ ਵੀ ਇੱਕੋ ਹੀ ਆ, ਉਹਦਾ ਸਰੋਤ ਵੀ ਇੱਕੋ ਹੀ ਹੈ। ਇੱਕੋ ਹੀ ਆ। ਜਿਹੜੀ ਸਿਆਸਤ ਦੀ ਜਾਂ ਬੰਦੇ ਨੂੰ ਪਾਵਰ ਦੀ ਭੁੱਖ ਆ, ਬੰਦੇ ਨੂੰ ਹੌਲੀ ਹੌਲੀ ਪਹਿਲਾਂ ਜ਼ਰੂਰਤਾਂ ਦੀ ਭੁੱਖ ਹੁੰਦੀ ਆ, ਅਤੇ ਫਿਰ ਜਦ ਜ਼ਰੂਰਤਾਂ ਪੂਰੀਆਂ ਹੋ ਜਾਣੀਆਂ, ਫਿਰ ਇੱਕ ਇਕੱਲੀ ਜ਼ਰੂਰਤ ਦੀ ਜ਼ਰੂਰਤ ਪੈ ਜਾਂਦੀ ਹੈ, ਇੱਕ ਉਹਨੂੰ ਤਾਕਤ ਦੀ ਇੰਨੀ ਜ਼ਰੂਰਤ ਪੈ ਜਾਂਦੀ ਆ ਕਿ ਉਹ ਕਿੰਨੇ ਜ਼ੁਲਮ ਕਰਨ 'ਤੇ ਉੱਤਰ ਆਉਂਦਾ, ਜਦੋਂ ਕਿ ਗੱਲ ਤਾਂ ਕੁਛ ਨਹੀਂ ਜੇ ਉਹ ਥੋੜ੍ਹਾ ਜਿਹਾ ਜ਼ੂਮ ਆਊਟ ਹੋ ਕੇ ਦੇਖੇ। ਨਹੀਂ, ਉਹਦੇ 'ਚ ਸੰਤਾਰ ਗੱਲ ਕਦੇ ਨਾ ਵਿਸਾਰੀਏ ਕਿ ਜਿਹੜੀ ਤਲਬ ਨਹੀਂ ਹੈਗੀ, ਉਹ ਉਹ ਤਲਬ ਹੈ, ਭੁੱਖ ਹੈ, ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਭੁੱਖਾ ਰੱਜ ਜਾਂਦਾ, ਭੁੱਖੜ ਨਹੀਂ ਰੱਜਦਾ। ਹਾਂ, ਜਿਹੜਾ ਹਕੂਮਤ ਕਰਨ ਦਾ ਜਿਹੜਾ ਇੱਕ ਖਾਸ ਕਾਫਲਾ ਤੁਰਿਆ ਫਿਰਦਾ ਨਾ, ਹਾਂਜੀ, ਇਹ ਭੁੱਖੜਾਂ ਦਾ ਕਾਫਲਾ। ਹਾਂ, ਪਰ ਯਾਰ ਆਪਾਂ ਮੈਨੂੰ ਲੱਗਦਾ ਤੂੰ ਭੁਲੇਖਾ ਖਾ ਗਿਆ, ਤੂੰ ਮੇਰੇ ਨਾਲ ਸਿਆਣੀ ਸਿਆਣੀ ਗੱਲਾਂ ਕਰਨ ਲੱਗ ਗਿਆ, ਮੈਨੂੰ ਸਿਆਣਾ ਸਮਝ ਕੇ ਨਹੀਂ ਨਹੀਂ ਮਹਾਰਾਜ, ਤੁਸੀਂ ਤਾਂ ਜੋ ਕੁਛ ਅਸੀਂ ਸਿੱਖਿਆ ਅਸੀਂ ਸਿੱਖਿਆ ਤੁਹਾਡੇ ਕੋਲੋਂ, ਤੇ ਪਰ ਨਾ ਭਰਾਵਾ ਨਾ ਤੇ ਫਿਰ ਜੀ ਇੱਕ ਹੋਰ ਗੱਲ ਆ ਕਿ ਜਿਹੜੀ ਮੇਰੇ ਮਨ 'ਚ ਪਹਿਲਾਂ ਗੱਲ ਸੀ ਜਿਹੜੀ ਮੈਂ ਕਰਨ ਲੱਗਾ ਸੀ, ਉਹ ਇਹ ਸੀ ਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਕੋਲ ਕਹਾਣੀਆਂ ਬਹੁਤ ਆ, ਕਿ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਜੋ ਵੀ ਜਿਹੜਾ ਵੀ ਵਾਕਿਆ ਤੁਹਾਡੇ ਮਨ 'ਚ ਆਉਂਦਾ ਉਹ ਸਾਨੂੰ ਤੁਸੀਂ ਸ਼ਿਵ ਕੁਮਾਰ ਬਟਾਲਵੀ ਹੁਣਾਂ ਦਾ ਇੱਕ ਸੁਣਾਓ ਜੀ। ਨਾ ਮੈਂ ਤਾਂ ਮਨਮੋਹਣ ਵਾਰਸ ਤੋਂ ਸ਼ੁਰੂ ਕਰਾਂਗਾ। ਚਲ
ਜਿਹੜੀ ਆਹ ਸੁਣਾਉਣ ਲੱਗਿਆ ਨਾ, ਜਿਹੜੀ ਸਭ ਤੋਂ ਵਧੀਆ ਗੱਲ ਜਿਹੜੀ ਮਤਲਬ ਮੈਨੂੰ ਲੱਗਦਾ ਕਿ ਮੈਂ ਮਤਲਬ ਉਸ ਨੂੰ ਵਿਸਾਰ ਕਦੇ ਨਹੀਂ ਸਕਦਾ। ਹਾਂਜੀ। ਔਰ ਮੇਰੇ ਸਾਹਮਣੇ ਜਿਹੜੀ ਮਤਲਬ ਕੌਮੀ ਅਪਮਾਨ ਹੋਇਆ ਮੇਰੇ ਰਾਹੀਂ ਮਨਮੋਹਨ ਵਾਰਸ ਦਾ ਵੀ, ਮੇਰਾ ਵੀ, ਸਾਜ਼ਾਂ ਦਾ ਵੀ, ਗੀਤਾਂ ਦਾ ਵੀ, ਉਹ ਤੈਨੂੰ ਗੱਲ ਸੁਣਾਉਂਦਾ। ਜ਼ਰੂਰ ਜੀ। ਇਹ ਗੱਲ ਹੈ ਮੇਰੇ 94 ਦੀ ਗੱਲ ਹੈ ਕਿ 95 ਦੀ ਗੱਲ ਹੈ, ਖਰੇ ਮੇਰੇ ਭਣੇਵੇਂ ਦਾ ਵਿਆਹ ਸੀ ਤੇ ਉਦੋਂ ਮਨਮੋਹਨ ਨਾਲ ਮੇਰੀ ਯਾਰੀ ਨਵੀਂ ਨਵੀਂ ਪਈ ਸੀ। ਹਾਂਜੀ। ਮੋਹਨ ਸਿੰਘ ਮੇਲੇ ਕਰਕੇ ਤੇ ਇੱਕ ਪਹਿਲਾ ਸ਼ੋਅ ਇੱਥੇ ਅਸੀਂ ਕੀਤਾ ਬਾੜੇਵਾਲ, ਮੇਰਾ ਇੱਕ ਦੋਸਤ ਸੀ ਉਹਨਾਂ ਦੇ ਘਰ ਚ ਖੁਸ਼ੀ ਸੀ ਕੋਈ, ਤੇ ਉਦੋਂ ਬਾਅਦ ਵਿੱਚ ਮੇਰੇ ਭਣੇਵੇਂ ਦਾ ਵਿਆਹ ਸੀ ਤੇ ਮੈਂ ਮਨਮੋਹਨ ਨੂੰ ਕਿਹਾ ਮਨਮੋਹਨ ਯਾਰ ਤੁਸੀਂ ਆ ਜਾਇਓ, ਦਿੱਲੀ ਆਉਣਾ ਪੈਣਾ, ਭਾਜੀ ਕੋਈ ਗੱਲ ਹੀ ਨੀ, ਆ ਜਾਂਗੇ। ਅੱਛਾ, ਦਿੱਲੀ ਉਹ ਆਰਮੀ ਕਲੱਬ ਦੇ ਵਿੱਚ ਰਿਸੈਪਸ਼ਨ ਸੀ ਤੇ ਸਾਜ਼ ਸੂਜ਼ ਲਾ ਕੇ ਪੂਰਾ ਐਨ ਬਾਰ ਵਧੀਆ ਤਰ੍ਹਾਂ ਨਾਲ ਮਾਹੌਲ ਉਸਾਰ ਕੇ ਤੇ ਅਸੀਂ ਮੂੰਹ ਸਵਾਰ ਸਵਾਰ ਕੇ ਤੇ ਚੌੜੇ ਹੋ ਕੇ ਬਹਿ ਗਏ ਵੀ ਹੁਣ ਆਪਾਂ ਮਨਮੋਹਨ ਨੂੰ ਸੁਣਨਾ। ਹਾਂਜੀ। ਤੇ ਓਨੇ ਚਿਰ ਨੂੰ ਫੌਜੀ ਹਾਕਮ ਆ ਗਏ, ਉਹ ਕਹਿੰਦੇ ਜੀ ਵੀ ਇਸ ਕਲੱਬ ਦੇ ਵਿੱਚ ਭਾਰਤੀ ਸੰਗੀਤ ਨਹੀਂ ਸੁਣਿਆ ਜਾ ਸਕਦਾ ਤੇ ਨਾ ਲੋਕ ਸਾਜ਼ ਵਜਾਏ ਜਾ ਸਕਦੇ ਆ। ਹਾਂ। ਮੈਨੂੰ ਉਦਣ ਲੱਗਿਆ ਵੀ ਯਾਰ ਗੁਲਾਮੀ ਜਿਹੜੀ ਹੈ ਨਾ 47 ਚ ਮੁੱਕੀ ਨਹੀਂ ਸੀ, ਇਹ 95 ਤੱਕ ਵੀ ਹਾਜ਼ਰ ਹੈ। ਮੈਂ ਜਦੋਂ ਵੀ ਕਦੇ ਏਅਰਪੋਰਟ ਤੇ ਜਾਂਦਾ ਤੇ ਤੂੰ ਹੈਰਾਨ ਹੋਏਗਾ ਕਿ ਉਨੀ ਵਾਰ ਮੈਂ ਸ਼ਰਮਿੰਦਿਆਂ ਨੂੰ ਕੋਲ ਲੰਘਦਾ ਕਿ ਆਰਮੀ ਕਲੱਬ ਦੇ ਵਿੱਚ ਕਦੇ ਮੇਰੇ ਨਾਲ ਆਹ ਇੱਕ ਅਪਮਾਨ ਹੋਇਆ ਸੀ। ਔਰ ਜਿਹੜੀ ਉਹ ਨਮੋਸ਼ੀ ਹੈ ਮੈਨੂੰ ਹੁਣ ਤੱਕ, ਮੇਰੇ ਨਾਲ ਹੁਣ 2023 ਆ ਗਿਆ, 23 ਤੱਕ ਨਾਲ ਨਾਲ ਤੁਰਦੀ ਹੈ ਕਿ ਯਾਰ ਇਸ ਆਜ਼ਾਦ ਮੁਲਕ ਦੇ ਵਿੱਚ ਵੀ ਸਾਡੇ ਜਿਹੜੇ ਵਿਧੀ ਵਿਧਾਨ ਜਿਹੜੇ ਨੇ ਫਰੰਗੀ ਜਿਹੜੇ ਛੱਡ ਗਏ ਸੀ ਉਹੀ ਕਿਤਾਬਾਂ ਪੜ੍ਹੀ ਤੁਰੇ ਜਾਂਦੇ ਆ। ਨਹੀਂ ਪਰ ਉਹ ਰੂਲ ਕੀ ਹੋਇਆ ਫਿਰ ਉਹਦੀ ਤੁਸੀਂ ਫਿਰ ਡੰਗਾਈ ਚ ਗਏ ਹੋਣੇ ਆ ਫਿਰ ਬਾਅਦ ਵਿੱਚ। ਉਹਨਾਂ ਨੇ ਕਿਹਾ ਕਿ ਸਿਰਫ ਇੱਥੇ ਡੰਗਾਈ ਚ ਨੀ, ਮੈਨੂੰ ਉਹਨਾਂ ਨੇ ਆਪ ਹੀ ਦੱਸ ਦਿੱਤਾ, ਕਹਿੰਦੇ ਜੀ ਇੱਥੇ ਸਿਰਫ ਜਿਹੜੇ ਹੈਗੇ ਨੇ ਉਹ ਜਿਹੜੇ ਇੱਥੋਂ ਦੇ ਪ੍ਰਮਾਣਿਤ ਵਾਦਨ ਦੇ ਕੁਛ ਸਾਜ਼ ਨੇ ਉਹੀ ਬਚ ਸਕਦੇ ਨੇ, ਇੱਥੇ ਮਤਲਬ ਲੋਕ ਗਾਇਨ ਨਹੀਂ ਹੋ ਸਕਦਾ। ਅੱਛਾ ਜੀ। ਇਹ ਸਾਡੀ ਕਲੱਬ ਦਾ ਇੱਕ ਫੈਸਲਾ ਹੈ। ਔਰ ਸਾਰੀਆਂ ਪਤਾ ਲੱਗਿਆ ਕਿ ਆਰਮੀ ਕਲੱਬ ਜਿੰਨੀਆਂ ਨੇ ਉਹਨਾਂ ਸਾਰੀਆਂ ਦੇ ਵਿੱਚ ਹੀ ਸ਼ੋਅ ਨਹੀਂ ਹੋ ਸਕਦੇ। ਅੱਛਾ ਜੀ, ਵਾਹ ਜੀ ਵਾਹ। ਨਹੀਂ, ਜਿਹੜੀ ਧਰਤੀ ਨੇ ਇਹ ਲਿਖਿਆ ਕਿ ਜਾ ਪਹਿਲਾਂ ਜੰਗ ਜਿੱਤਿਆ ਫਿਰ ਆਣ ਕੇ ਲਵਾਂਗੇ ਲਾਵਾਂ, ਜਾਂ ਜਿਹੜਾ ਜਿਹੜੀ ਜਿਹੜੀ ਧੀ ਭੈਣ ਗਾਉਂਦੀ ਹੈ ਕਿ ਰਣ ਗਗਨ ਦਮਾਮਾ ਬਚਿਆ ਸਿੰਘੋ ਸਰਦਾਰੋ, ਕੋਈ ਵੈਰੀ ਚੜ੍ਹ ਕੇ ਆ ਗਿਆ, ਤੁਸੀਂ ਜਾ ਲਲਕਾਰੋ, ਤੁਸੀਂ ਪੁੱਤਰ ਗੋਬਿੰਦ ਸਿੰਘ ਦੇ ਨਲਵੇ ਦੇ ਭਾਈ, ਜਿਨ੍ਹਾਂ ਦੇਸ਼ ਦੀ ਖਾਤਰ ਹੱਸ ਕੇ ਅਸੀਂ ਜਾਨ ਗਵਾਈ, ਜੂਝ ਮਰੋ ਮਰਟਿਓ ਸ਼ਾਹ ਸਵਾਰੋ, ਤੇ ਬੇਲੀ ਰਾਮ ਅਲਗੋਜ਼ਾ ਤੇ ਨਿੰਦਰ ਬੀਬਾ ਜਿਹੜੀ ਗਾਉਂਦੀ ਹੋਵੇ ਤੇ ਜੇ ਉਹਨੂੰ ਆਰਮੀ ਕਲੱਬ ਦੇ ਨਾ ਗਾਉਣ ਦਿਓ, ਇਹਦਾ ਮਤਲਬ ਇਹ ਤੇ ਗੱਲ ਤੇ ਇਹੀ ਹੋ ਗਈ ਨਾ ਕਿ ਤੁਹਾਡੀ ਸੂਰਮਗਤੀ ਨੂੰ ਪ੍ਰਵੋਕ ਕਰਨ ਵਾਸਤੇ ਜਾਂ ਤੁਹਾਨੂੰ ਪ੍ਰਮੋਟ ਕਰਨ ਵਾਸਤੇ ਤਾਂ ਸਾਡਾ ਪੰਜਾਬੀ ਲੋਕ ਸੰਗੀਤ ਹੈ, ਤੇ ਜਦੋਂ ਅਸੀਂ ਆਪਣੇ ਚਾਵਾਂ ਨੂੰ ਹੁਲਾਰਾ ਦੇਣਾ, ਲੋਰੀਆਂ ਦੇਣੀਆਂ ਨੇ ਆਪਣੇ ਚਾਵਾਂ ਨੂੰ, ਉਦੋਂ ਸਾਡੇ ਤੇ ਪਾਬੰਦੀ ਹੈ। ਨਹੀਂ, ਇਹ ਮੈਨੂੰ ਤਾਂ ਸਮਝ ਨਹੀਂ ਆਈ ਕਿ ਕਲੱਬਾਂ ਦੀ ਜਿਹੜੀ ਇਹ ਆਰਮੀ ਦੇ ਕਲੱਬ, ਮੈਂ ਕਿਹਾ ਉਹੀ ਮੈਂ ਕਹਿੰਦਾ ਸੀ, ਮੈਂ ਕਿਹਾ ਸ਼ਾਇਦ ਤੁਸੀਂ ਬਾਅਦ ਵਿੱਚ ਉਹਦੀ ਜੋ ਉਹਦੇ ਪਿੱਛੇ ਜਿਹੜੇ ਰੂਲ ਕੰਮ ਕਰ ਰਹੇ, ਸ਼ਾਇਦ ਤੁਸੀਂ ਉਹਨਾਂ ਦੀ ਡੂੰਘਾਈ ਚ ਗਏ ਹੋਵੋ। ਗੁਲਾਮ ਮਾਨਸਿਕਤਾ ਹੈ। ਇਹ ਤਾਂ ਸਿੱਧਮ ਸਿੱਧੀ ਗੱਲ ਹੈ ਕਿ ਗੁਲਾਮ ਮਾਨਸਿਕਤਾ, ਜਿਵੇਂ ਤੁਸੀਂ ਅੱਜ ਵੀ ਕਿਸੇ ਜਿਹੜੀ ਸ਼ਹਿਰਾਂ ਦੀਆਂ ਕਲੱਬਾਂ ਨੇ ਮੀਰਜ਼ਾਦਿਆਂ ਦੀਆਂ, ਉੱਥੇ ਤੁਸੀਂ ਕੁੜਤਾ ਪਜਾਮਾ ਪਾ ਕੇ ਨੀ ਜਾ ਸਕਦੇ, ਜਿਮ ਖਾਨਾ ਕਲੱਬ ਚ ਸ਼ੌਕਤ ਅਲੀ ਹੁਣਾਂ ਦੇ ਮੁੰਡੇ ਨੇ ਦੱਸੀ ਆ, ਅਮੀਰ ਸ਼ੌਕਤ ਨੇ, ਤੇ ਉਹ ਕਹਿੰਦਾ ਕਿ ਸ਼ੌਕਤ ਅਲੀ ਹੁਣੀ ਤੇ ਮਨੀਰ ਨਿਆਸੀ ਹੁਣੀ ਜਿਮ ਖਾਨਾ ਦੇ ਵਿੱਚ ਕਿਸੇ ਦੇ ਇਨਵਾਈਟਡ ਗੈਸਟ ਸੀਗੇ, ਉਹ ਉੱਥੇ ਗਏ ਆਪਣੇ ਕੁੜਤੇ ਪਜਾਮੇ ਪਾ ਕੇ ਤੇ ਉਹਨਾਂ ਨੇ ਉਹਨਾਂ ਨੂੰ ਉੱਥੋਂ ਘਰ ਨੂੰ ਤੋਰਤਾ, ਕਹਿੰਦੇ ਇੱਥੇ ਨੀ ਆ ਸਕਦੇ ਤੁਸੀਂ। ਇਹ ਗੁਲਾਮ ਮਾਨਸਿਕਤਾ ਦੀਆਂ ਨਿਸ਼ਾਨੀਆਂ ਸੰਤਾਰ ਦੀ ਸਾਰੀਆਂ ਜਿਹੜੀਆਂ ਨੇ ਨਾ ਸਾਡੇ ਅਜੇ ਵੀ ਟ੍ਰੇਡਸ ਜਿਹੜੇ ਪੁਰਾਣੇ ਜਿਹੜੇ ਮਤਲਬ ਉਹ ਸਾਡੇ ਚ ਬੋਲਦੇ ਨੇ। ਪਰ ਐਂਡ ਦੇ ਵਿੱਚ ਤਾਂ ਇਹੀ ਆ ਕਿ ਜਿਹੜਾ ਕੋਈ ਬੰਦਾ ਇੱਦਾਂ ਦਾ ਆਪਣੀ ਟੌਰਚ ਵੀ ਗੱਲ ਕਰ ਰਿਹਾ, ਪਰ ਅਸਲ ਵਿੱਚ ਤਾਂ ਉਹਦੇ ਅੰਦਰ ਆਪਣੀ ਇਨਸਿਕਿਉਰਿਟੀ ਬੋਲ ਰਹੀ ਆ ਕਿ ਉਹਨੂੰ ਆਪਣੇ ਕਲਚਰ ਤੇ ਮਾਣ ਨਹੀਂ ਹੈ। ਉਹਦੇ ਚ ਇਨਸਿਕਿਉਰਿਟੀ ਨਹੀਂ ਹੈਗੀ, ਉਹ ਚ ਹੀਣ ਭਾਵ ਹੈ, ਉਹਨੂੰ ਪਤਾ ਹੀ ਨਹੀਂ ਕਿ ਮੈਂ ਮਤਲਬ ਕਿੱਡਾ ਵੱਡਾ ਗੁਲਾਮ ਆ। ਜਿਹੜੇ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਵੀ ਤਾਂ ਹੋਣਾ ਚਾਹੀਦਾ ਤਾਂ ਕਿ ਆਜ਼ਾਦੀ ਵਾਸਤੇ ਤੰਗ ਤਾਂ ਸਕੇ ਨਾ ਉਹ। ਬਿਲਕੁਲ। ਜੇ ਤੁਸੀਂ ਹੁਣ ਕਿਸੇ ਚੀਜ਼ ਨੂੰ ਜੋੜਨਾ ਚਾਹੋ, ਸਾਨ ਨੂੰ ਜੋੜਨਾ ਚਾਹੋ, ਪੰਜਾਲੀ ਦੇ ਵਿੱਚ ਹੁਣ ਬਣਨਾ ਨਹੀਂ, ਪਰ ਜਿਹੜਾ ਬੋਲਦ ਆ ਉਹ ਆਪ ਹੀ ਉਹ ਪੰਜਾਲੀ ਚ ਪਦੇ ਦਿੰਦੇ ਸੀ। ਉਹ ਤੇਰੀ ਗੱਲ ਜੋ ਗੱਲ ਨਿਕਲਦੀ ਹੈ ਉਹ ਨਾ, ਇੱਕ ਵਾਰੀ ਕਹਿੰਦੇ ਵੀ ਕੋਈ ਪੜ੍ਹਿਆ ਲਿਖਿਆ ਆ ਗਿਆ ਤੇ ਖੂਹ ਵਗਦਾ ਸੀ। ਹਾਂਜੀ। ਤੇ ਬੋਲਦੇ ਨਾ ਅੱਖਾਂ ਦੇ ਖੋਪੇ ਲਾਏ ਸੀ। ਹਾਂਜੀ। ਤੇ ਘੁੰਗਰੂ ਵੀ ਪਾਏ ਸੀ ਗੱਲ ਦੇ ਵਿੱਚ। ਉਹ ਕਹਿੰਦਾ ਵੀ ਤੁਸੀਂ ਇਹਦੇ ਖੋਪੇ ਲਾਏ ਹੋਏ ਨੇ, ਘੁੰਗਰੂ ਕਾਹਦੇ ਲਈ ਇਹਦੇ ਗੱਲ ਚ ਪਾਏ ਹੋਏ ਨੇ? ਹਾਂਜੀ। ਕਹਿੰਦੇ ਘੁੰਗਰੂ ਤਾਂ ਪਾਏ ਨੇ ਵੀ ਜਦੋਂ ਅਸੀਂ ਨੱਕਾ ਵੱਢਣ ਜਾਂਦੇ ਆ, ਨੱਕਾ ਮੋੜਨ ਜਾਂਦੇ ਆ ਤੇ ਸਾਨੂੰ ਪਤਾ ਰਵੇ ਵੀ ਖਲੋਤਾ ਤੇ ਨਹੀਂ ਹੈ, ਹਾਂ ਤੁਰੀ ਖਲੋਤਾ ਨੀ ਗਿਆ ਵੀ ਛਣਕਦਾ,
ਕਹਿੰਦਾ ਜੇ ਜੇ ਕਹਿੰਦਾ ਖਲੋਤਾ ਹੀ ਸਿਰ ਹਿਲਾਈ ਜਾਵੇ ਫਿਰ ਕੀ ਕਰ ਲੋਗੇ ਕਹਿੰਦਾ ਨਹੀਂ ਇਹ ਤੇਰੇ ਕੋਲ ਪੜ੍ਹਿਆ ਲਿਖਿਆ ਨਹੀਂ हाँ जेड़ी गुलामी आ ये भी इदां सिखा ली जांदी आ जी आदत आदत ਤੇ ਇੱਕ ਮਹਾਰਾਜ ਫਿਰ ਜਿਹੜੀਆਂ ਕਹਾਣੀਆਂ ਜੇ ਫਿਰ ਤੁਸੀਂ ਉਹ ਪਿੱਛੇ ਨਹੀਂ ਜਾਣਾ ਤਾਂ ਆਪਾਂ ਫਿਰ ਗੱਲ ਕਰੀਏ ਸਾਡੇ ਗੁਰੂ ਜੀ ਦੀ ਜਸਵੰਤ ਸਿੰਘ ਭੰਬਰਾ ਜੀ ਦੀ ਉਹਨਾਂ ਦੇ ਨਾਲ ਤੁਹਾਡੀ ਬਹੁਤ ਸਾਂਝ ਰਹੀ ਬਹੁਤ ਸਾਲਾਂ ਦੀ ਅਸੀਂ ਤਾਂ ਉਹਨਾਂ ਦੇ ਚਰਨਾਂ 'ਚ ਹੀ ਰਹੇ ਹਾਂ ਵੀਰਿਆ ਅਸੀਂ ਤਾਂ ਉਹਨਾਂ ਦੇ ਸੱਚ ਪੁੱਛਦੇ ਹਾਂ ਤਾਂ ਉਹਨਾਂ ਦੇ ਸਰਦਾਰਨੀ ਸਾਹਿਬ ਮਾਤਾ ਸਾਡੀ ਸੁਰਜੀਤ ਕੌਰ ਨੂਰ ਹਾਂਜੀ ਉਹ ਸਾਡੀ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਹੁੰਦੇ ਸੀ ਤੇ ਬਹੁਤ ਸਾਰੀਆਂ ਮੀਟਿੰਗਸ ਅਸੀਂ ਉਦੋਂ ਨੈਸ਼ਨਲ ਮਿਊਜ਼ਿਕ ਕਾਲਜ ਕਰਦੇ ਹੁੰਦੇ ਸੀ ਹਾਂਜੀ ਜਿੱਦਾਂ ਉਹ ਅਸੀਂ ਉਹ ਤੋਂ ਬਾਅਦ ਚ ਆਏ ਆ ਉਹ ਸਾਰਾ ਕੁਝ ਖਤਮ ਹੋ ਚੁੱਕਾ ਸੀ ਨਹੀਂ ਤੁਸੀਂ ਤਾਂ ਉਦੋਂ ਆਏ ਜੋ ਸਰਾਭਾ ਨਗਰ ਆ ਗਏ ਜਿੱਥੇ ਸਾਹਿਤ ਲਿਖਣ ਵਾਲੇ ਸਾਹਿਤ ਗਾਉਣ ਵਾਲੇ ਹਾਂਜੀ ਚੰਗਾ ਵਾਦਨ ਕਰਨ ਵਾਲੇ ਹਾਂਜੀ ਯਾ ਚੰਗਾ ਜ਼ਿੰਦਗੀ ਦਾ ਕੋਈ ਵੀ ਸ਼ੋਭਾ ਜਿੱਥੇ ਸੋਹਜ ਸੀ ਉਸ ਦਾ ਕੋਈ ਵੀ ਸਾਧਕ ਜਿਹੜਾ ਸੀ ਉਹ ਉੱਥੇ ਜਾਏ ਬਿਨਾ ਸਮਝਦਾ ਸੀ ਕਿ ਮੈਂ ਲੁਧਿਆਣੇ ਨਹੀਂ ਆਇਆ ਸਾਡੀ ਪ੍ਰੋਬਲਮ ਸਾਰਿਆਂ ਦੀ ਇਹ ਸੀ ਕਿ ਅਸੀਂ ਸਾਰੇ ਇੱਕ ਕੇਂਦਰ ਬਿੰਦੂ ਦੇ ਰੂਪ ਦੇ ਵਿੱਚ ਉਸਤਾਦ ਭਵਰਾਂ ਦੇਖਦੇ ਸੀ ਮੈਨੂੰ ਯਾਦ ਹੈ ਸ਼ਮਸ਼ੇਰ ਮੇਰਾ ਦੋਸਤ ਹੈ ਤੇ ਉਹ ਅਕਸਰ ਸੁਣਾਉਂਦਾ ਹੁੰਦਾ ਸੀ ਕਹਿੰਦਾ ਤੈਨੂੰ ਪਤਾ ਵੀ ਕਦੇ 65-66 ਤੋਂ ਵੀ ਪਹਿਲਾਂ ਜਿੰਨੀਆਂ ਹਿਸ ਮਾਸਟਰ ਵਾਇਸ ਕੰਪਨੀ ਦੀਆਂ ਆਡੀਸ਼ਨ ਸੀਗੀਆਂ ਹਾਂਜੀ ਉਹ ਵੀ ਨੈਸ਼ਨਲ ਮਿਊਜ਼ਿਕ ਕਾਲਜ ਹੁੰਦੀਆਂ ਸੀ ਅੱਛਾ ਜੀ ਇੱਥੋਂ ਤੱਕ ਕਿ ਸੰਤਰਾਮ ਜਿਹੜੇ ਰਿਕਾਰਡਿੰਗ ਆਫਿਸਰ ਸੀ HMB ਦੇ ਉਹ ਦਿੱਲੀ ਨਹੀਂ ਸੀ ਆਰਟਿਸਟ ਨੂੰ ਬੁਲਾਉਂਦੇ ਉਹ ਭਵਰਾ ਸਾਹਿਬ ਦੇ ਨੈਸ਼ਨਲ ਮਿਊਜ਼ਿਕ ਕਾਲਜ ਹੀ ਬੁਲਾਉਂਦੇ ਸੀ ਉਹਦਾ ਕਾਰਨ ਕੀ ਸੀ ਕਿ ਉਹਨਾਂ ਦਾ ਜਿਹੜਾ ਸੀ ਨਾ ਸੋਲ ਡਿਸਟ੍ਰੀਬਿਊਟਰ HMB ਦੇ ਰਿਕਾਰਡਸ ਦਾ ਹਾਂਜੀ ਉਹ ਖਾਲਸਾ ਟ੍ਰੇਡਿੰਗ ਕੰਪਨੀ ਵਾਲਾ ਸਰਦਾਰ ਸੀ ਜਿਹੜਾ ਮਤਲਬ ਮੰਡੀ ਅਹਿਮਦਗੜ੍ਹ ਤੋਂ ਰੋਜ਼ ਆਉਂਦਾ ਹੁੰਦਾ ਸੀ ਤੇ ਉਹ ਉਹਦੇ ਉੱਤੇ ਚਵਾਰਾ ਸੀ ਭਵਰਾ ਸਾਹਿਬ ਦਾ ਹਾਂ ਅੱਛਾ ਜੀ ਉਹ ਜਿੰਨੇ ਵੀ ਮਤਲਬ ਰਿਕਾਰਡਿੰਗ ਵਾਲੇ ਲੋਕ ਸੀ ਉਹ ਜਦੋਂ ਵੀ ਕਦੇ ਬਾਪੂ ਨੂੰ ਪੁੱਛਣਾ ਥੱਲੇ ਵਾਲੇ ਬਾਪੂ ਨੂੰ ਖਾਲਸਾ ਟ੍ਰੇਡਿੰਗ ਕੰਪਨੀ ਵਾਲੇ ਨੂੰ ਬਈ ਕਿਹਦਾ ਨਾਂ ਜ਼ਿਆਦਾ ਚੱਲਦਾ ਤੇ ਉਹਨਾਂ ਕਹਿਣਾ ਭਵਰੇ ਨੂੰ ਪਤਾ ਮੈਨੂੰ ਕੱਖ ਨੀ ਪਤਾ ਤੇ ਬਹੁਤ ਸਾਰੇ ਸ਼ਾਗਿਰਦ ਸੀ ਉਹਨਾਂ ਦੇ ਉਹਨਾਂ ਵਕਤਾਂ ਦੇ ਵਿੱਚ ਪੁਰਾਣੇ ਵੀ ਈਵਨ ਬਹੁਤ ਸਾਰੇ ਲੋਕ ਤਾਂ ਹੁਣ ਮੁੱਕਰ ਜਾਂਦੇ ਨੇ ਹੋਰ ਰੂਪਾਂ ਦੇ ਵਿੱਚ ਦੱਸਣ ਲੱਗ ਜਾਂਦੇ ਨੇ ਮੇਰਾ ਉਸਤਾਦ ਫਲਾਣਾ ਮੇਰਾ ਉਸਤਾਦ ਫਲਾਣਾ ਪਰ ਸੱਚ ਇਹ ਆ ਮੈਂ ਇਹ ਗੱਲ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਪੰਜਾਬੀ ਦਾ ਅੱਜ ਤੱਕ ਦਾ ਸੰਗੀਤ ਜਿਹੜਾ ਬਣ ਰਿਹਾ ਹਾਂਜੀ ਉਹ ਭਵਰਾ ਸਾਹਿਬ ਦੀ ਛਾਤੀ ਵਾਲੀ ਜੇਬ ਤੋਂ ਨਹੀਂ ਨਿਕਲ ਰਿਹਾ ਉਹ ਵੱਖੀ ਵਾਲੀ ਜੇਬ ਤੋਂ ਨਿਕਲ ਰਿਹਾ ਅੱਜ ਤਰਜ਼ਾਂ ਜਿਹੜੀਆਂ ਬਹੁਤੀਆਂ ਨਾਮ ਕਵਾਂ ਮੈਂ ਘੱਟੋ ਘੱਟ 50% ਤੋਂ ਜ਼ਿਆਦਾ ਐਸੀਆਂ ਨੇ ਹਾਂਜੀ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੁਰ ਖੁਰ ਕੇ ਭਵਰਾ ਸਾਹਿਬ ਦੇ ਕੋਲੋਂ ਹੀ ਕਿਤੇ ਨਾ ਕਿਤੇ ਗਈਆਂ ਹੋਈਆਂ ਹਾਂਜੀ ਔਰ ਇਸ ਨੂੰ ਪਿਛਲੇ ਦਿਨੀ ਤੁਹਾਡੇ ਨਾਲ ਸ਼ਾਇਦ ਗੱਲ ਕਰਦੇ ਹਾਂ ਦੱਸ ਰਹੇ ਸਨ ਆਪਣੇ ਭਾਜੀ ਜਿਹੜੇ ਉੱਥੋਂ ਵਾਲੇ ਨੇ ਸ਼ਾਹਕੋਟੀ ਸਾਹਿਬ ਪੂਰਨ ਸ਼ਾਹਕੋਟੀ ਹਾਂਜੀ ਹਾਂਜੀ ਕਿ ਕਿਵੇਂ ਮਤਲਬ ਇੱਕ ਤਰਜ਼ ਕਰਦੀ ਅਸੀਂ ਉਹਨਾਂ ਕੋਲੋਂ ਗੀਤ ਲੈਣ ਗਏ ਜੋਗੀਆਂ ਦੇ ਕੰਨਾਂ ਵਿੱਚ ਕਰ ਦਿੱਤੀਆਂ ਮੁੰਦਰਾਂ ਹਾਂਜੀ ਹਾਂ ਹਾਂ ਔਰ ਮੈਂ ਉਹ ਸਜਦਾ ਬਾਨਾਂ ਨੂੰ ਉਸੇ ਨੈਸ਼ਨਲ ਮਿਊਜ਼ਿਕ ਕਾਲਜ ਦੇ ਬਾਰੇ ਸੁਣਿਆ ਹੋਇਆ ਹਾਂਜੀ ਉਹਨੂੰ ਸਜਦੀ ਲਾਡਨਾ ਸਜਦੀ ਕਹਿੰਦੇ ਹੁੰਦੇ ਸੀ ਅੱਛਾ ਜੀ ਅੱਛਾ ਉੱਥੇ ਮੈਂ ਸੁਰਿੰਦਰ ਸ਼ਿੰਦੇ ਨੂੰ ਦੇਖਿਆ ਹੋਇਆ ਹਾਂਜੀ ਉੱਥੇ ਹੀ ਮੈਂ ਕਿਸੇ ਵਕਤ ਕਰਨੈਲ ਗਿੱਲ ਹੋਰਾਂ ਨੂੰ ਭਾਜੀ ਹਰਚੰਦ ਗਰੇਵਾਲ ਨੂੰ ਪੌੜੀ ਚੜ੍ਹਦੇ ਵੇਖਿਆ ਹੋਇਆ ਹਾਂਜੀ ਉੱਥੇ ਹੀ ਕਰਮਜੀਤ ਗਰੇਵਾਲ ਜਿਹੜੇ ਸੁਰਪਾਸ ਹੋ ਗਏ ਉਹਨਾਂ ਨੂੰ ਉਹਨਾਂ ਦੇ ਨਿੱਕੇ ਭਰਾ ਸੀ ਜਿਹੜੇ ਹਰਚੰਦ ਹੋਰਾਂ ਦੇ ਉਹਨਾਂ ਨੂੰ ਜਾਂਦੇ ਵੇਖਿਆ ਉੱਥੇ ਮੈਂ ਸਾਜਨ ਰਾਏਕੁੱਟੀ ਸਾਹਿਬ ਨੂੰ ਸਿੱਖ ਨੇ ਵੇਖਿਆ ਹਾਂਜੀ ਉੱਥੇ ਮੈਂ ਰਮੇਸ਼ ਨੀਲਨ ਵੇਖਿਆ ਉੱਥੇ ਸੁਰੇਸ਼ ਕਪੂਰ ਨੂੰ ਵੇਖਿਆ ਮੈਂ ਕਹਿੰਦਾ ਕਿ ਕੋਈ ਸੱਜਣ ਪਿਆਰਾ ਐਸਾ ਹੋ ਨੀ ਸਕਦਾ ਜਿਹਨੇ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਦੀਕ ਸਾਹਿਬ ਇੱਕ ਦਿਨ ਦੱਸ ਰਹੇ ਸੀ ਗੱਲਾਂ ਹਾਂਜੀ ਉਹ ਕਹਿੰਦੇ ਜਦੋਂ ਮੇਰਾ ਪਹਿਲਾ ਰਿਕਾਰਡ ਹੋਣਾ ਸੀ ਹਾਂਜੀ 1962 ਦੀ ਸ਼ਾਇਦ ਗੱਲ ਸੁਣਾ ਰਹੇ ਸੀ ਉਹ ਅੱਛਾ ਜੀ ਤੇ ਮੈਂ ਸੰਤਰਾ ਹੋਰਾਂ ਨੂੰ ਕਿਹਾ ਕਿ ਮੈਂ ਰਿਕਾਰਡ ਤਾਂ ਕਰਵਾ ਦਿਆਂਗਾ ਤੇ ਮੈਂ ਨਾ ਮਤਲਬ ਚਾਹੁੰਦਾ ਕਿ ਭਵਰਾ ਸਾਹਿਬ ਦਾ ਮਿਊਜ਼ਿਕ ਦੇਣ ਉਹਨੇ ਦਿਨੇ ਉਹਨਾਂ ਦੀ ਕੋਈ ਆਪਸ ਚ ਤਣਾਤਣੀ ਚੱਲ ਰਹੀ ਸੀ ਅੱਛਾ ਜੀ ਉਹ ਕਹਿੰਦੇ ਵੀ ਤੂੰ ਭਵਰੇ ਤੋਂ ਮਿਊਜ਼ਿਕ ਲੈ ਲੈ ਪਰ ਅਸੀਂ ਨਾਂ ਨੀ ਛਾਪਣਾ ਇਹਦਾ ਕਹਿੰਦੇ ਮੈਂ ਕਿਹਾ ਵੀ ਇਹ ਕੀ ਗੱਲ ਬਣੀ ਨਾਂ ਤਾਂ ਛਾਪਣਾ ਪਏਗਾ ਉਹ ਫਿਰ ਜਿਹੜਾ ਪਹਿਲਾ ਰਿਕਾਰਡ ਸਦੀਕ ਸਾਹਿਬ ਦਾ ਰਿਕਾਰਡ ਹੋਇਆ HMB ਦੇ ਵਿੱਚ ਇੰਦਰਜੀਤ ਹਸਨਪੁਰੀ ਦਾ ਲਿਖਿਆ ਹੋਇਆ ਗੀਤ ਸੀ ਕਿ ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ ਕਰਾਂ ਮਜੂਰੀ ਖਾਵਾਂ ਚੋਰੀ ਦਿਨ ਵੇਖਾਂ ਨਾ ਰਾਤਾਂ ਧਰਤੀ ਦੀ ਬੁੱਕਲ ਚੋਂ ਕੱਢਾਂ ਨਵੀਆਂ ਨਿਤ ਸੁਗਾਤਾਂ ਕਿਹੜਾ ਹੈ ਜੋ ਮੇਰੇ ਵਾਂਗੂ ਤਲੀ ਦੇ ਸੀਸ ਧਰੇ ਮੈਂ ਗੱਭਰੂ ਪੰਜਾਬ ਦਾ
ਮੇਰੀ ਰੀਸਾ ਕੌਣ ਕਰੇ ਉਹਦਾ ਵੀ ਮਿਊਜ਼ਿਕ ਉਸਤਾਦ ਜਸਵੰਤ ਭਾਵਾ ਨੇ ਦਿੱਤਾ ਔਰ ਰਿਕਾਰਡ ਦੇ ਉੱਤੇ ਬਕਾਇਦਾ ਨਾਂ ਛੱਪਿਆ ਉਹਨਾਂ ਦਾ। ਹਾਂਜੀ ਹਾਂ। ਅੱਛਾ ਇੱਕ ਗੱਲ ਭਾਵਨਾ ਸਾਹਿਬ ਨੇ ਸੁਣਾਈ ਮੈਨੂੰ, ਮੈਨੂੰ ਕਹਿੰਦੇ ਕਿ ਜਦੋਂ ਮੈਂ ਕੰਪੋਜ਼ ਕੀਤਾ ਇਹਨੂੰ ਹੋਇਆ ਕਿ ਜੇ ਕੁੜੀ ਇਹ ਤੋਂ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ। ਹਾਂਜੀ। ਉਹਦੇ 'ਚ ਕਹਿੰਦੇ ਇੱਕ ਥਾਂ ਦੇ ਉੱਤੇ ਕੋਈ ਇੰਪੈਕਟ ਦੇਣਾ ਸੀ, ਮਤਲਬ ਥਾਪ ਦਾ, ਜਿਹੜੀ ਥਾਪ ਅਸੀਂ ਮਤਲਬ ਘੋੜੇ ਦੀ ਚਾਲ ਦੀ ਥਾਪ ਹੁੰਦੀ ਹੈ। ਹਾਂਜੀ। ਉਸ ਕਿਸਮ ਦਾ ਕੋਈ ਦੇਣਾ ਸੀ ਉੱਥੇ, ਮੈਨੂੰ ਯਾਦ ਤਾਂ ਭੁੱਲ ਗਿਆ ਕਿਹੜੀ ਥਾਂ ਦੇ ਉੱਤੇ ਵਿੱਚ ਉਸ ਗੀਤ ਚਾਹੁੰਦਾ। ਹਾਂਜੀ। ਕਹਿੰਦੇ ਮੈਂ ਬੜਾ ਪਰੇਸ਼ਾਨ ਵੀ ਇਹਨੂੰ ਮੈਂ ਕਿੱਥੋਂ ਲਵਾਂ, ਇਹ ਸਾਜ਼ਾਂ ਚੋਂ ਤੇ ਇਹ ਇੰਪੈਕਟ ਨਿਕਲਦਾ ਨਹੀਂ। ਕਹਿੰਦੇ ਮੈਂ ਇੱਕ ਦਿਨ ਰਾਤ ਨੂੰ ਸੁੱਤਾ ਹੋਇਆ ਤੇ ਮੈਂ ਸੋਚਿਆ ਯਾਰ ਵੀ ਹਾਂ ਬਣ ਗਈ ਗੱਲ। ਮੈਂ ਕੀ? ਕਹਿੰਦੇ ਵੀ ਮੈਂ ਨਾ ਬਿਜਲੀ ਦੀ ਫਿਟਿੰਗ ਕਰਨ ਵਾਲੇ ਬੰਦੇ ਕੋਲ ਗਿਆ ਤੇ ਮੈਂ ਕਿਹਾ ਮੈਨੂੰ ਲੱਕੜ ਦੇ ਦੋ ਗੁਟਕੇ ਦੇ ਦੇ ਜਿਹਦੇ ਉੱਤੇ ਉਹ ਸਵਿੱਚ ਲਾਉਂਦੇ ਹੁੰਦੇ ਸੀ ਪਹਿਲਾਂ, ਤੈਨੂੰ ਯਾਦ ਹੈ ਦੀਵਾਰ ਦੇ ਉੱਪਰ ਉੱਤਰਵਾ ਹੁੰਦਾ ਸੀ ਪਹਿਲਾਂ, ਪਹਿਲਾਂ ਗੁੱਲੀ ਲਾਉਂਦੇ ਹੁੰਦੇ ਸੀ। ਹਾਂਜੀ। ਲੱਕੜ ਦੇ ਦੋ ਗੁਟਕੇ ਲੈ ਲਏ, ਉਹਨਾਂ ਗੁਟਕਿਆਂ ਨੂੰ ਆਪਸ ਚ ਵਜਾ ਕੇ ਜਿਹੜਾ ਵਿੱਚੋਂ ਸੰਗੀਤ ਨਿਕਲਿਆ ਮੈਂ ਉਹ ਵਰਤਿਆ ਉਹਦੇ ਚ। ਅੱਛਾ ਜੀ। ਮਤਲਬ ਭਵਰਾ ਸਾਹਿਬ ਦਾ ਜਿਹੜਾ ਮਿਊਜ਼ਿਕ ਸੀ ਨਾ, ਤੁਸੀਂ ਨੋਟ ਕਰਿਓ, ਮੈਂ 85 ਚ ਵੇਖੀ ਗੱਲ ਇਹ ਜਦੋਂ ਉਹਨਾਂ ਨੇ ਫੁਲਕਾਰੀ ਜਿਹੜੀ ਡਾਕੂਮੈਂਟਰੀ ਫਿਲਮ ਦੂਰਦਰਸ਼ਨ ਨੇ ਤਿਆਰ ਕੀਤੀ, ਮੈਂ ਲਿਖੀ ਸੀ ਉਹ, ਤੇ ਉਹਦਾ ਮਿਊਜ਼ਿਕ ਭਵਰਾ ਸਾਹਿਬ ਦਿੱਤਾ ਤੇ ਉਹਨਾਂ ਦੇ ਮਿਊਜ਼ਿਕ ਕਰਦਿਆਂ ਵੇਖਿਆ ਮੈਂ ਉਹਨਾਂ ਨੂੰ। ਹਾਂਜੀ। ਈਵਨ ਜਿਹੜੀ ਚੁਟਕੀ ਅਸੀਂ ਵਰਤਣ ਲੱਗ ਗਏ ਬਾਅਦ ਵਿੱਚ, ਬਹੁਤ ਸਾਰੇ ਗੀਤਾਂ ਚ ਚੁਟਕੀ ਵੀ ਆਈ, ਚੁਟਕੀ ਦਾ ਵੀ ਇਨੋਵੇਸ਼ਨ ਉਹਨਾਂ ਦੀ ਇਨੋਵੇਸ਼ਨ ਹੈ। ਹਾਂਜੀ ਹਾਂ। ਔਰ ਚੁਟਕੀ ਚੋਂ ਨਿਕਲਦਾ ਸੰਗੀਤ ਜਿਹੜਾ ਹੈਗਾ ਉਹ ਬਿਲਕੁਲ ਡਿਫਰੈਂਟ ਕਿਸਮ ਦਾ ਸੰਗੀਤ ਉਹਨਾਂ ਦੇ ਹੱਥਾਂ ਚੋਂ ਜਾ ਕੇ ਤੇ ਉੱਭਰਦਾ ਸੀਗਾ। ਹਾਂ। ਇੱਕ ਗੱਲ ਹੋਰ ਜਿਹੜੀ ਬਹੁਤ ਇੰਪੋਰਟੈਂਟ ਸੀਗੀ ਕਿ ਜਿਹੜੀ ਭਵਰਾ ਸਾਹਿਬ ਦੀ ਲੋਕ ਸਮਝ ਸੀ ਨਾ, ਹਾਂਜੀ, ਫੋਕ ਵਿਜ਼ਡਮ ਸੀ ਜਿਹੜੀ, ਉਹ ਬਹੁਤ ਗੂੜੀ ਸੀ ਔਰ ਫਸਟ ਬੜੀ ਸੀ। ਇਹ ਗੱਲ ਮੈਨੂੰ ਦੱਸੀ ਬਾਬੂ ਸਿੰਘ ਮਾਨ ਹੋਰਾਂ ਨੇ। ਕਹਿੰਦੇ ਮੈਂ 10ਵੀਂ ਦੇ ਪੇਪਰ ਦੇ ਕੇ ਤੇ ਪਿੰਡ ਵਿਹਲਾ ਹੀ ਸੀ ਤੇ ਮੈਂ ਗੀਤ ਤਾਂ ਕਹਿੰਦਾ 8ਵੀਂ ਚ ਲਿਖਣ ਲੱਗ ਗਿਆ ਸੀ। ਕਹਿੰਦੇ ਜਦੋਂ ਮੈਂ ਗੀਤ ਲਿਖਣੇ ਤੇ ਮੈਂ ਕਵਿਤਾ ਰਸਾਲੇ ਨੂੰ ਭੇਜਦਾ ਕਰਨੇ, ਕਰਤਾਰ ਸਿੰਘ ਬਲੱਗਣ ਹੋਰਾਂ ਨੂੰ ਵੀ ਛਾਪ ਲਓ। ਹਾਂਜੀ। ਕਹਿੰਦੇ ਉਹਦੇ ਚ ਮੇਰਾ ਗੀਤ ਛਪਿਆ ਵੀ ਆ ਗਿਆ ਬਣਜਾਰਾ ਨੀ ਚੜਾ ਲਿਆ ਭਾਬੀ ਚੂੜੀਆਂ। ਉਗੋਂ ਕਹਿੰਦੀ ਵੀ ਗੁੱਸਾ ਡਾਢਾ ਭਾਰਾ ਦਿਓਰਾ ਵੇ ਤੇਰੇ ਵੀਰ ਦਾ। ਕਹਿੰਦਾ ਜਦੋਂ ਉਹ ਗੀਤ ਛਪ ਗਿਆ ਤੇ ਮੈਂ ਕੀ ਵੇਖਦਾ ਵੀ ਇੱਕ ਦਿਨ ਇੱਕ ਕਾਲੀ ਇਨਵੈਸਟਰ ਕਾਰ ਤੇ ਉਸਤਾਦ ਭਵਰਾ, ਸੁਰਿੰਦਰ ਕੌਰ ਤੇ ਸ਼ਾਇਦ ਆਸਾ ਸਿੰਘ ਮਸਤਾਨਾ, ਇਹ ਤਿੰਨੇ ਲੱਭਦੇ ਲਭਾਉਂਦੇ ਮਤਲਬ ਮਰਾੜੀ ਪਹੁੰਚ ਗਏ, ਪਿੰਡ ਪਹੁੰਚ ਗਏ ਪਿੰਡ ਪਹੁੰਚ ਗਏ ਤੇ ਕਹਿੰਦੇ ਵੀ ਅਸੀਂ ਬਾਬੂ ਸਿੰਘ ਮਾਨ ਨੂੰ ਮਿਲਣਾ ਤੇ ਕਿਸੇ ਨੇ ਕਿਹਾ ਵੀ ਬਾਬੂ ਸਾਡੇ ਬਾਬੂ ਸਿੰਘ ਮਾਨ ਤੇ ਸਾਡੇ ਪਿੰਡ ਕੋਈ ਨੀ, ਇੱਕ ਬਾਬੂ ਮੁੰਡਾ ਹੈਗਾ ਬਰਾੜਾ ਦਾ ਹੀ ਹੈ ਤੇ ਉਹਨੇ 10ਵੀਂ ਦੇ ਪੇਪਰ ਦਿੱਤੇ ਨੇ ਐਤਕੀ ਤੇ ਉਹ ਹੋ ਸਕਦਾ। ਕਹਿੰਦੇ ਪਿੰਡ ਚ ਲੋਕਾਂ ਨੂੰ ਪਤਾ ਨੀ ਸੀ ਮੈਂ ਗੀਤ ਲਿਖਦਾ। ਕਹਿੰਦੇ ਜਦੋਂ ਮੈਨੂੰ ਉਹਨਾਂ ਨੇ ਲੱਭਦੇ ਲਵਾਉਂਦੇ ਮੇਰੇ ਕੋਲ ਆ ਗਏ ਤੇ ਮੈਨੂੰ ਕਹਿੰਦੇ ਵੀ ਤੁਸੀਂ ਬਾਬੂ ਸਿੰਘ ਮਾਨ ਨੂੰ, ਮੈਂ ਮੇਰਾ ਕਹਿੰਦਾ ਮਨ ਵੀ ਹੱਸਿਆ ਕਿ ਸੁਰਿੰਦਰ ਕੌਰ ਨੂੰ ਮੈਂ ਚਿਹਰੇ ਤੋਂ ਵੇਖਿਆ ਹੀ ਨੀ ਸੀ ਕਦੇ ਕਹਾ। ਤੇ ਕਹਿੰਦੇ ਬੇਟਾ ਆਹ ਜਿਹੜਾ ਕਵਿਤਾ ਚ ਗੀਤ ਛਪਿਆ ਤੇਰਾ, ਕਹਿੰਦੇ ਉਦੋਂ ਤੱਕ ਮੈਨੂੰ ਡਾਕ ਰਾਹੀਂ ਰਸਾਲਾ ਨੀ ਸੀ ਮਿਲਿਆ ਹੋਇਆ। ਮੈਂ ਕਿਹਾ ਹਾਂ ਜੀ ਇਹ ਤਾਂ ਮੇਰਾ। ਕਹਿੰਦੇ ਇਹ ਸਾਨੂੰ ਦੇ ਸਕਦੇ, ਅਸੀਂ ਰਿਕਾਰਡ ਕਰਨਾ ਚਾਹੁੰਦੇ ਹਾਂ ਇਹਨੂੰ। ਕਹਿੰਦਾ ਮੈਨੂੰ ਇਹ ਲੱਗੇ ਵੀ ਜਿਵੇਂ ਧਰਤੀ ਘੁੰਮਣ ਲੱਗ ਗਈ ਹੈ ਵੀ ਹੈ, ਵੀ ਏਦਾਂ ਵੀ ਹੁੰਦਾ, ਏਦਾਂ ਵੀ ਹੁੰਦਾ, ਏਦਾਂ ਵੀ ਹੁੰਦਾ। ਕਹਿੰਦੇ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਜੀ ਵੀ ਮੇਰੇ ਵੱਡੇ ਭਾਗ ਵੀ ਜੇ ਤੁਸੀਂ ਮਤਲਬ ਲੈਣਾ ਚਾਹੁੰਦੇ ਹੋ ਤੇ। ਕਹਿੰਦੇ ਸੁਰਿੰਦਰ ਕੌਰ ਨੇ, ਕਹਿੰਦੇ ਹੁਣ ਰੇਡੀਓ ਤੋਂ ਨਾਂ ਬਹੁਤ ਸੁਣਿਆ ਸੀ ਉਹਨਾਂ ਦਾ, ਉਦੋਂ ਦਾ ਐਚ ਐਮ ਵੀ ਵਾਲੇ ਆਪਣੇ ਤਵੇ ਦੇ ਉੱਤੇ ਵੀ ਕੁੱਤੇ ਦੀ ਫੋਟੋ ਛਾਪਦੇ ਸੀ ਨਾ, ਆਰਟਿਸਟ ਦੀ ਛਾਪਦੇ ਨੀ ਸੀ ਉਦੋਂ। ਉਹ ਸਦੀਕ ਸਾਹਿਬ ਕਹਿੰਦੇ ਹੁੰਦੇ, ਕਹਿੰਦੇ ਬਈ ਮੈਂ ਰਿਕਾਰਡ ਲੈਣ ਚਲਾ ਗਿਆ ਆਪਣਾ ਗੁਪਤਾ ਗ੍ਰਾਮੋਫੋਨ ਕੰਪਨੀ ਦੇ ਲੁਧਿਆਣੇ ਭਦੌੜ ਹਾਊਸ, ਤੇ ਉਹ ਪਤਾ ਨੀ ਕਿਹੜਾ ਤਵਾ ਸੀ ਮੇਰਾ ਤੇ ਬਲੈਕ ਚ ਵਿਕ ਰਿਹਾ ਸੀ ਤੇ ਕੀਮਤ ਸੀ 16 ਰੁਪਈਏ ਤੇ ਮੈਨੂੰ ਕਹਿੰਦਾ ਮੈਂ ਠਹਿਗਾ ਤਾਂ ਦਿਆਂਗਾ। ਅੱਛਾ ਜੀ। ਕਹਿੰਦਾ ਮੈਂ ਉਹਨੂੰ ਕਿਹਾ ਵੀ ਜੇ ਸਦੀਕ ਤੇਰੇ ਕੋਲ ਲੈਣ ਆਵੇ ਫਿਰ ਵੀ ਤੂੰ ਇੰਨੇ ਦਾ ਦਏਗਾ? ਕਹਿੰਦਾ ਸਦੀਕ ਭਾਵੇਂ ਸਦੀਕ ਦਾ ਪਿਓ ਆ ਜਾਏ ਤਾਂ ਵੀ ਠਹਿਗਾ ਤਾਂ ਦਿਆਂਗਾ। ਸਦੀਕ ਸਾਹਿਬ ਨੂੰ ਆਪ ਸੁਣਾਈ ਗੱਲ, ਕਹਿੰਦੇ ਹੁਣ 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 ਕਹਿੰਦਾ ਜਿਹੜਾ ਰਿਕਾਰਡ ਵੇਚਣ ਵਾਲਾ ਤੇ ਕੱਲਾ ਕੁੱਤੇ ਨੂੰ ਜਾਣਦਾ, ਇਸ ਮਾਸਟਰਸ ਵਾਇਸ ਨੂੰ ਜਾਣਦਾ, ਮੈਨੂੰ ਜਾਣਦਾ ਹੀ ਨੀ ਬੰਦਾ ਉਹ। ਨਹੀਂ ਨਹੀਂ, ਇਸ ਕਰਕੇ ਇਹ ਵੀ ਉਹਦਾ ਆਵਾਜ਼ ਹੀ ਸੀ ਨਾ। ਤੇ ਸੋ ਇਹ ਗੱਲਾਂ ਨੇ ਸਾਰੀਆਂ ਜਿਹੜੀਆਂ ਵੀ ਕਦਰਦਾਨੀ ਵੀ ਭਵਰਾ ਸਾਹਿਬ ਨੇ ਸਿਖਾਈ ਇੱਕ ਮਿਊਜ਼ਿਕ ਡਾਇਰੈਕਟਰ ਹੁੰਦਿਆਂ ਸੁਣਦਿਆਂ, ਕਿਉਂਕਿ ਸ਼ਬਦ ਤੇ ਬੜੇ ਵੱਡੇ ਸਾਧਕ ਸੀ ਆਪ ਵੀ। ਹਾਂਜੀ ਹਾਂ।
ਉਹਨਾਂ ਦੇ ਜਿਹੜੇ ਉਸਤਾਦ ਸੀ ਨਾ ਭੁੱਲ ਗਏ ਸ਼ਾਇਦ ਉਹਨਾਂ ਦਾ ਗਿਆਨੀ ਸੰਪੂਰਨ ਸਿੰਘ ਉਹਨਾਂ ਨੇ ਗਿਆਨੀ ਸੰਪੂਰਨ ਸਿੰਘ ਉਹਨਾਂ ਨੇ ਉਹਨਾਂ ਨੂੰ ਮਤਲਬ ਜਿਹੜੀ ਲਿਆਕਤ ਦਿੱਤੀ ਉਹਦੇ ਸ਼ਬਦ ਦੀ ਮਤਲਬ ਅੰਦਰਲੀ ਤਹਿ ਜਿਵੇਂ ਪਿਆਸ ਦੀ ਅੰਦਰਲੀ ਤਹਿ ਤੱਕ ਪਹੁੰਚਣ ਦੀ ਵਿਧੀ ਮਤਲਬ ਮੈਂ ਕਹਿੰਦਾ ਹੁੰਦਾ ਕਿ ਜਿਹੜਾ ਬੰਦਾ ਭਵਰਾ ਸਾਹਿਬ ਦੇ ਨਾਲ ਦੀ ਖਹਿ ਕੇ ਵੀ ਲੰਘ ਗਿਆ ਨਾ ਉਹ ਸ਼ਬਦ ਦਾ ਪ੍ਰੋਨਾਂਸੀਏਸ਼ਨ ਗਲਤ ਨੀ ਕਰੇਗਾ ਮਤਲਬ ਉਹਦਾ ਬੰਦ ਕਰ ਦਿੱਤਾ ਨੈਸ਼ਨਲ ਮਿਊਜ਼ਿਕ ਕਾਲਜ ਸਰਾਭਾ ਨਗਰ ਆ ਗਏ ਆਪਣੀ ਕੋਠੀ ਚ ਹਾਂਜੀ ਉੱਥੇ ਵੀ ਸਿਖਾਉਂਦੇ ਰਹੇ ਬੜੇ ਲੋਕ ਉੱਥੇ ਵੀ ਸਿੱਖਣ ਜਾਂਦੇ ਹੁੰਦੇ ਸੀ ਮਨਮੋਹਨ ਵੀ ਸ਼ਾਇਦ ਉਦੋਂ ਤੁਸੀਂ ਵੀ ਉਦੋਂ ਆਏ ਹੋ ਹਾਂਜੀ ਸੁਖਨੈਣ ਆਪਣਾ ਡਾਕਟਰ ਸੁਖਨੈਣ ਸਿੱਖਣ ਜਾਂਦਾ ਸੀ ਯੂਨੀਵਰਸਿਟੀ ਵਾਲਾ ਸਾਡਾ ਮੁੰਡਾ ਇੱਕ ਕੁੜੀ ਰੁਪਿੰਦਰ ਰੂਪੀ ਹੁੰਦੀ ਸੀ ਉਹ ਸਿੱਖਣ ਆਉਂਦੀ ਹੁੰਦੀ ਸੀ ਮੈਨੂੰ ਯਾਦ ਹੈ ਹਾਂਜੀ ਤੇ ਕਦੇ ਕਦੇ ਕੰਪੀਟੀਸ਼ਨਸ ਕਰਵਾਉਣ ਲਈ ਕੇ ਦੀਪ ਜਗਮੋਹਨ ਕੌਰ ਹੋਰੀ ਵੀ ਆਉਂਦੇ ਹੁੰਦੇ ਸੀ ਕਿਉਂਕਿ ਪਹਿਲਾਂ ਵੀ ਜਗਮੋਹਨ ਹੋਰਾਂ ਨੇ ਸਿੱਖਿਆ ਸੀ ਉਹਨਾਂ ਤੋਂ ਸੋ ਉਹਨਾਂ ਵਕਤਾਂ ਦੇ ਵਿੱਚ ਮੇਰੀ ਵਾਈਫ ਉੱਥੇ ਰਾਮਗੜੀ ਦਾ ਲੈਕਚਰ ਸੀ ਉਹਦੀ ਜ਼ਿੰਮੇਵਾਰੀ ਲੱਗ ਗਈ ਕਿ ਡਰਾਮਾ ਤੇ ਮਿਊਜ਼ਿਕ ਆਈਟਮ ਤਿਆਰ ਕਰਵਾਉਣੀਆਂ ਤੇ ਮੈਂ ਇੱਕ ਦਿਨ ਬੈਠਾ ਸੀ ਭਵਰਾ ਸਾਹਿਬ ਕੋਲ ਮੈਂ ਕਿਹਾ ਭਵਰਾ ਸਾਹਿਬ ਹੈ ਤਾਂ ਵੈਸੇ ਤੁਸੀਂ ਉਹ ਸਾਨ ਤੇ ਸਾਨ ਨੂੰ ਬੋਲਦ ਨੂੰ ਕਦੇ ਬੋਲਦਾਂ ਦੇ ਬਰਾਬਰ ਨਹੀਂ ਰੱਖੀ ਦਾ ਸਾਨ ਨੂੰ ਕਦੇ ਵੀ ਮਤਲਬ ਉਹਦੇ ਚ ਪਜਾਲੀ ਚ ਨੀ ਜੋੜੀਦਾ ਹਾਂਜੀ ਉਹਨੂੰ ਪੇੜਾ ਹੀ ਚਾਰੀਦਾ ਯਾਰ ਉਹਨੂੰ ਫਸਲ ਮਿੱਧਣ ਦਾ ਵੀ ਹੱਕ ਹੈ ਤੇ ਉਹਨੂੰ ਖਾਣ ਦਾ ਵੀ ਹੱਕ ਹੈ ਪਿੰਡ ਦੇ ਵਿੱਚ ਤੇ ਮੈਂ ਕਿਹਾ ਤੁਸੀਂ ਉਹ ਲੋਕ ਸੰਗੀਤ ਦੇ ਇਸ ਵਕਤ ਮਾਪਦੰਡ ਤੇ ਤੁਹਾਨੂੰ ਮੈਂ ਕਹਾਂ ਜਾ ਕੇ ਕਾਲੀ ਦੀ ਤਿਆਰੀ ਕਰਾ ਦਿਓ ਤੇ ਇਹ ਗੱਲ ਹੈ ਤਾਂ ਗੁਨਾਹ ਆ ਪਰ ਮੇਰਾ ਜੀ ਕਰਦਾ ਕਹਿੰਦੇ ਬੇਟਾ ਜੇ ਤੇਰਾ ਜੀ ਕਰਦਾ ਤੇ ਤੇਰਾ ਜੀ ਮੈਂ ਜੇ ਨਾ ਪੂਰਾ ਕੀਤਾ ਤੇ ਕਿਹਨੂੰ ਕੀਤਾ ਮੈਂ ਉਹਨਾਂ ਨੂੰ ਕਾਲੀ ਲੈ ਗਿਆ ਔਰ ਤੁਹਾਨੂੰ ਯਾਦ ਹੋਣਾ ਕਿ ਇੱਕ ਬੇਟੀ ਹੁੰਦੀ ਸੀ ਛੋਟੇ ਜਿਹੇ ਘਰ ਦੀ ਕੁੜੀ ਰਵਿੰਦਰ ਛਾਬੜਾ ਉਸ ਨੂੰ ਉਹਨਾਂ ਨੇ ਇੱਕ ਕਲੀ ਤਿਆਰ ਕਰਵਾਈ ਜਿਹੜੀ ਕਿਸੇ ਵੇਲੇ ਰਜਿੰਦਰ ਰਾਜੇ ਹੋਰਾਂ ਨੂੰ ਕਰਾਉਂਦੇ ਹੁੰਦੇ ਸੀ ਅੱਛਾ ਜੀ ਜਨਮ ਦੇ ਦਿਓ ਬਾਪਿਓ ਇਹ ਕਰਮ ਨਾ ਲਿਖ ਦੇਣੇ ਲੇਖ ਲੇਖ ਦਿੱਤੇ ਜੋਗੀ ਦੇ ਵੱਲੇ ਘਰ ਤੋਂ ਕੱਢਿਆ ਰਾਂਝਾ ਉਹ ਰਾਂਝੇ ਦੀਆਂ ਪਾਈਆਂ ਨੇ ਬੜੀ ਕਮਾਲ ਦੀ ਕੰਪੀਟੀਸ਼ਨ ਸੀ ਉਸ ਨੂੰ ਕਲੀ ਤਿਆਰ ਕਰਾਇਆ ਇਹਨਾਂ ਨੇ ਤਾਂ ਉਹਦੇ ਨਾਲ ਅਸੀਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਜਿੱਤੀ ਹਾਂਜੀ ਫਿਰ ਦਿੱਲੀ ਜਾ ਕੇ ਤੇ ਇੰਟਰ ਯੂਨੀਵਰਸਿਟੀ ਉਹਦੇ ਨਾਲ ਜਿੱਤੀ ਭਵਰਾ ਸਾਹਿਬ ਨੇ ਇੰਨਾ ਪੋਲਿਸ਼ ਕੀਤਾ ਤੇ ਮੈਂ ਤੇ ਕਈ ਵਾਰੀ ਕਹਿੰਦਾ ਹੁੰਦਾ ਕਿ ਭਵਰਾ ਸਾਹਿਬ ਦੇ ਬੜੇ ਵੱਡੇ ਅਹਿਸਾਨ ਨੇ ਮੇਰੇ ਤੇ ਇੱਕ ਗੀਤ ਐਸਾ ਜਿਹੜਾ ਕਿਸੇ ਹੋਰ ਦਾ ਹੀ ਹੈ ਹਾਂਜੀ ਤੁਸੀਂ ਦੱਸਦੇ ਸੀ ਉਹ ਉਹਨਾਂ ਨੇ ਮੇਰੇ ਨਾਲ ਤੇ ਐਸਾ ਜੋੜਿਆ ਹੋਇਆ ਮੈਨੂੰ ਲੋਕੀ ਕਹਿੰਦੇ ਤੇਰਾ ਉਹ ਗੀਤ ਪੜਿਆ ਸੀ ਤੇਰਾ ਗੀਤ ਸੁਣਿਆ ਸੀ ਮੈਂ ਕਹੋ ਮੇਰਾ ਗੀਤ ਨਹੀਂ ਮੇਰੀ ਓਵਰ ਬੀਤ ਚੱਲੀ ਕਹਿੰਦੇ ਮੇਰਾ ਗੀਤ ਨਹੀਂ ਹੈਗਾ ਕਹਿੰਦੇ ਨਹੀਂ ਭਵਰਾ ਸਾਹਿਬ ਨੇ ਕਿਹਾ ਵੀ ਤੇਰਾ ਉਹ ਗੀਤ ਸੀ ਨਾ ਵੀ ਕਿੰਨੀਆਂ ਕੋ ਕਰਤਾ ਮੈਂ ਸ਼ਿਕਾਇਤਾਂ ਦੀਆਂ ਪੂਣੀਆਂ ਚਰਖੇ ਦੀ ਟੁੱਟ ਗਈ ਹੈ ਮਾਲ ਹਾਂਜੀ ਹਾਂਜੀ ਹਾਂ ਆਪਣੀ ਕਾਪੀ ਚ ਤੁਹਾਡਾ ਨਾਮ ਮੋਹਰੇ ਲਿਖ ਦਿੱਤਾ ਉਹਦੇ ਹਾਂਜੀ ਇਹੀ ਕੰਮ ਐਵੇਂ ਰਜਿੰਦਰ ਮਲਹਾਰ ਉਹਨਾਂ ਸ਼ਾਗਿਰਦ ਹਾਂਜੀ ਉਹ ਵੀ ਦੱਸਣ ਲੱਗਾ ਇੱਕ ਦਿਨ ਕ੍ਰਿਸ਼ਨ ਕੈਸ ਮੁੰਡਾ ਜਿਹੜਾ ਦਲਜੀਤ ਕੈਸ ਨਾਲ ਥੱਲੇ ਇਸ ਵੇਲੇ ਬਹੁਤ ਅੱਛਾ ਕੰਮ ਕਰ ਰਿਹਾ ਅੱਜ ਕੱਲ੍ਹ ਪੜ੍ਹੇ ਉਹ ਕਹਿਣ ਲੱਗੇ ਕਹਿੰਦੇ ਸਾਨੂੰ ਤਾਂ ਇਹ ਲੱਗਦਾ ਤੁਹਾਡਾ ਹੀ ਗੀਤ ਹੈ ਮੈਂ ਕਿਹਾ ਮੇਰਾ ਨਹੀਂ ਹੈਗਾ ਪਰ ਮੇਰੇ ਖਾਤੇ ਚ ਪਾ ਦਿੱਤਾ ਉਦੋਂ ਬਾਅਦ ਵਿੱਚ ਫਿਰ ਨਾ ਜਦੋਂ ਭਵਰਾ ਸਾਹਿਬ ਜੋਧੀ ਆਏ ਨੇ ਹਾਂਜੀ ਤੇ ਜਿਸ ਅੰਦਾਜ਼ ਨਾਲ ਉਹਨਾਂ ਨੇ ਗੁਰਮਤ ਸੰਗੀਤ ਦੀ ਸੰਭਾਲ ਵਾਸਤੇ ਕੰਮ ਕੀਤਾ ਮੇਰੀ ਤੋਬਾ ਮੇਰੀ ਪਹਿਲਾਂ ਤਾਂ 9 ਮੈਂਬਰੀ ਕਮੇਟੀ ਬਣਾ ਕੇ ਸੰਤ ਬਾਬਾ ਸੋਚਾ ਸਿੰਘ ਨੂੰ ਕਿਹਾ ਵੀ ਕਮੇਟੀ ਬਣਾਓ ਹਾਂਜੀ ਉਹਦੇ ਚ ਰਾਗ ਨਾਇਕ ਕਮੇਟੀ ਬਣਾਈ ਗਈ ਜਿਹਦੇ ਚ ਦਲੀਪ ਚੰਦਰ ਬੇਦੀ ਵਰਗੇ ਬੰਦੇ ਪ੍ਰੋਫੈਸਰ ਕਰਤਾਰ ਸਿੰਘ ਵਰਗੇ ਬੰਦੇ ਪ੍ਰੋਫੈਸਰ ਆਪਣੇ ਕੀ ਨਾਂ ਸੀ ਉਹਨਾਂ ਦਾ ਜਿਹੜੇ ਮਹਾਂਪੁਰਖ ਆਪਣੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸੀ ਬਲਵੀਰ ਸਿੰਘ ਬਲਵੀਰ ਸਿੰਘ ਜੀ ਹਾਂਜੀ ਉਹ ਸਾਰਿਆਂ ਨੂੰ ਪਾ ਕੇ ਫਿਰ ਉਸਤੇ ਰਾਗ ਨਿਰਣਾਇਕ ਕਮੇਟੀ ਬਣਾਈ ਡਾਕਟਰ ਗੁਰਨਾਮ ਸਿੰਘ ਵੀ ਸੀ ਉਹਦੇ ਚ ਹਾਂਜੀ ਉਹਦੇ ਨਾਲ ਫਿਰ ਉਹਦੇ ਰਾਗ ਪ੍ਰਕਾਰਾਂ ਜਿਹੜੀਆਂ ਸੀ ਉਹਨਾਂ ਦੀ ਪਛਾਣ ਕਰਵਾਈ ਹਾਂਜੀ ਬੰਦਿਸ਼ਾਂ ਬਣਵਾਈਆਂ ਫਿਰ ਰਾਗੀ ਲੱਭੇ ਮੈਨੂੰ ਯਾਦ ਹੈ ਮੈਂ ਵੀ ਉਹਨਾਂ ਦਿਨਾਂ ਚ ਨਾਲ ਮੈਨੂੰ ਇਨਵੋਲਵ ਸੀਗਾ ਅਯੋਧਿਆ ਦੇ ਵਿੱਚ ਰਬਾਬ ਨਾ ਲੱਭੇ ਕਿਤੋਂ ਰਬਾਬੀ ਪਹਿਲਾਂ ਰਬਾਬੀ ਨਾ ਲੱਭੇ ਫਿਰ ਰਬਾਬ ਨਾ ਲੱਭੇ ਹਾਂਜੀ ਮਤਲਬ ਭਵਰਾ ਸਾਹਿਬ ਦੀ ਤਾਂ ਵੇਖੋ ਕਿ ਸਾਰਾ ਕੰਮ ਉਹਨਾਂ ਓਰਿਜਨਲ ਕਰਵਾਇਆ ਫਿਰ ਰਿਕਾਰਡਿੰਗ ਜਿਹੜੀ ਸੀਗੀ ਉਦੋਂ ਬਾਅਦ ਜਦੋਂ ਇੰਟਰੋਡਕਸ਼ਨ ਰਾਗਾਂ ਦੇਣੀ ਸੀ ਸੋਹਣਾ ਜਿਹੜੇ ਕੈਸੇਟ ਦਾ ਸੈੱਟ ਬਣਾਇਆ ਗਿਆ ਹਾਂਜੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਪਹਿਲੇ ਦਾ ਉਹਦੀ ਸਾਰੀ ਇੰਟਰੋਡਕਸ਼ਨ
ਉਹਨਾਂ ਦੀ ਰਿਕਾਰਡ ਕੀਪ ਕਰਵਾਈ ਹੋਈ ਹੈ। ਹਾਂਜੀ ਹਾਂਜੀ। ਔਰ ਵੇਖੋ ਸਾਡੀ ਬਦਕਿਸਮਤੀ, ਕਿਸੇ ਕੋਲ ਨਿੱਜੀ ਤੌਰ ਤੇ ਭਾਵੇਂ ਰਿਕਾਰਡਿੰਗ ਪਈ ਹੋਵੇ, ਭਵਰਾ ਸਾਹਿਬ ਦੀ ਆਵਾਜ਼ ਦੀ ਰਿਕਾਰਡਿੰਗ ਸਿਵਾਏ ਉਹਨਾਂ 31 ਰਾਗਾਂ ਦੀ ਇੰਟਰੋਡਕਸ਼ਨ ਤੋਂ ਬਿਨਾਂ ਮੈਨੂੰ ਹੋਰ ਕਿਤੇ ਨਹੀਂ ਲੱਗੀ। ਪਲਾਜ਼ਮਾ ਰੈਕਟਸ ਤੇ ਉਹਦੇ ਵਿੱਚ ਆਵਾਜ਼ ਉਹਨਾਂ ਦੀ ਤੁਹਾਨੂੰ ਪਤਾ ਭਾਰੀ ਬਹੁਤ ਸੀ, ਬਹੁਤ ਰੋਬਦਾਰ ਆਵਾਜ਼ ਸੀ ਤੇ। ਪਰ ਜਿਹੜੀ ਤੁਸੀਂ ਗੁਰਮਤਿ ਸੰਗੀਤ ਦੀ ਗੱਲ ਕੀਤੀ ਆ, ਉਹਨਾਂ ਕੋਲ ਬਹੁਤ ਜ਼ਿਆਦਾ ਭੰਡਾਰ ਸੀ ਤੇ ਉਹ ਗਿਆਨੀ ਸੰਪੂਰਨ ਸਿੰਘ ਜੀ ਕੋਲੋਂ ਜਿਹੜਾ ਜੱਦੀ ਪੁਸ਼ਤੀ ਕੀਰਤਨ ਦਾ ਚੱਲਦਾ ਆਇਆ, ਉਹ ਉਹਨਾਂ ਕੋਲ ਸਾਰੀ ਚੀਜ਼ ਇੱਕ ਤਰੀਕੇ ਨਾਲ ਉਹਨਾਂ ਦੀ ਯਾਦ ਸ਼ਕਤੀ ਦੇ ਵਿੱਚ ਸੁਰੱਖਿਅਤ ਸੀ। ਉਹ ਸੁਰੱਖਿਅਤ ਵੀ ਸੀ, ਦੂਸਰੀ ਗੱਲ ਇੱਕ ਹੋਰ ਸੀ ਬੜੀ ਇੰਪੋਰਟੈਂਟ, ਉਹ ਇਹ ਸੀ ਕਿ ਜਿਹੜੇ ਗਿਆਨੀ ਸੰਪੂਰਨ ਸਿੰਘ ਜੀ ਸਨ ਨਾ, ਹਾਂਜੀ, ਈਵਨ ਸਰਦੂਲ ਦੇ ਫਾਦਰ ਸਾਹਿਬ ਸਾਗਰ ਮਸਤਾਨਾ ਜੀ ਵੀ ਉਹਨਾਂ ਦੇ ਸ਼ਾਗਿਰਦ ਸੀ। ਹਾਂਜੀ, ਅੱਛਾ ਜੀ। ਔਰ ਜਦੋਂ ਕਈ ਵਾਰ ਭਵਰਾ ਸਾਹਿਬ ਦੱਸਦੇ ਹੁੰਦੇ ਸੀ, ਕਹਿੰਦੇ ਜੇ ਕਿਤੇ ਸਾਨੂੰ ਆਪਸ ਦੇ ਵਿੱਚ ਗੁੰਝਲ ਪੈ ਜਾਂਦੀ ਸੀ ਤੇ ਬਲਬੀਰ ਸਿੰਘ ਜਿਹਨਾਂ ਨੂੰ ਅਸੀਂ ਦਰਬਾਰ ਸਾਹਿਬ ਜ਼ੋਰੀਆ ਦੇ ਰੂਪ ਚ, ਜਿਹਨਾਂ ਦਾ ਕਾਮਨ ਨਾਮ ਉਹਨਾਂ ਦੇ ਵਕਤਾਂ ਚ ਬਲਬੀਰ ਸਿੰਘ ਭੰਗੜਾ ਕਹਿੰਦੇ ਹੁੰਦੇ ਮਜ਼ਾਕ ਨਾਲ, ਉਹ ਵੀ ਬਹੁਤ ਵੱਡੇ ਸੰਗੀਤ ਦੇ ਮਾਰਤੰਡ ਸੀ। ਸਰਾਭਾ ਨਗਰ ਆਉਂਦੇ ਹੁੰਦੇ ਸੀਗੇ ਜੀ, ਤੇ ਉਹਨਾਂ ਨੇ ਕਈ ਵਾਰੀ ਕਈ ਕਈ ਦਿਨ ਫਿਰ ਰਹਿਣਾ, ਕਈ ਕਈ ਦਿਨ ਰਹਿਣਾ ਉੱਥੇ। ਮੈਂ ਜ਼ਿੰਦਗੀ ਚ ਮੇਰਾ ਖਿਆਲ ਹੈ ਕਿ ਜੇ ਕਿਸੇ ਹਜ਼ੂਰੀ ਰਾਗੀ ਨੂੰ ਪਹਿਲੀ ਵਾਰ ਹਾਂਜੀ ਚਰਨ ਘੁੱਟੇ ਨੇ, ਹਾਂ, ਤਾਂ ਉਹ ਕੱਲੇ ਬਲਬੀਰ ਸਿੰਘ ਦੇ ਘੁੱਟੇ ਨੇ। ਉਹ ਉਹ ਅਕਸਰ ਆ ਕੇ ਕਈ ਕਈ ਦਿਨ ਕਿਆਮ ਕਰਦੇ ਹੁੰਦੇ ਸੀ ਇੱਥੇ ਆ ਕੇ। ਹਾਂਜੀ ਹਾਂ। ਅੱਛਾ, ਉਹਨਾਂ ਦੀ ਕੋਠੀ ਹੋਈ ਸ਼ਰਦਾਈ ਵੀ ਪੀਤੀ ਹੈ ਮੈਂ, ਉਹ ਵੀ ਭਵਰਾ ਸਾਹਿਬ ਦੇ ਉਸੇ ਕੋਠੀ ਜੀ ਕੋਠੀ ਜੀ ਅੱਛਾ ਜੀ ਅੱਛਾ ਮੇਰੇ ਤੌਰ ਪਰ ਭੁੱਲ ਗਏ, ਮੈਂ ਕਿਹਾ ਯਾਰ ਇਹ ਪੰਗਾ ਲੈ ਲਿਆ, ਮੈਨੂੰ ਐ ਲੱਗੇ ਵੀ ਸ਼ਹਿਰ ਹੀ ਘੁੰਮੀ ਜਾਂਦਾ ਸਾਰਾ ਮੇਰੇ ਅੱਗੇ ਅੱਗੇ। ਸੋ ਉਹਨਾਂ ਦੀ ਮੁਹੱਬਤ ਬੜੀ ਸੀ ਆਪਸ ਦੇ ਵਿੱਚ। ਹਾਂਜੀ ਹਾਂਜੀ ਹਾਂ। ਧਰਤੀ ਮਾਤ ਜਿੱਡੀ ਬੁੱਕਲ ਸੀ ਉਸ ਬੰਦੇ ਦੀ, ਧਰਤੀ ਮਾਤ ਜਿੱਡੀ ਬੁੱਕਲ। ਮੈਂ ਰਾਮਗੜੀ ਅਕਾਲੀ ਦੇ ਪ੍ਰਸੰਗ ਚ ਗੱਲ ਦੱਸਣੀ ਚਾਹਾਂਗਾ ਦੋਸਤਾਂ ਨੂੰ। ਹਾਂਜੀ। ਹੋਇਆ ਕੀ ਵੀ ਜਦੋਂ ਉਹਨਾਂ ਨੂੰ ਉੱਥੇ ਲੈ ਗਏ ਤੇ ਪਹਿਲੇ ਸਾਲ ਕਰਮਪਾਲ ਢਿੱਲੋਂ ਨੂੰ ਉਹਨਾਂ ਨੇ ਬੁਲਾ ਲਿਆ ਕਰਤਾਰਪੁਰ ਵਾਲੇ ਦੋਸਤ ਨੂੰ। ਹਾਂਜੀ। ਅਸੀਂ ਸਾਰੇ ਕਾਫਲਾ ਬਣ ਗਿਆ, ਬਹੁਤ ਅੱਛਾ ਸਾਡਾ ਮਾਹੌਲ ਬਣਿਆ ਉੱਥੇ, ਤੇ ਮੈਂ ਪੁੱਛਿਆ, ਮੈਂ ਕਿਹਾ ਭਵਰਾ ਸਾਹਿਬ ਫਿਰ ਕੀ ਸੇਵਾ ਕਰੀਏ ਜਦੋਂ ਫੰਕਸ਼ਨ ਮੁੱਕ ਗਏ ਸਾਰੇ। ਹਾਂਜੀ। ਉਦੋਂ ਨਾ ਮਤਲਬ 84-85 ਚ ਬੜੀ ਵੱਡੀ ਰਕਮ ਹੁੰਦੀ ਸੀ, 25,000 ਰੁਪਈਆ। ਹਾਂਜੀ। ਕਹਿੰਦੇ ਵੀ 25,000 ਦੇ ਦਿਓ। ਮੈਂ ਪ੍ਰਿੰਸੀਪਲ ਭੈਣ ਜੀ ਹਰਮੀਤ ਹੁੰਦੇ ਸੀ ਉਹਨਾਂ ਨੂੰ, ਮੈਂ ਕਿਹਾ ਭੈਣ ਜੀ ਵੀ ਇਹ ਤਾਂ ਬਹੁਤ ਵੱਡਾ ਵੱਡਾ ਰੱਖਤਾ, ਤੇ ਪਹਿਲਾਂ ਗੱਲ ਖੋਲੀ ਨੀ। ਉਹ ਕਹਿੰਦੇ ਵੀ ਹੁਣ ਜਿੰਨੇ ਮੰਗੇ ਨੇ ਦੇ ਦਿਓ, ਕਿਉਂਕਿ ਸਾਰੀਆਂ ਜਿੱਤਾਂ ਆਪਣੀ ਝੋਲੀ ਚ ਇਹਨਾਂ ਦੇ ਕਰਕੇ ਪਈਆਂ ਨੇ। ਅਸੀਂ ਜੀ 25,000 ਰੁਪਇਆ ਅਕਾਊਂਟੈਂਟ ਨੂੰ ਕਹਿ ਕੇ ਮੰਗਵਾ ਲਿਆ, ਲਿਫਾਫੇ ਚ ਪਾ ਕੇ ਜੋ ਦਿੱਤਾ, ਤੇ ਵਿੱਚੋਂ ਸਿਰਫ 1,000 ਰੁਪਇਆ ਕੱਢਿਆ ਤੇ 24,000 ਉਸੇ ਸੱਜੇ ਹੱਥ ਨਾਲ ਮੋੜ ਕੇ ਕਹਿੰਦੇ ਬੇਟਾ ਤੂੰ ਪ੍ਰਿੰਸੀਪਲ ਹੈ ਤੇ ਤੇਰੇ ਕੋਲ ਲੋੜਵੰਦ ਕੁੱਟੀਆਂ ਭੈਣਾਂ ਇੱਥੇ ਪੜ੍ਹਨ ਬਹੁਤ ਆਉਂਦੀਆਂ, ਮੈਨੂੰ ਪਤਾ ਹੈ ਬਹੁਤ ਇਲਾਕਾ ਕਮਜ਼ੋਰ ਹੈ ਆਰਥਿਕ ਤੌਰ ਤੇ, ਇਹ ਮੇਰੇ ਵੱਲੋਂ ਉਹਨਾਂ ਦੀ ਫੀਸਾਂ ਚ ਪਾ ਦੇ। ਕੈਸੀ ਬਾਤ ਹੈ। ਹਾਂਜੀ ਹਾਂ। ਕੈਸੀ ਬਾਤ, ਕੈਸੀ ਬਾਤ। ਇੱਕ ਘਟਨਾ ਜਿਹੜੀ ਮੈਂ ਕਨਫਰਮ ਉਹਨਾਂ ਤੋਂ ਕੀਤੀ, ਦੱਸੀ ਕਿਸੇ ਹੋਰ ਨੇ ਸੀ। ਹਾਂਜੀ। ਇੱਕ ਉਹਦਾ ਸ਼ਾਗਿਰਦ ਸੀ ਕੋਈ ਜੱਟ ਭਰਾ ਸਾਡੇ ਵਰਗਾ, ਤੇ ਉਹ ਕਿਸੇ ਕੋਲੋਂ ਤਲਿੰਗ ਹੋ ਗਿਆ। ਤਲਿੰਗ ਐਸਾ ਹੋਇਆ ਕਿ ਇੱਥੋਂ ਤੱਕ ਉਹਨੇ ਕਹਿ ਦਿੱਤਾ ਬਈ ਮੈਂ ਇਹਦੇ ਗੁੱਟ ਵੱਢ ਦੇਣੇ ਆ, ਇਹੀ ਮਾਣ ਹੈ ਨਾ ਹਾਰਮੋਨੀਅਮ ਬੜਾ ਸੋਹਣਾ ਵਜਾਉਂਦਾ, ਤੇ ਮੈਂ ਤੇ ਗੁੱਟ ਵੱਢ ਦੇਣੇ ਆ, ਫਿਰ ਦੇਖਾਂਗੇ ਭਵਰਾ ਮੰਗ ਮੰਗ ਖਾਂਦਾ ਫਿਰੇਗਾ। ਉਹ ਜਿਹੜਾ ਦਾਤਰ ਪਿੰਡਾਂ ਦੇ ਵਿੱਚ ਆਮ ਲੱਕੜਾਂ ਵੱਢਣ ਲਈ ਰੱਖਿਆ ਹੁੰਦਾ ਲੋਕਾਂ ਨੇ, ਉਹ ਦਾਤਰ ਲੈ ਕੇ ਤੇ ਬੁੱਕਲ ਮਾਰ ਕੇ ਤੇ ਪੌੜੀਆਂ ਚੜ ਰਿਹਾ। ਭਵਰਾ ਸਾਹਿਬ ਜਾਂਦੇ ਨੇ ਕੰਪੀਟੀਸ਼ਨ ਬਣਾ ਰਹੇ ਨੇ ਕੋਈ, ਉਹਨੂੰ ਵੇਖ ਕੇ ਕਹਿੰਦੇ ਆਹ ਹਾ ਹਾ ਬੜੇ ਟਾਈਮ ਸਿਰ ਆਇਆ ਤੂੰ, ਬਹੁਤ ਟਾਈਮ ਸਿਰ ਆਇਆ, ਦੇਖ ਕੰਪੀਟੀਸ਼ਨ ਕੈਸੀ ਬਣਾਈ ਹੈ, ਆਹ ਦੇਖ ਅਲਾਪ ਲਿਆ, ਕਹਿੰਦੇ ਆਹ ਦੇਖ ਕੰਪੀਟੀਸ਼ਨ ਦੇਖ, ਆਹ ਹਾ। ਉਹ ਬੰਦਾ ਸਿਰ ਰੱਖ ਕੇ ਹਾਰਮੋਨੀਅਮ ਤੇ ਫਿਸ ਪਿਆ, ਰੋ ਪਿਆ, ਉਹਦੇ ਹੱਥੋਂ ਡਿੱਗ ਪਿਆ ਉਹ ਦਾਤਰ ਜਿਹਦੇ ਨਾਲ ਉਹਨਾਂ ਨੇ ਗੁੱਟ ਵੱਢਣ ਦਾ ਪ੍ਰਣ ਕੀਤਾ ਸੀ ਆਪਣੇ ਆਪ ਨਾਲ। ਤੇ ਮੈਨੂੰ ਲੱਗਿਆ ਕਿ ਸੁਰਜੀਤ ਪਾਤਰ ਦਾ ਉਹ ਸ਼ੇਰ ਜਿਹੜਾ ਨਾ, ਹਾਂਜੀ, ਕਿ ਤਾਨ ਸੈਨ ਤੋਂ ਪਿਓ ਦਾ ਬਦਲਾ ਬੈਜੂ ਲੈਣ ਗਿਆ, ਹਾਂਜੀ, ਤਾਨ ਸੁਣੀ ਹਾਂ ਤਾਂ ਅਥਰੂ ਬਣ ਕੇ ਡਿੱਗ ਪਈ ਕਿਰਪਾਨ। ਮੈਨੂੰ ਲੱਗਿਆ ਕਿ ਇਹ ਤਾਂ ਵਾਪਰਦਾ। ਮੈਂ ਕਿਹਾ ਭਵਰਾ ਸਾਹਿਬ ਇੱਦਾਂ ਗੱਲ ਹੋਈ ਸੀ? ਕਹਿੰਦੇ ਹਾਂ ਹੋਈ ਸੀ, ਹੋਈ ਸੀ, ਹੋਈ ਸੀ, ਏਦਾਂ ਹੀ ਹੋਈ ਸੀ। ਮਤਲਬ ਜਿਹੜੀ
ਮੈਂ ਕਹਿੰਦਾ ਕਿ ਜੋ ਬਾਦਸ਼ਾਹੀ ਜੋ ਫਕੀਰੀ ਹਾਂਜੀ ਕੱਲੇ ਸੰਗੀਤ ਚ ਹੀ ਨਹੀਂ ਜ਼ਿੰਦਗੀ ਚ ਵੀ ਜਿਹੜੀ ਮਾਣੀ ਉਸ ਬੰਦੇ ਨੇ ਹਾਂਜੀ ਮੈਂ ਉਹਦੇ ਵਰਗਾ ਸ਼ਹਿਨਸ਼ਾਹ ਕੋਈ ਨੀ ਵੇਖਿਆ ਮੈਂ ਉਹਦੇ ਵਰਗਾ ਦਰਵੇਸ਼ ਕੋਈ ਨੀ ਵੇਖਿਆ ਹਾਂਜੀ ਹਾਂ ਮੈਂ ਨੀ ਵੇਖਿਆ ਸਾਨੂੰ ਤਾਂ ਉੱਥੇ ਅਸੀਂ ਘਰ ਦੇ ਵਿੱਚ ਉਹਨਾਂ ਦੇ ਖਰਚੇ ਪਾਣੀ ਕਰਦੇ ਰਹੇ ਸਭ ਕੁਛ ਸਾਨੂੰ ਪਤਾ ਕਿੱਥੋਂ ਪੈਸੇ ਆਉਂਦੇ ਸੀ ਕਿੱਥੇ ਜਾਂਦੇ ਸੀ ਤਾਂ ਉਹ ਐਸੇ ਬੰਦੇ ਸੀਗੇ ਕਿ ਬੜੀ ਹੈਰਾਨੀ ਹੁੰਦੀ ਆ ਕਿ ਉਹਨਾਂ ਦਾ ਫੋਕਸ ਨਹੀਂ ਉਹ ਸੀਗਾ ਉਹਨਾਂ ਨੇ ਕਦੇ ਉਸ ਚੀਜ਼ ਬਾਰੇ ਸੋਚਿਆ ਹੀ ਨਹੀਂ ਸੀਗਾ ਸਹੀ ਬਾਤ ਹੈ ਜਿੱਦਾਂ ਇੱਕ ਬੰਦਾ ਕੋਈ ਨਾ ਇੱਕ ਆਰਟਿਸਟਰੀ ਨੂੰ ਕੋਈ ਲਾਈਫ ਇੰਨੀ ਡੈਡੀਕੇਟ ਕਰ ਦਿੰਦਾ ਇਹ ਵੱਖਰੀ ਗੱਲ ਆ ਕਿ ਉਹ ਕੋਠੀਆਂ 'ਚ ਰਹਿ ਰਹੇ ਆ ਅਤੇ ਘਰਾਂ 'ਚ ਰਹਿ ਰਹੇ ਆ ਉਹਨਾਂ ਦੇ ਬੱਚੇ ਨੇ ਪਰਿਵਾਰ ਆ ਅਤੇ ਕੋਈ ਆਸ਼ਰਮ 'ਚ ਰਹਿੰਦਾ ਜੰਗਲ ਪਰ ਉਹ ਸੀਗੇ ਇਸ ਤਰ੍ਹਾਂ ਦੇ ਜੋਗੀ ਚਾਹੇ ਉਹਨਾਂ ਨੂੰ ਉਹਨਾਂ ਲਈ ਉਹ ਵੀ ਆਸ਼ਰਮ ਹੀ ਸੀਗਾ ਅੱਛਾ ਉਹ 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 ਦੂਸਰੇ ਦੀ ਪੀੜ ਨੂੰ ਜਿਵੇਂ ਵੇਖਦੇ ਸੀ ਉਹ ਵੀ ਬੜੀ ਕਮਾਲ ਸੀ ਸ਼ਾਇਦ ਤੁਹਾਨੂੰ ਅਹਿਸਾਸ ਹੋਇਆ ਕਿਉਂਕਿ ਤੁਹਾਡੇ ਘਰਾਂ ਪਰਿਵਾਰਾਂ 'ਚ ਵੀ ਆਉਣ ਜਾਣ ਸੀ ਉਹਨਾਂ ਦਾ ਹਾਂਜੀ ਮੇਰੀ ਨਾ ਵਾਈਫ ਜਿਹੜੀ ਰਾਮਗੜੀ ਗੱਲ ਪੜ੍ਹਾਉਂਦੀ ਸੀ ਉਹਨੂੰ ਨਾ 1991 'ਚ ਕੈਂਸਰ ਇੰਟਰੈਕਟ ਹੋ ਗਿਆ ਅੱਛਾ ਜੀ ਤੇ ਉਦੋਂ ਹੀ ਪਵਨਾ ਸਾਹਿਬ ਜੋਧੀ ਰਹਿੰਦੇ ਸੀ ਉਹਨਾਂ ਦਿਨਾਂ ਵਿੱਚ ਜੋਧੀ ਗੁਰਦੁਆਰਾ ਮੇਰੇ ਘਰ ਤੋਂ ਹਾਰਡਲੀ 2 ਕਿਲੋਮੀਟਰ ਵੀ ਨਹੀਂ ਹੋਣਾ ਘੱਟ ਹੈ ਤੂੰ ਹਾਂਜੀ ਤੁਸੀਂ ਯਕੀਨ ਕਰੋਗੇ ਕਿ ਪਵਨਾ ਸਾਹਿਬ ਨੇ ਬਹੁਤ ਵਾਰ ਹਰ ਦੂਸਰੇ ਤੀਸਰੇ ਚੌਥੇ ਹਫ਼ਤੇ ਆਉਣਾ ਕੋਲ ਬੈਠ ਕੇ ਉਵੇਂ ਗੱਲਾਂ ਕਰਨੀਆਂ ਜਿਵੇਂ ਆਪਣੀ ਸਕੀ ਧੀ ਨਾਲ ਗੱਲਾਂ ਕਰੀ ਦੀਆਂ ਨੇ ਔਰ ਜਿਵੇਂ ਦਰਦ ਵੰਡਾਇਆ ਸਾਡਾ ਖਾਸ ਕਰਕੇ ਉਹਨਾਂ ਵਕਤਾਂ ਦੇ ਵਿੱਚ ਸੰਤ ਸੁੱਚਾ ਸਿੰਘ ਨੇ ਆਪ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਆਪ ਈਵਨ ਜਦੋਂ ਸਰਜਰੀ ਹੋਈ ਹੈ DFC 'ਚ ਆਪ ਉਹਨਾਂ ਨੇ ਕੀਰਤਨ ਕੀਤਾ ਭਵਰਾ ਸਾਹਿਬ ਲਗਾਤਾਰ ਇੱਕ ਹਫ਼ਤਾ ਜਾਂਦੇ ਰਹੇ ਉਦੋਂ ਸੋ ਕਹਿੰਦਾ ਮਤਲਬ ਵੀ ਉਹ 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 ਦੂਜੇ ਦੀ ਪੀੜ ਨੂੰ ਆਪਣੀ ਪੀੜ ਜਾਣਨ ਦੀ ਵੀ ਉਹਨਾਂ 'ਚ ਲਿਆਕਤ ਬਹੁਤ ਵੱਡੀ ਸੀ ਇਹੀ ਆਰਟਿਸਟਰੀ ਵੀ ਉਹਦੇ ਵਿੱਚੋਂ ਹੀ ਪੈਦਾ ਹੁੰਦੀ ਹੈ ਜਿਹੜੀ ਕਲਾਕਾਰੀ ਆ ਜੀ ਅਸਲ ਵਿੱਚ ਤਾਂ ਇਹ ਦੂਜੇ ਦਾ ਦਰਦ ਹੀ ਸਮਝਣਾ ਹੁਣ ਤੁਸੀਂ ਕਵਿਤਾ ਲਿਖਦੇ ਇੱਕ ਮੇਰਾ ਸ਼ੇਅਰ ਆ ਜੀ ਕਿ ਜਿੰਨਾ ਕੁ ਦਰਦ ਦੱਸਿਆ ਜਿੰਨੇ ਕੁ ਬੋਲ ਬੋਲੇ ਉਨਾ ਹੀ ਅਗਰ ਲਿਖਿਆ ਤਾਂ ਕਿਸ ਨੇ ਤਰਸ ਕਰਨਾ ਉਹੀ ਅਗਲੇ ਦਾ ਹੀ ਦੁੱਖ ਨਹੀਂ ਦੇਖਣਾ ਪੈਂਦਾ ਉਸ ਦੁੱਖ ਨੂੰ ਵਧਾ ਕੇ ਮਹਿਸੂਸ ਕਰਨਾ ਪੈਂਦਾ ਤਾਂ ਕਲਾਕਾਰ ਅੰਦਰੋਂ ਜਾਗਦਾ ਪਰ ਜਿਵੇਂ 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 ਹੌਲੀ ਹੌਲੀ ਅਸੀਂ ਕੈਪਸੂਲ ਕਲਚਰ ਦੀ ਪੈਦਾਵਾਰ ਹੁੰਦੇ ਜਾਂਦੇ ਹਾਂ ਨਾ ਅਸੀਂ ਲੋਕ ਸਾਰੇ ਈਵਨ ਮਿਊਜ਼ਿਕ ਵੀ ਸਾਡਾ ਜਿਹੜਾ ਹੈਗਾ ਉਹ ਮਕੈਨੀਕਲ ਹੁੰਦਾ ਜਾ ਰਿਹਾ ਜਿਵੇਂ 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 ਰਿਸ਼ਤੇ ਮਕੈਨੀਕਲ ਹੋ ਰਹੇ ਨੇ ਹਾਂਜੀ ਉਵੇਂ 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 ਸਾਡੇ ਅੰਦਰ ਅੰਦਰ ਸਾਡੇ ਅੰਦਰ ਇੱਕ ਉਹ ਬਿਰਤੀ ਆ ਕੇ ਬਹਿ ਗਈ ਹੈ ਜਿਹੜੀ ਸਾਡੇ ਨਾਲ ਜੇ ਆਏ ਹੋ ਤਾਂ ਕੀ ਲੈ ਕੇ ਆਏ ਜੇ ਚੱਲੇ ਹੋ ਕੀ ਦੇ ਕੇ ਚੱਲੇ ਉਸ ਬਿਰਤੀ ਨੇ ਵੀ ਸਾਡਾ ਨੁਕਸਾਨ ਬਹੁਤ ਕੀਤਾ ਕੀਤਾ ਸੋ ਉਹਨਾਂ ਦਰਵੇਸ਼ਾਂ ਦੀਆਂ ਗੱਲਾਂ ਕਰਨ ਦਾ ਫਾਇਦਾ ਹੀ ਇਹ ਹੈ ਕਿ ਅਸੀਂ ਪਿਛਲੇ ਅਗਲੀ ਜਨਰੇਸ਼ਨ ਦੱਸ ਸਕੀਏ ਕਿ ਸਾਡੇ ਪਿਛਲੇ ਪੁਰਖੇ ਕਿੱਡੇ ਵੱਡੇ ਸੀ ਜਿਹਨਾਂ ਦੇ ਵਿੱਚੋਂ ਅਸੀਂ ਸਮਝ ਲਓ ਵੀ ਇੱਕ ਦਿਨ ਕੋਈ ਸ਼ਿਵ ਕੁਮਾਰ ਦੀ ਗੱਲ ਕਹਿਣ ਲੱਗਿਆ ਕਹਿੰਦਾ ਜੀ ਤੁਹਾਡਾ ਸ਼ਿਵ ਕੁਮਾਰ ਪੁਰਖਾ ਸੀ ਮੈਂ ਕਿਹਾ ਪੁਰਖਾ ਨਹੀਂ ਸੀ ਉਹ ਸਾਡਾ ਸਾਰਾ ਕੁਛ ਹੀ ਸੀ ਉਹ ਸਾਡੀ ਧਰਤੀ ਦੀ ਮਰਿਆਦਾ ਸੀ ਸਾਡੇ ਰੁੱਖਾਂ ਦਾ ਸਾਡੇ ਦੁੱਖਾਂ ਦਾ ਸਾਡੇ ਸੁੱਖਾਂ ਦਾ ਅੰਤਰ ਗਿਆਤਾ ਸੀ ਹਾਂਜੀ ਮੈਂ ਕੱਲ ਹੀ ਗੱਲ ਕਰਕੇ ਪਰਸੋਂ ਹੀ ਪਟਿਆਲੇ ਹੀ ਗੱਲ ਕਰ ਰਿਹਾ ਸਾਂ ਹਾਂਜੀ ਮੈਂ ਕਿਹਾ ਮੈਂ ਅਮਰਜੀਤ ਗੁਰਦਾਸਪੁਰ ਕੋਲੋਂ ਜਦੋਂ ਵੀ ਕਦੇ ਅਸੀਂ ਇਕੱਠੇ ਹੁੰਦੇ ਸੀ ਤੇ ਦੋ ਤਿੰਨ ਗੱਲਾਂ ਜ਼ਰੂਰ ਸੁਣਦੇ ਹੁੰਦੇ ਸੀ ਉਹਨਾਂ ਕੋਲੋਂ ਹਾਂਜੀ ਇੱਕ ਤਾਂ ਉਹਨਾਂ ਕੋਲੋਂ ਅਸੀਂ ਅਕਸਰ ਲੱਛੀ ਕੁੜੀ ਵਾਢੀਆਂ ਕਰੇ ਵਾਲੇ ਦਾ ਗੀਤ ਹੈ ਉਹਨਾਂ ਦਾ ਕਾਲੀਦਾਤਰੀ ਚੈਨਲ ਦਾ ਦਸਤਾ ਲੱਛੀ ਕੁੜੀ ਵਾਢੀਆਂ ਕਰੇ ਹਾਂਜੀ ਉਹ ਲਾਜ਼ਮੀ ਸੁਣਦੇ ਸੀ ਕਿਉਂਕਿ ਉਹਨਾਂ ਦੀ ਬੰਬੀ ਤੇ ਬਹਿ ਕੇ ਸ਼ਿਵ ਕੁਮਾਰ ਨੇ ਲਿਖਿਆ ਸੀ ਦੂਸਰਾ ਮੈਂ ਕਿਹਾ ਉਹਨਾਂ ਕੋਲ ਅਕਸਰ ਚਾਂਦੀ ਦੀਆਂ ਗੋਲੀਆਂ ਸੁਣਦੇ ਹੁੰਦੇ ਸੀ ਤੇ ਇੱਕ ਦਿਨ ਕਿਤੇ ਮੈਂ ਰਿਕਾਰਡਿੰਗ ਸੁਣ ਲਈ ਤੇ ਮੈਂ ਐਵੇਂ ਆਪਣੇ ਅਗਿਆਨਤਾ ਹੀ ਮੈਂ ਤਾਂ ਕਹਿੰਦਾ ਮੈਂ ਕਹਿਤਾ ਕਿ ਅਮਰਜੀਤ ਬਿਨਾਂ ਕਿਸੇ ਨੇ ਨਹੀਂ ਗਾਇਆ ਤੇ ਮੈਂ ਕਿਹਾ ਘੰਟੇ ਬਾਅਦ ਹੀ ਮੈਨੂੰ ਕਿਸੇ ਨੇ ਕਮਲ ਹੀਰ ਦੀ ਰਿਕਾਰਡਿੰਗ ਭੇਜ ਦਿੱਤੀ ਮੈਂ ਕਿਹਾ ਯਾਰ ਮੈਂ ਕਿੱਡਾ ਅਨਪੜ੍ਹ ਹਾਂ ਤੇ ਮੈਂ ਕਿਹਾ ਮੈਂ ਪਬਲਿਕਲੀ ਮਾਫ਼ੀ ਮੈਂ ਉਦੋਂ ਕਮਲ ਤੋਂ ਮੰਗਿਆ ਮੈਂ ਕਮਲ ਮੈਨੂੰ ਪਤਾ ਨੀ ਸੀ ਭਰਾਵਾ ਜਿੱਦਾਂ ਸੋਹਣਾ ਤੂੰ ਗਾਇਆ ਤੂੰ ਵੀ ਬਹੁਤ ਸੋਹਣਾ ਗਾਇਆ ਪਰ ਮੈਨੂੰ ਇਹ ਭੁਲੇਖਾ ਸੀ ਮੇਰੀ ਅਗਿਆਨਤਾ ਹੀ ਹੈ ਨਾ ਸੀਮਾ ਮੇਰੀ ਆਪਣੀ ਗਿਆਨ ਬੰਦੇ ਨੂੰ ਹਰ ਕੁਛ ਤਾਂ ਪਤਾ ਵੀ ਨਹੀਂ ਹੋ ਸਕਦਾ ਨਾ ਇੱਕ ਬੰਦੇ ਨੂੰ ਕਈ ਵਾਰੀ ਹੁਣ ਕੀ ਪਤਾ ਦੁਨੀਆਂ 'ਚ ਕੀ ਕੀ ਹੋ ਰਿਹਾ ਮੇਰੇ ਵਰਗੇ ਕਮਲ ਨੇ ਗੱਪ ਵੀ ਨਾ ਮਾਰਨੀ ਚਾਹੀਦੀ ਕੋਈ ਨਹੀਂ ਹੁੰਦਾ ਉਹ 22-23 ਸਾਲ ਦਾ ਮੁੰਡਾ ਸੀ ਨਾ ਕਹਿੰਦਾ ਮੇਰਾ ਜ਼ਿੰਦਗੀ ਦਾ ਤਜਰਬਾ ਹਾਂਜੀ ਕਿਉਂ ਤੇਰੀ ਜ਼ਿੰਦਗੀ ਹੋਈ ਕਿੱਡੀ ਗਾ ਕਿਤੇ ਜੀ ਉਹ ਕਿਸੇ ਪਾਰਟੀ 'ਚ ਕੋਈ ਬੰਦਾ ਸੀਗਾ ਜੀ ਗਾਇਕ ਹਾਂਜੀ ਤੇ ਉਹ ਖੜ ਕੇ ਨਾ ਕਹਿਣ ਲੱਗ ਪਿਆ ਬਹੁਤ ਕੁਛ ਮੈਂ ਜੋ ਕੁਛ ਵੀ ਹਾਂ ਜੀ ਇਹਨਾਂ ਕਰਕੇ ਹੀ ਹਾਂ ਕਿਸੇ ਆਪਣੇ ਉਸਤਾਦ ਵੱਲ ਨੂੰ ਹੱਥ ਕਰਕੇ ਮੈਂ ਜੋ ਕੁਛ ਵੀ ਕੀਤਾ ਜ਼ਿੰਦਗੀ 'ਚ ਸਭ ਕੁਛ ਇਹਨਾਂ ਕਰਕੇ ਕੀਤਾ ਜਦੋਂ 15 ਮਿੰਟ ਇੱਦਾਂ ਕਰੀ ਗਿਆ ਤੇ ਇੱਕ ਬੰਦਾ ਖੜਾ ਹੋਇਆ ਉਹ ਕਹਿੰਦਾ ਪਹਿਲਾਂ ਇਹ ਤਾਂ ਦੱਸ ਤੂੰ ਹੈ ਕੀ ਆ ਉਹ ਕਿਤੇ ਬੰਦਾ
ਸੱਚੀ ਮੇਰੇ ਸਾਹਮਣੇ ਆਪਣੀ ਘਟਨਾ ਆ ਕਿ ਬੰਦਾ ਬੇਸੁਰਾ ਗਾ ਰਿਹਾ ਸੀ, ਬਹੁਤ ਬੇਸੁਰਾ ਗਾ ਰਿਹਾ ਸੀ। ਹਾਂਜੀ, ਤੇ ਭਵਰਾ ਸਾਹਿਬ ਸਾਡੇ ਨਾਲ ਬੈਠੇ ਮੈਨੂੰ ਕਹਿੰਦੇ, ਹਾਂਜੀ ਉਹ ਯਾਰ ਇਸ ਬੰਦੇ ਨੂੰ ਤਾਂ ਜਸਵੰਤ ਭਵਰਾ ਵੀ ਨਹੀਂ ਸਿਖਾ ਸਕਦਾ। ਆਪ ਹੀ ਆਪਣੇ ਨੂੰ ਕਹਿੰਦੇ ਲੈ ਇਸ ਬੰਦੇ ਨੂੰ ਜਸਵੰਤ ਭਵਰਾ ਵੀ ਨਹੀਂ ਸਿਖਾ ਸਕਦਾ ਵੀ ਸੁਰ ਗਿਆਨ ਕੀ। ਉਹਨਾਂ ਦੀ ਗੱਲ ਕਰਦੇ ਕਰਦੇ ਗੱਲ ਹੋਰ ਮੇਰੀ ਯਾਦ ਆ ਗਈ, ਮੈਨੂੰ ਕਹਿੰਦੇ ਵੀ ਜਿਹੜੇ ਨਾ ਜਿਹੜੇ ਗਿਆਨੀ ਨੇ ਉਹਨਾਂ ਨੂੰ ਸਿਖਾਉਣਾ ਬਹੁਤ ਔਖਾ, ਅਗਿਆਨੀ ਨੂੰ ਸਿਖਾਉਣਾ ਸੌਖਾ। ਮੈਂ ਭਵਰਾ ਸਾਹਿਬ ਦੀ ਗੱਲ ਕਹਿੰਦੇ ਗਿਆਨੀ ਨੂੰ ਭੁਲੇਖਾ ਹੁੰਦਾ ਕਿ ਮੈਨੂੰ ਇਹ ਸਾਰਾ ਕੁਛ ਆਉਂਦਾ, ਕਹਿੰਦਾ ਤੁਸੀਂ ਭਰੇ ਹੋਏ ਭਾਂਡੇ ਚ ਕੁਛ ਨੀ ਪਾ ਸਕਦੇ, ਤੁਸੀਂ ਸੱਖਣੇ ਭਾਂਡੇ ਚ ਪਾ ਸਕਦੇ ਹੋ। ਹਾਂ, ਪਹਿਲਾਂ ਖਾਲੀ ਹੋਣਾ ਪੈਂਦਾ। ਇੱਕ ਲਫ਼ਜ਼ ਉਹਨਾਂ ਨੇ ਹੋਰ ਬੜਾ ਵਧੀਆ ਵਰਤਿਆ, ਕਹਿੰਦੇ ਜਿੰਨੇ ਜਿਹੜਾ ਮਾੜਾ ਮੋਟਾ ਕਿਸੇ ਪਿੰਡ ਚੋਂ ਸਿੱਖ ਕੇ ਆ ਜਾਂਦਾ ਹਾਰਮੋਨੀਅਮ, ਤੇ ਉਹਦੀਆਂ ਆਦਤਾਂ ਪੱਕੀਆਂ ਹੁੰਦੀਆਂ, ਉਂਗਲਾਂ ਪੱਕੀਆਂ ਹੁੰਦੀਆਂ, ਤੇ ਕਹਿੰਦੇ ਪਹਿਲਾਂ ਉਹਦੀਆਂ ਉਂਗਲਾਂ ਤੋੜਨੀਆਂ ਪੈਂਦੀਆਂ ਨੇ। ਮੈਂ ਕਿਹਾ ਉਂਗਲਾਂ ਸੱਚ ਵੀ ਤੋੜ ਦਿੰਦੇ? ਕਹਿੰਦੇ ਨਹੀਂ 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 ਨਹੀਂ, ਉਹਦੀ ਜਿਹੜੀ ਪਹਿਲਾਂ ਸਿੱਖਿਆ ਉਹਨੂੰ ਭੁਲਾਉਣਾ ਪੈਂਦਾ, ਉਹਨੂੰ ਵੀ ਤੂੰ ਉਹ ਜੋ ਵਜਾਉਣਾ ਗਲਤ ਵਜਾਉਣਾ। ਕਹਿੰਦੇ ਅਸੀਂ ਸਾਡੀ ਭਾਸ਼ਾ ਚ ਕਹਿੰਦੇ ਉਹਦੀਆਂ ਉਂਗਲਾਂ ਤੋੜਨੀਆਂ ਪੈਂਦੀਆਂ ਨੇ, ਭਾਵ ਉਹਦੀਆਂ ਆਦਤਾਂ ਤੋੜਨੀਆਂ ਪੈਂਦੀਆਂ ਨੇ। ਹਾਂਜੀ, ਸੋ ਭਾਈ ਸੋ ਭਵਰਾ ਸਾਹਿਬ ਦੀਆਂ ਗੱਲਾਂ ਤਾਂ ਭਾਵੇਂ ਚਾਰ ਦਿਨ ਕਰੀ ਜਾਈਏ ਮੁੱਕਣੀਆਂ ਹੀ ਨਹੀਂ। ਹਾਂਜੀ ਹਾਂ, ਅਸਲ ਚ ਇੱਕ ਗੱਲ ਕਹਿੰਦੇ ਨਾ ਵਿਸਾਰੀਏ ਕਿ ਜਿੰਨਾ ਚਿਰ ਸਾਡੇ ਗਵਈਏ ਅਨਪੜ੍ਹ ਸੀ ਉਹਨਾਂ ਦੀ ਸੁੱਚਮ ਕਾਇਮ ਸੀ, ਜਦ ਤੋਂ ਪੜ੍ਹੇ ਲਿਖੇ ਗਵਈਏ ਆ ਗਏ ਨੇ ਇਹਨਾਂ ਨੂੰ ਮੰਡੀ ਨੇ ਪ੍ਰਭਾਵਿਤ ਕਰਨਾ ਜ਼ਿਆਦਾ ਸ਼ੁਰੂ ਕਰ ਦਿੱਤਾ, ਇਹਨਾਂ ਨੂੰ ਸਮਝਦੇ ਸਤਾਇਆ ਹੋਇਆ ਬਹੁਤ ਸਾਰੇ ਦੋਸਤਾਂ ਨੂੰ। ਪਿਛਲੇ ਦਿਨ ਇੱਕ ਸੱਜਣ ਪਿਆਰਾ ਮੇਰੇ ਕੋਲ ਆ ਗਿਆ, ਕਹਿੰਦਾ ਜੀ ਮੈਨੂੰ ਕਿਸੇ ਕੇਂਦਰੀ ਇਨਾਮ ਵਾਸਤੇ ਸਿਫਾਰਿਸ਼ ਕਰ ਦਿਓ ਜਾਂ ਕਰਵਾ ਦਿਓ, ਵੱਡਾ ਕੋਈ ਇਨਾਮ ਸੀ। ਅੱਛਾ ਜੀ, ਤੇ ਮੈਂ ਕਿਹਾ ਵੀ ਤੂੰ ਬਾਬਾ ਫਰੀਦ ਗਾਇਆ? ਹਾਂ। ਕਹਿੰਦਾ ਨਹੀਂ। ਹਾਂ। ਹਾਸ਼ਮ ਗਾਇਆ? ਕਹਿੰਦਾ ਨਹੀਂ। ਹਾਂ। ਕਾਦਰੀ ਯਾਰ ਗਾਇਆ? ਹਾਂ। ਕਹਿੰਦਾ ਨਹੀਂ। ਹਾਂ। ਮੀਆਂ ਮੁਹੰਮਦ ਬਖਸ਼ ਸਾਹਿਬ ਗਾਏ ਨੇ? ਕਹਿੰਦਾ ਨਹੀਂ। ਗੁਲਾਮ ਫਰੀਦ ਦੀ ਕੋਈ ਕਾਫੀ ਗਾਈ ਕਦੇ? ਕਹਿੰਦਾ ਨਹੀਂ। ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰਦ ਫਕੀਰ ਇਹਨਾਂ ਚੋਂ ਕੋਈ ਗਾਇਆ? ਕਹਿੰਦਾ ਨਹੀਂ। ਮੈਂ ਕਿਹਾ ਜਗਨਾਮਾ ਸਿੰਘਾਂ ਦੇ ਫਰੰਗੀਆਂ ਚ ਕੁਛ ਗਾਇਆ? ਕਹਿੰਦਾ ਨਹੀਂ। ਮੈਂ ਕਿਹਾ ਫਿਰੋਜ਼ਦੀਨ ਸ਼ਰਫ ਗਾਇਆ, ਉਸਤਾਦ ਤਾਮਨ ਗਾਇਆ? ਕਹਿੰਦਾ ਨਹੀਂ। ਤੇ ਮੈਂ ਕਿਹਾ ਜੇ ਗਾਇਆ ਬਿੱਟੂ ਸਾਈਕਲ ਵਾਲਾ, ਫਿਰ ਮੈਂ ਕਿਹਾ ਹੁਣ ਉਹ ਤੋਂ ਲੈ ਜਾ ਕੇ ਨਾ, ਮੇਰੇ ਤੋਂ ਕੀ ਭੜਦਾ। ਮਤਲਬ ਪ੍ਰੋਬਲਮ ਸਾਡੀ ਇਹ ਹੈ ਨਾ ਕਿ ਸਾਨੂੰ ਇਹ ਨੀ ਪਤਾ ਕਿ ਸਾਡੀ ਵਿਰਾਸਤ ਕੀ ਹੈ। ਉਸ ਵਿਰਾਸਤ ਤੋਂ ਜਾਣੇ ਬਿਨਾਂ ਤੁਸੀਂ ਕਦਮ ਨੀ ਤੁਰ ਸਕਦੇ ਅੱਗੇ, ਨਾ ਸਾਹਿਤ ਵਿੱਚ, ਨਾ ਕਲਾ ਵਿੱਚ, ਨਾ ਸੰਗੀਤ ਵਿੱਚ। ਮੈਂ ਅੱਜ ਤੋਂ ਕੋਈ ਲਗਭਗ 7-8 ਸਾਲ ਪਹਿਲਾਂ ਤੀਕ ਦੋ ਤਿੰਨ ਬੋਲਾਂ ਦਾ ਬੜਾ ਗੁਲਾਮ ਸੀ, ਤੇ ਉਹ ਬੋਲ ਮੈਨੂੰ ਲੱਭ ਨੀ ਸੀ ਰਿਕਾਰਡਡ ਫਾਰਮ ਦੇ ਵਿੱਚ ਕਿਤੋਂ। ਹਾਂਟ ਹਾਂਟ ਬਹੁਤ ਕਰਦੇ ਸੀ ਸੰਤਾਰ। ਮੈਂ ਨਾ ਤੜਫ ਗਿਆ 30-35-40 ਸਾਲ ਇਸ ਗੱਲ ਦੇ ਵਿੱਚ ਵੀ ਪਤਾ ਤਾਂ ਕਰਾਂ ਯਾਰ ਇਹ ਗਵਈਆ ਕੌਣ ਸੀ। ਹਾਂਜੀ, ਬੋਲ ਸੀ ਉਹ ਗੁਰਦੇਵ ਸਿੰਘ ਮਾਨ ਹੋਰਾਂ ਦੇ ਲਿਖੇ ਹੋਏ, ਤੇ ਉਹ ਕਿਸੇ ਵੇਲੇ 47 ਦੀ ਸ਼ਾਇਦ ਪਹਿਲੇ ਰਿਕਾਰਡ ਹੋਏ ਨੇ ਉਹ ਕਿਤੇ। ਅੱਛਾ ਜੀ, ਤੁਸੀਂ ਵੀ ਸੁਣੇ ਹੋਣੇ ਨੇ ਉਲਾਸ ਕਿ ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ, ਅਸੀਂ ਰੱਜ ਕੇ ਭੁੱਖੇ ਰਹਿ ਰਹੇ, ਸਾਨੂੰ ਚੁੱਪ ਚੁਪੀਤਿਆਂ ਜਾਣ ਦੇ, ਅਸੀਂ ਰੱਜ ਥੱਕ ਗਏ ਤੈਨੂੰ ਕਹਿ ਕੇ। ਜਦੋਂ ਬਿਦਾਵਾ ਲਿਖਦੇ ਨੇ ਸਿੰਘ, ਹਾਂਜੀ, ਲੱਭਦੇ ਲਭਾਉਂਦੇ ਮੈਨੂੰ ਕਾਮਯਾਬੀ ਹਾਸਲ ਹੋਈ ਕੋਈ 7-8 ਸਾਲ ਪਹਿਲਾਂ ਕਿ ਉਹ ਸਾਈਂ ਦੀਵਾਨਾ ਨਾਂ ਦਾ ਗਾਇਕ ਸੀ ਜਿਹਨੇ ਗਾਏ ਸੀ। ਅੱਛਾ ਜੀ, ਔਰ ਸਾਈਂ ਦੀਵਾਨਾ ਤੋਂ ਬਾਅਦ ਗੱਲ ਸ਼ੁਰੂ ਹੋਈ ਕਿ ਸਾਈਂ ਦੀਵਾਨਾ ਹੈ ਕੌਣ ਸੀ। ਲੱਭਦੇ ਲਭਾਉਂਦੇ ਮੈਂ ਇਸ ਨਤੀਜੇ ਦੇ ਪੜਿਆ ਕਿ ਸਾਈਂ ਦੀਵਾਨਾ ਲਾਇਲਪੁਰ ਤੋਂ ਉੱਜੜ ਕੇ ਆਏ ਹੋਏ ਟੱਬਰ ਤੋਂ ਕੋਈ ਜੀ ਸੀ ਜਿਹੜਾ ਆਪਣੀ ਗੁਆਚੀ ਮੁਹੱਬਤ ਲੱਭਦਾ ਦਿੱਲੀ ਚਲਾ ਗਿਆ। ਅੱਛਾ ਜੀ, ਤੇ ਦਿੱਲੀ ਚ ਕਿਸੇ ਥਾਂ ਦੇ ਉੱਤੇ ਅਕਸਰ ਗਲੀ ਚ ਗਾਉਂਦਾ ਮਾਨ ਸਾਹਿਬ ਨੂੰ ਟੱਕਰ ਗਿਆ। ਅੱਛਾ ਜੀ, ਤੇ ਮਾਨ ਸਾਹਿਬ ਨੂੰ ਰਿਕਾਰਡਿੰਗ ਅਫਸਰ ਸੰਤ ਰਾਮਪੁਰ ਲੈ ਗਏ। ਹਾਂਜੀ, ਆਪਣੇ ਬੋਲ ਦਿੱਤੇ ਤੇ ਉਹਨੇ ਉਹ ਗਾਏ ਜਿਹੜੇ ਮੇਰੀ ਰੂਹ ਤੋਂ ਕਦੇ ਨੀ ਉਤਰਦੇ, ਔਰ ਮੈਂ ਉਸ ਨੂੰ ਬਾਰ ਬਾਰ ਸੁਣਦਾ ਬਾਰ ਬਾਰ ਸੁਣਦਾ, ਕੋਈ ਹਫ਼ਤਾ ਸੁੱਕਾ ਨੀ ਜਾਂਦਾ ਜਦੋਂ ਮੈਂ ਉਸਨੂੰ ਦੁਬਾਰਾ ਕੱਢ ਕੇ ਨਹੀਂ ਸੁਣਦਾ ਯੂਟਿਊਬ। ਫੇਰ ਕੀ ਹੋਇਆ ਕਿ ਮੈਂ ਲੱਭਦਾ ਲਭਾਉਂਦਾ, ਮੈਂ ਕਿਹਾ ਯਾਰ ਉਸ ਬੰਦਾ ਸਰੂਪ ਤੋਂ ਵੇਖੀਏ ਕਿ ਸਰੂਪ ਕਿਹੋ ਜਿਹਾ ਸੀ ਲੱਭਾਂ। ਹਾਂਜੀ, ਮੈਂ ਕੁਛ ਦੋਸਤਾਂ ਨੂੰ ਸਵਾਲ ਪਾਇਆ ਤੇ ਉਹਨਾਂ ਚੋਂ ਸਵਾਲ ਮੇਰਾ ਹੱਲ ਕੀਤਾ। ਇੱਕ ਸਰਦਾਰ ਅਜੀਤ ਸਿੰਘ ਵਿਰਕ ਨੇ ਉੱਥੇ ਯੂਪੀ ਚ ਰਹਿੰਦੇ ਨੇ। ਹਾਂਜੀ, ਉਹ ਪੁਰਾਣੇ ਰਿਕਾਰਡਸ ਦੇ ਬੜੇ ਭੇਤੀ ਨੇ, ਪੁਰਾਣੇ ਸੰਗੀਤ ਦੇ ਬੜੇ ਭੇਤੀ ਨੇ। ਉਹਨਾਂ ਨੇ ਮੈਨੂੰ ਉਹਨਾਂ ਦੀ ਫੋਟੋ ਭੇਜ ਦਿੱਤੀ ਹੈ ਸਾਈਂ ਦੀਵਾਨੇ ਦੀ। ਅੱਛਾ ਜੀ, ਔਰ ਮੇਰੀ ਮੈਨੂੰ ਲੱਗਦਾ ਕਿ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਮਤਲਬ ਇਹੋ ਜਿਹੇ ਦਰਵੇਸ਼ਾਂ ਨੂੰ ਲੱਭਣ ਦੀ, ਮੈਂ ਸਮਝਦਾ ਮੇਰੀ ਅਚੀਵਮੈਂਟ ਉਹਦੀ ਗੱਲ ਹੈ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਈਂ ਦੀਵਾਨੇ ਦੀ ਸਾਹ ਅਜੀਤ ਸਿੰਘ ਵਿਰਕ ਤੋਂ ਬਿਨਾਂ ਤਸਵੀਰ ਕੱਲੀ ਮੇਰੇ ਕੋਲ ਹੈ। ਅੱਛਾ ਜੀ,
ਗੁਰਦੇਵ ਸਿੰਘ ਮਾਨ ਹੁਣੀ ਨਾ ਸਾਡੇ ਇੱਥੇ ਰਹਿੰਦੇ ਹੁੰਦੇ ਸੀਗੇ ਜੀ ਐਬਸਫਰਡ ਉਹ ਨਾ ਜੀ ਸਾਡੇ ਲਈ ਇਹ ਬੜੀ ਵਧੀਆ ਗੱਲ ਸੀ ਕਿ ਸਾਨੂੰ ਉਹਨਾਂ ਦੀ ਸੰਗਤ ਦਾ ਉੱਥੇ ਬਹੁਤ ਮੌਕਾ ਮਿਲਿਆ 2003 ਚ ਮੈਂ ਪਹਿਲੀ ਵਾਰ ਗਿਆ ਕੈਨੇਡਾ ਅੱਛਾ ਜੀ ਤੇ ਉਦੋਂ ਲੋਕਲ ਜਿਹੜੀ ਸਾਥੋਂ ਦੀ ਕੇਂਦਰੀ ਪੰਜਾਬੀ ਲੇਖ ਸਭਾ ਸੀ ਉਹਦੇ ਪ੍ਰਧਾਨ ਸੀ ਉਸ ਵਕਤ ਅੱਛਾ ਜੀ ਔਰ ਮੈਨੂੰ ਮਾਣ ਹੈ ਕਿ ਉਹਨਾਂ ਨੇ ਜਦੋਂ ਮੈਨੂੰ ਆਦਰ ਕੀਤਾ ਤੇ ਆਪਣੀ ਜੇਬ ਤੋਂ ਪੈਨ ਉਤਾਰ ਕੇ ਮੈਨੂੰ ਪੈਨ ਦਿੱਤਾ ਉਹਨਾਂ ਨੇ ਅੱਛਾ ਕਹਿੰਦੇ ਬੇਟਾ ਹਾਂ ਮੇਰੀ ਨਜ਼ਰ ਤਾਂ ਕੰਮ ਨਹੀਂ ਕਰਦੀ ਹਾਂ ਪਰ ਮੈਨੂੰ ਲੱਗਦਾ ਕਿ ਤੂੰ ਮੇਰੀ ਕਲਮ ਨੂੰ ਸੰਭਾਲ ਸਕਦਾ ਬਹੁਤ ਥੋੜੇ ਲੋਕ ਜਾਣਦੇ ਨੇ ਕਿ 1948 ਤੀਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਹਿੰਦੁਸਤਾਨ ਚ ਨਹੀਂ ਸੀ ਮਨਾਇਆ ਗਿਆ ਕਿਉਂਕਿ ਗੁਲਾਮ ਦੇਸ ਸੀ 47 ਜਦੋਂ ਲਾਇਲਪੁਰ ਤੋਂ ਉੱਜੜ ਕੇ ਇਹ ਪਰਿਵਾਰ ਆਇਆ ਇਹਨਾਂ ਦਾ ਮਾਨ ਪਰਿਵਾਰ ਪਿੰਡ ਤਾਂ ਨੰਗਲਾ ਸੀ ਨਾ ਪਿੰਡ ਡੇਲੋਂ ਦੇ ਕੋਲ ਪਿੰਡ ਸੀ ਇਹਨਾਂ ਜੱਦੀ ਪਿੰਡ ਤਾਂ ਅੱਛਾ ਜੀ ਇੱਥੋਂ ਗਏ ਸੀ ਇਹ ਬਾਰ ਦੇ ਵਿੱਚ ਤੇ ਇਹਨਾਂ ਦੀ ਕੱਚੀ ਅਲਾਟਮੈਂਟ ਸਰਾਭੇ ਪਿੰਡ ਚ ਹੋ ਗਈ ਆ ਕੇ ਅੱਛਾ ਜੀ ਇਹਨਾਂ ਨੇ ਪਿੰਡ ਦੀ ਫਿਰ ਨੌਜਵਾਨ ਸਪੋਰਟਸ ਕਲੱਬ ਬਣਾਈ ਪਿੰਡ ਦੇ ਵਿੱਚ ਆ ਕੇ 48 ਚ ਤੇ ਉਹਦੇ ਵੱਲੋਂ ਪਹਿਲੀ ਵਾਰ 16 ਨਵੰਬਰ ਨੂੰ ਇਹਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਮਨਾਇਆ ਅੱਛਾ ਜੀ ਔਰ ਇਹ ਗੱਲ ਉਹਨਾਂ ਦੇ ਭਤੀਜੇ ਅਜੀਤ ਸਿੰਘ ਨੇ ਦੱਸੀ ਤੇ ਇਹ ਗੱਲ ਮੈਨੂੰ ਸੁਰਗਵਾਸ ਹੋ ਗਏ ਕਲਕੱਤੇ ਰਹਿੰਦੇ ਸੀ ਸਾਡੇ ਸ਼ਾਇਰ ਸੀ ਬੜੇ ਅੱਛੇ ਹਰਦੇਵ ਸਿੰਘ ਗਰੇਵਾਲ ਉਹਨਾਂ ਨੇ ਦੱਸੀ ਕਹਿੰਦੇ ਮੈਂ ਉਦੋਂ 9ਵੀਂ ਚ ਪੜ੍ਹਦਾ ਸੀ ਤੇ ਫੱਲੇਵਾਲ ਸਾਡਾ ਪਿੰਡ ਨਾਲ ਸੀ ਤੇ ਅਸੀਂ ਉੱਥੋਂ ਉਸ ਸਭਾ ਦੇ ਉਸ ਫੰਕਸ਼ਨ ਚ ਆਏ ਸਨ ਅੱਛਾ ਜੀ ਤੇ ਉਹਨਾਂ ਦਾ ਸਾਥੀ ਨਾਲ ਸੀ ਉਸ ਵਕਤ ਦਾ ਬਹੁਤ ਵੱਡਾ ਸ਼ਾਇਰ ਜਿਹਨੂੰ ਮੈਂ ਬਹੁਤ ਪਸੰਦ ਕਰਦਾ ਜਰਨੈਲ ਸਿੰਘ ਅਰਸ਼ੀ ਸੁਰਗਵਾਸੀ ਜਿਹਨਾਂ ਦੀ ਲਲਕਾਰ ਕਿਤਾਬ ਬੜੀ ਨੋਨ ਹੈ ਹਾਂਜੀ ਤੇ ਇਹਨਾਂ ਦੋਹਾਂ ਨੇ ਰਲ ਕੇ ਉਸ ਪਿੰਡ ਦੀ ਨੌਜਵਾਨ ਸਭਾ ਨੂੰ ਆਰਗਨਾਈਜ਼ ਕੀਤਾ ਔਰ ਵੇਖੋ ਕਮਾਲ ਦੀ ਗੱਲ ਕਿ 2023 ਤੀਕ ਭਾਵ ਹੈ ਇਸ ਨਵੰਬਰ ਦਾ ਜਿਹੜਾ ਬੀਤਿਆ 2022 ਵਾਲਾ ਹਾਂਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਜਿੰਨੀ ਵੀ ਆਭਾ ਮੰਡਲ ਜਿੰਨਾ ਵੱਡਾ ਬਣਿਆ ਹਾਂਜੀ ਉਹਦਾ ਆਧਾਰ ਬਿੰਦੂ ਜਿਹੜਾ ਉਹ ਗੁਰਦੇਵ ਸਿੰਘ ਮਾਨ ਤੋਂ ਸੀ ਇਹ ਬੜੇ ਥੋੜੇ ਲੋਕ ਜਾਣਦੇ ਆ ਇਸ ਗੱਲ ਜਦੋਂ ਉਹ ਜਵਾਨ ਸੀਗੇ ਜਦੋਂ ਉਦੋਂ ਕਵੀ ਦਰਬਾਰ ਲੱਗਦੇ ਹੁੰਦੇ ਸੀਗੇ ਤੇ ਉਹ ਜਿਹੜੇ ਲੋਕ ਉਹਨਾਂ ਦਰਬਾਰਾਂ ਚ ਜਾ ਕੇ ਛਾਉਂਦੇ ਸੀ ਉਹ ਵੀ ਕਿਆ ਬਾਤਾਂ ਸੀਗੀਆਂ ਕੈਸੇ ਮਾਹੌਲ ਉਸ ਮਾਹੌਲ ਬਾਰੇ ਮੈਂ ਜਾਣਕਾਰੀ ਲੈਂਦਾ ਰਿਹਾ ਕਿਉਂਕਿ ਸਾਡੇ ਬਜ਼ੁਰਗ ਸ਼ਹਿਰ ਦੇ ਵਿੱਚ ਇੱਥੇ ਲੁਧਿਆਣੇ ਚ ਨਾ ਗਿਆਨੀ ਰਾਮ ਨਾਇਕ ਸਿੰਘ ਦਰਦੀ ਹੁੰਦੇ ਸੀ ਹਾਂਜੀ ਤੇ ਇਹ ਜਿੰਨੇ ਸ਼ਾਇਰ ਸੀ ਨਾ ਚਾਹੇ ਮਲੇਰਕੋਟਲੇ ਵਾਲੇ ਸੀ ਇਧਰੋਂ ਭੂਮਸੀ ਗਾਉਂਦੇ ਹੁੰਦੇ ਸੀ ਸਰਦਾਰ ਗੁਰਦੇਵ ਸਿੰਘ ਮਾਨ ਹਾਂਜੀ ਇਧਰੋਂ ਨਕੋਦਰ ਤੋਂ ਗੁਰਦੇਵ ਸਿੰਘ ਕੁੰਦਨ ਹੋ ਰਹੀ ਨੂਰਪੁਰੀ ਹੋ ਰਹੀ ਜਲੰਧਰ ਤੋਂ ਇਹ ਸਾਰੇ ਲੁਧਿਆਣੇ ਇਕੱਠੇ ਹੁੰਦੇ ਸੀ ਕਲਕੱਤੇ ਜਾਣਾ ਇਹਨਾਂ ਨੇ ਜਾਂ ਦਿੱਲੀ ਜਾਣਾ ਜਾਂ ਹੋਰ ਥਾਂ ਜਾਣਾ ਕਵੀ ਦਵਾਰਾਂ ਚ ਪਟਨਾ ਸਾਹਿਬ ਜਾਣਾ ਇਹ ਇਕੱਠੇ ਹੋ ਕੇ ਜਾਂਦੇ ਹੁੰਦੇ ਸੀ ਅੱਛਾ ਜੀ ਇਹਨਾਂ ਦੀ ਆਪਸੀ ਨੋਕ ਝੋਕ ਵੀ ਵੇਖਣ ਵਾਲੀ ਹੁੰਦੀ ਸੀ ਉਹਨਾਂ ਦੀ ਨੋਕ ਝੋਕ ਬਾਰੇ ਦੱਸਿਆ ਕਿ ਉਹ ਕਹਿੰਦੇ ਇੱਕ ਵਾਰ ਗੁਰਦੇਵ ਸਿੰਘ ਮਾਨ ਨੇ ਗੀਤ ਲਿਖਿਆ ਜਿਹੜਾ ਬੀਬਾ ਜੀ ਨੇ ਰਿਕਾਰਡ ਕਰਵਾਇਆ ਬਾਅਦ ਚ ਹਾਂਜੀ ਗੀਤ ਸੀ ਕਿ ਚੱਕ ਲਿਆ ਬੋਰ ਬਣ ਕੇ ਮੇਰੀ ਡਿੱਗ ਪਈ ਚਿਹਰੀ ਦੇ ਵਿੱਚ ਤੇ ਉਹ ਅੱਗੋਂ ਮੇਰੇ ਸਾਬਰ ਹੁਸੈਨ ਸਾਬਰ ਨਾਲ ਸੀ ਸ਼ਾਇਦ ਗੀਤ ਅੱਗੋਂ ਕਹਿ ਰਿਹਾ ਕਿ ਦੂਸਰਾ ਗਾਨੀ ਤੇਰੀ ਤਾਂ ਦਿਓਗਾ ਜੇ ਤੂੰ ਮਿੱਤਰਾਂ ਨੂੰ ਦੇਗੀ ਨਿਸ਼ਾਨੀ ਹਾਂਜੀ ਤੇ ਉਹ ਨੂਰਪੁਰੀ ਸਾਹਿਬ ਕਹਿੰਦੇ ਉਹ ਮਾਨ ਉਹ ਆਹ ਕੰਮ ਛੱਡ ਦੇ ਗੀਤ ਲਿਖਣ ਵਾਲਾ ਇਹ ਜੱਟਾਂ ਦੇ ਵਸ ਦੀ ਗੱਲ ਨਹੀਂ ਹੈ ਕਹਿੰਦੇ ਤੂੰ ਚੁੱਪ ਕਰ ਜਾ ਤੂੰ ਨਾ ਬੁੜਿਆ ਕਿਉਂ ਬੋਲਦਾ ਤੂੰ ਹੈ ਹਣ ਪਰਵਾਹ ਨਹੀਂ ਸੀ ਥੋੜੇ ਫਰਕ ਸੀ ਉਮਰ ਦਾ ਤੇ ਨੋਕ ਝੋਕ ਬੜੀ ਚੱਲਦੀ ਸੀ ਕਹਿੰਦੇ ਇਹ ਤੁਹਾਡੇ ਜੱਟਾਂ ਦੇ ਵੱਸ ਦੀ ਗੱਲ ਨੀ ਹੈਗੀ ਐਵੇਂ ਧੱਕਾ ਕਰਦੇ ਹੋ ਤੁਸੀਂ ਇਹ ਗੀਤ ਲਿਖਣਾ ਸਾਡਾ ਬਰੀਕੀ ਵਾਲਾ ਕੰਮ ਹੈ ਇਹ ਨਿੱਕੀਆਂ ਥੋੜੀਆਂ ਵਾਲਾ ਕੰਮ ਹੈ ਸਾਡਾ ਜਿਹਦਾ ਤੁਸੀਂ ਵੱਡੀ ਟੋਕੀ ਯਾਦ ਕਹਿੰਦੇ ਉਹਨਾਂ ਦਾ ਕੰਮ ਹੈ ਤੁਹਾਡਾ ਕੰਮ ਨੀ ਹੈਗਾ ਦੱਸ ਕਹਿੰਦਾ ਇਸ ਗੀਤ ਫਿਰ ਕੀ ਗਲਤੀ ਹੈ ਕਹਿੰਦਾ ਮਾਨ ਚਰੀ ਚ ਤੂੰ ਮੋਰ ਵੜੀ ਜਾਂਦਾ ਇੰਨੇ ਖੰਭ ਲੈ ਕੇ ਮੋਰ ਚਰੀ ਚ ਕਿੱਥੋਂ ਵੜ ਜੂ ਮੋਰ ਨੂੰ ਕਹਿੰਦਾ ਚੱਕ ਲਿਆ ਮੋਰ ਬਣ ਕੇ ਮੇਰੀ ਡਿੱਗ ਪਈ ਚਰੀ ਦੇ ਵਿੱਚ ਗਾਨੀ ਕਹਿੰਦਾ ਸੰਘਣੀ ਚਰੀ ਚ ਕਹਿੰਦਾ ਮੋਰ ਖੰਭ ਲੈ ਕੇ ਕਿਵੇਂ ਅੰਦਰ ਵੜੂ ਉਹਨਾਂ ਦੇ ਸ਼ੁਰੂ ਮੇਲੇ ਆਪਣੇ ਸੀ ਜੀ
ਨਹੀਂ ਉਹ ਜਿੱਥੋਂ ਕਹਿਣਾ ਸੀ ਮੇਰਾ ਖਿਆਲ ਮਾਨ ਸਾਹਿਬ ਨੇ ਵੀ ਇਹ ਕਿਹਾ ਹੋਣਾ, ਕਹਿਣਾ ਜਿੱਥੇ ਉਹ ਗੁਆ ਕੇ ਆਈ ਉਹਨਾਂ ਦੀ ਨੇ ਪੈੜਾਂ ਪਾਈਆਂ ਆ ਉੱਥੋਂ ਉੱਥੋਂ ਨਿਧੀ ਉਹ ਆਚਾਰੀ ਮਾਨ ਸਾਹਿਬ ਦਾ ਗੀਤ ਚੇਤੇ ਆ ਗਿਆ ਗੱਲਾਂ ਕਰਦੇ ਕਰਦੇ। ਹਾਂਜੀ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀ ਹੈ, ਹਾਂ ਪਹਾੜਾ ਨਹੀਂ ਲੱਗਣਾ ਤੋਂ ਬੈਠਣ ਦੀ ਕਰ ਬੱਲੀ ਹੈ। ਹਾਂਜੀ ਉਹਦੇ ਚ ਨਾ ਇੱਕ ਸੁਰਿੰਦਰ ਕੌਰ ਹੋਰੀ ਗਾਉਂਦੇ ਨੇ ਇੱਕ ਸਤਰ, ਟੀਰਾ ਟੀਰਾ ਮੈਨੂੰ ਝਾਕਦਾ ਜਿਵੇਂ ਹੈਦਰ ਸ਼ੇਖ ਤੇ ਲੇਲਾ, ਮੇਰੇ ਵੱਲ ਝਾਕ ਕੇ ਚੰਦਰਾ ਕੱਢ ਪਾ ਪਾ ਪੱਕੇ ਦਾ ਡੇਲਾ। ਉਹ ਮੈਂ ਸੋਚਣਾ ਵੀ ਹੈਦਰ ਸ਼ੇਖ ਦਾ ਮੇਲਾ ਮੇਰੇ ਵੱਲ ਝਾਕ ਕੇ ਚੰਦਰਾ ਹੈਦਰ ਸ਼ੇਖ ਤੇ ਲੇਲਾ ਗੱਲ ਕੀ ਬਣੀ। ਹਾਂਜੀ ਉਹ ਜਦੋਂ ਮੈਂ ਇੱਕ ਵਾਰੀ ਮੇਰਕੋਟਲੇ ਗਿਆ ਤੇ ਮੈਂ ਇੱਕ ਮਿੱਤਰ ਪਿਆਰੇ ਨੂੰ ਪੁੱਛਿਆ, ਮੈਂ ਕਿਹਾ ਯਾਰ ਹੈਦਰ ਸ਼ੇਖ ਨਾਲ ਲੇਲੇ ਦਾ ਕੀ ਸੰਬੰਧ ਆ? ਉਹ ਕਹਿੰਦਾ ਜੀ ਹੈਦਰ ਸ਼ੇਖ ਦਾ ਸਾਡਾ ਇੱਥੇ ਮੇਲਾ ਲੱਗਦਾ ਜਿੱਥੇ ਮਤਲਬ ਲੇਲੇ ਚਾੜੇ ਜਾਂਦੇ ਨੇ ਮਤਲਬ ਬਲੀ ਵਾਸਤੇ। ਹਾਂਜੀ ਹਾਂ ਤੇ ਕਹਿੰਦਾ ਉਹਨੂੰ ਬੜਾ ਸ਼ਿੰਗਾਰਿਆ ਹੁੰਦਾ, ਮਣਕੇ ਛਣਕੇ ਪਾਏ ਹੁੰਦੇ ਨੇ, ਬੜਾ ਉਹਨੂੰ ਚੋਪੜਿਆ ਚਾਪੜਿਆ ਹੁੰਦਾ ਤੇ ਉਹ ਲੋਕੀ ਲਾਈਨ ਚਲਾ ਕੇ ਬੱਕਰਿਆਂ ਨੂੰ ਚੜਾਉਂਦੇ ਨੇ ਇੱਥੇ ਲੇਲੇ ਨਿੱਕਿਆਂ ਨੂੰ। ਅੱਛਾ ਜੀ ਉਹ ਜਿਹੜੀ ਮੱਥਾ ਛਣਕਦਾ ਉਸ ਲੇਲੇ ਦਾ ਵੀ ਕਿ ਮਤਲਬ ਮੈਂ ਹੁਣ ਬਲੀ ਵਾਸਤੇ ਜਾ ਰਿਹਾ, ਉਹ ਭੀੜ ਚ ਡਿੰਬਰ ਜਾਂਦਾ ਡਰ ਜਾਂਦਾ ਤੇ ਉਹ ਡਰਿਆ ਹੋਇਆ ਜਿਵੇਂ ਝਾਕਦਾ ਨਾ ਉਹਨੂੰ ਫੜਿਆ ਗੁਰਦੇਵ ਸਿੰਘ ਮਾਨ ਨੇ। ਹਾਂਜੀ ਮੇਰੇ ਵੱਲ ਝਾਕ ਕੇ ਚੰਦਰਾ ਕੱਢ ਪਾ ਪੱਕੇ ਦਾ ਡੇਲਾ, ਹਾਂਜੀ ਜਿਵੇਂ ਹੈਦਰ ਸ਼ੇਖ ਤੇ ਲੇਲਾ। ਹਾਂ ਉਹ ਬਥੇਰਾ ਕਹਿੰਦਾ ਕਿ ਮੇਰੇ ਨਾਲ ਰਿਹਾ ਪੜ੍ਹਦਾ, ਹਾਂਜੀ ਕੋਈ ਨੀਤ ਨੀ ਮੁੰਡੇ ਦੀ ਮਾੜੀ। ਹਾਂਜੀ ਉਹ ਕਹਿੰਦੀ ਯਕੀਨ ਹੀ ਨੀ ਕਰਦੀ ਮੈਂ ਮੁਫਤੀ ਨਾਲ ਚੜੀ ਮਾਨਵੇ ਮੈਂ ਨੀ ਇਹਦੀ ਮੋਟਰ ਵਿੱਚ ਬਹਿਣਾ, ਚੰਦਰ ਡਰਾਈਵਰ ਨੂੰ ਮੈਂ ਚੀਜ਼ਾਂ ਨੀ ਕਹਿਣਾ। ਤੁਸੀਂ ਤਾਂ ਬਹੁਤ ਬੜੇ ਬੜੇ ਸਾਹਿਤਕਾਰਾਂ ਨੂੰ, ਗਜ਼ਲ ਗੋਆਂ ਨੂੰ ਤੇ ਹੋਰ ਬਹੁਤ ਜੋ ਵੀ ਬੜੇ ਤੋਂ ਬੜਾ ਸਾਰੀ ਦੁਨੀਆਂ ਦੇ ਵੱਖ ਵੱਖ ਭਾਸ਼ਾਵਾਂ ਦੇ ਸ਼ਾਇਰਾਂ ਨੂੰ ਮਿਲੇ ਆ। ਕਈ ਵਾਰੀ ਕੀ ਹੁੰਦਾ ਕਿ ਜਿਹੜੇ ਸ਼ਾਇਰ ਨੇ ਗੁਰਦੇਵ ਸਿੰਘ ਮਾਨ ਹੋਣਾ ਵਰਗੇ ਜਿਨ੍ਹਾਂ ਨੂੰ ਪੂਰੀ ਸ਼ਾਇਰ ਦੇ ਤੌਰ ਤੇ ਮਾਨਤਾ ਮਿਲ ਚੁੱਕੀ ਹੋਵੇ, ਉਹ ਕਈ ਵਾਰੀ ਇੱਦਾਂ ਦੀਆਂ ਗੱਲਾਂ ਲਿਖਣੀਆਂ ਆਪਣੇ ਥੱਲੇ ਸਮਝਦੇ ਆ। ਉਹ ਕਹਿੰਦੇ ਮੈਂ ਕਿਉਂ ਇੱਦਾਂ ਦਾ ਯਾਰ ਗੀਤ ਲਿਖਾਂ, ਤੇ ਜਦੋਂ ਕਿ ਮਾਨ ਸਾਹਿਬ ਨੇ ਇਸ ਚੀਜ਼ ਨੂੰ ਇੰਨੇ ਮਾਣ ਨਾਲ ਲਿਖਿਆ ਤਾਂ ਹੀ ਉਹ ਚੀਜ਼ਾਂ ਉਹਨਾਂ ਦੇ ਵਿੱਚੋਂ ਉਹ ਸੋਨਾ ਬਣੀਆਂ, ਕਿਉਂਕਿ ਉਸ ਬੰਦੇ ਨੇ ਲਿਖੀਆਂ ਜਿਹੜਾ ਸੋਨੇ ਦਾ ਕੰਮ ਕਰਦਾ ਸੀ ਸ਼ਾਇਰੀ 'ਚ। ਅਸਲ 'ਚ ਜਿਹੜੀ ਗੱਲ ਅੱਜ ਦੀ ਮੇਰੀ ਜਨਰੇਸ਼ਨ ਜਾਂ ਮੇਰੇ ਤੋਂ ਅਗਲਿਆਂ ਦੀ ਜਿਹੜੀ ਇੱਕ ਜਨਰੇਸ਼ਨ ਹੈਗੀ, ਇਹਨਾਂ ਨੂੰ ਨਾ ਗੀਤ ਨਾਲ ਜੁੜ ਕੇ ਸ਼ਰਮ ਆਉਂਦੀ ਹੈ, ਮਾਫ ਕਰਨਾ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਤਰਸ ਗਿਆ ਕਿ ਸਾਡੀ ਜਨਰੇਸ਼ਨ ਦੇ ਸ਼ਾਇਰਾਂ ਦੀ ਗੀਤਾਂ ਦੀ ਕਿਤਾਬ ਲੱਭ ਜਾਵੇ ਮੈਨੂੰ। ਅੱਛਾ ਜਦੋਂ ਮੈਂ ਆਪਣੀ ਪਹਿਲੀ ਕਿਤਾਬ ਛਾਪੀ ਗੀਤਾਂ ਦੀ ਫੁੱਲਾਂ ਦੀ ਚਾਂਜਰ 2005 ਦੇ ਵਿੱਚ, ਹਾਂਜੀ, ਤੇ ਮੈਨੂੰ ਕਈਆਂ ਨੇ ਕਿਹਾ ਵੀ ਤੂੰ ਕਿੱਧਰ ਤੁਰ ਪਿਆ, ਹਾਂ ਇਹ ਕੀ ਕਰਨ ਲੱਗੇ ਆ? ਹਾਂ ਮੈਂ ਕਿਹਾ ਯਾਰ ਗੱਲ ਸੁਣੋ, ਗੀਤ ਸ਼ਾਇਰੀ ਦਾ ਉਹ ਹਿੱਸਾ ਹੈ ਜਿਹੜਾ ਗਲੂਕੋਜ਼ ਵਾਂਗੂ ਸਿੱਧਾ ਤੁਹਾਡੇ ਇੰਟਰਵੀਨਸ ਤੁਹਾਡੇ ਕਰਦਾ ਜਾ ਕੇ, ਟੀਕੇ ਵਾਂਗੂ ਅਸਰ ਕਰਦਾ ਜਾ ਕੇ। ਹਾਂਜੀ ਰੂਹ ਦੇ ਸਭ ਤੋਂ ਨੇੜੇ ਗੀਤ ਹੈ ਸਾਡਾ। ਹਾਂਜੀ ਜਦੋਂ ਫਿਰ ਹੁਣ ਪਿਛਲੇ ਸਾਲ ਮੈਂ ਕਿਤਾਬ ਆਪਣੀ ਛਾਪੀ, ਉਹਦਾ ਨਾਂ ਹੈਗਾ ਰਫਤੜ ਉੱਪਰ ਪੇਪਰ ਪੱਤੀਆਂ, ਹਾਂਜੀ, ਉਦੋਂ ਫਿਰ ਮੈਨੂੰ ਇੱਕ ਬੰਦੇ ਨੇ ਸਵਾਲ ਇਹੀ ਕੀਤਾ। ਮੈਂ ਕਿਹਾ ਯਾਰ ਵੇਖੋ ਮੈਂ ਤੈਨੂੰ ਸ਼ਾਇਰੀ ਮਨ ਦਾ ਜਿਹੜਾ ਆਜ਼ਾਦ ਨਜ਼ਮ ਨਹੀਂ ਲਿਖ ਸਕਦਾ, ਹਾਂਜੀ, ਗਜ਼ਲ ਨਹੀਂ ਲਿਖ ਸਕਦਾ, ਬੈਤ ਨਹੀਂ ਲਿਖ ਸਕਦਾ, ਹਾਂਜੀ, ਰੁਬਾਈ ਨਹੀਂ ਲਿਖ ਸਕਦਾ, ਗੀਤ ਨਹੀਂ ਲਿਖ ਸਕਦਾ, ਹਾਂ ਲੰਮੀ ਨਜ਼ਮ ਨਹੀਂ ਲਿਖ ਸਕਦਾ, ਇਹ ਤਾਂ ਮੈਨੂੰ ਸਮਰੱਥਾ ਕਿਤੇ ਨਾ ਕਿਤੇ ਕਾਣ ਹੈ, ਕਾਣ ਆ, ਤੇ ਇਹ ਸਾਰਾ ਕੁਛ ਮੈਂ ਤਾਂ ਕਰਨਾ ਬਾਈ, ਮੈਨੂੰ ਤਾਂ ਰੋਕ ਨਹੀਂ ਸਕਦਾ ਕੋਈ, ਇਸੇ ਕਰਕੇ ਮੇਰੀਆਂ ਰੁਬਾਈਆਂ ਦੀਆਂ ਦੋ ਕਿਤਾਬਾਂ ਛਪੀਆਂ ਨੇ। ਹਾਂਜੀ 17 ਚ ਮੇਰੀ ਪਹਿਲੀ ਸਧੂਰਤਾ ਨਹੀਂ ਆਈ, ਬਾਅਦ ਚ ਫਿਰ ਮੇਰੀ ਕਿਤਾਬ ਆਈ ਆ ਪਿਛਲੇ ਸਾਲ ਜਲਕਣ। ਹਾਂਜੀ ਜਦੋਂ 1978 ਵਿੱਚ ਮੋਹਨ ਸਿੰਘ ਮੇਲਾ ਸ਼ੁਰੂ ਕੀਤਾ ਨਾ ਅਸੀਂ, ਜਸਵੰਤ ਸਾਹਿਬ ਕਹਿਣ ਲੱਗੇ ਕਹਿੰਦੇ ਕਿ ਮੈਂ ਉਦੋਂ ਕਾਮਯਾਬ ਹੋਵਾਂਗਾ ਜਦੋਂ ਮੈਂ ਸ਼ੇਰ ਤੇ ਬੱਕਰੀ ਦੇ ਘੱਟ ਪਾਣੀ ਪਿਆਵਾਂਗਾ। ਮੈਂ ਕਿਹਾ ਜਸਵੰਤ ਸਾਹਿਬ ਇਹਦਾ ਕੀ ਮਤਲਬ? ਕਹਿੰਦੇ ਦਾ ਮਤਲਬ ਇਹ ਆ ਕਿ ਜਿੱਦਣ ਕੁਲਦੀਪ ਮਾਣਕ ਮੋਹਨ ਸਿੰਘ ਦਾ ਕਲਾਮ ਗਾਏਗਾ, ਮੁਹੰਮਦ ਸਦੀਕ ਗਾਏਗਾ, ਜਿਸ ਦਿਨ ਸਵਰਲਤਾ ਗਾਏਗੀ, ਜਿਸ ਦਿਨ ਦਿਲਦਰ ਬੀਬਾ ਗਾਏਗੀ, ਔਰ ਉਹ ਦਿਨ ਆ ਗਿਆ 1985 ਚ ਜਦੋਂ ਅਸੀਂ ਪਹਿਲਾ ਕੈਸੇਟ ਬਣਾਇਆ ਨਾਗ ਪੰਜਾਬ ਦਾ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ, ਤੇ ਉਹਦੀ ਕਮੈਂਟਰੀ ਸੁਦੀਪ ਪਾਤਰ ਜੀ ਨੇ ਕੀਤੀ। ਹਾਂਜੀ ਔਰ ਉਹਦੇ ਚ ਗਾਇਆ ਕਿਹੜੇ ਲੋਕਾਂ ਨੇ? ਉਹਦੇ ਚ ਦੀਦਾਰ ਸੰਧੂ ਨੇ ਗਾਇਆ, ਹਾਂਜੀ, ਘੋੜੀ ਤੇਰੀ ਦੇ ਗੱਲ ਚਾਂਦੀ ਦੇ ਗੁਰੂ ਸਾਡੀਆਂ ਸੁੱਥਣਾਂ ਨੂੰ ਪਕੜਾ ਵੇ, ਉਹਦੇ ਚ ਸਾਡੇ ਵੀਰ ਦੀਦਾਰ ਸੰਧੂ ਨੇ ਗਾਇਆ, ਨਾਲ ਮੁਹੰਮਦ ਸਦੀਕ ਸਾਹਿਬ ਨੇ ਗਾਇਆ, ਹਾਂਜੀ, ਕੁਲਦੀਪ ਮਾਲਕ ਨੇ ਗਾਇਆ ਸਿੱਖੀ ਦਾ ਬੂਟਾ, ਹਾਂਜੀ, ਅੱਛਾ ਰਣਜੀਤ ਕੌਰ ਨੇ ਗਾਇਆ ਨੀ ਅੱਜ ਗਾਇਆ ਸਾਡੇ ਵਿਹੜੇ, ਹਾਂਜੀ, ਉਦੋਂ ਬਾਅਦ ਚ ਫਿਰ ਇੱਕ ਹੋਰ ਕੈਸੇਟ ਬਣਾਇਆ ਅਸੀਂ
ਅਗਲੇ ਸਾਲ ਹੀ ਸੁਪਨੈਨ ਦੀ ਆਵਾਜ਼ ਚ ਪਹਿਲਾ ਇਸ਼ਕ ਦਾ। ਹਾਂਜੀ, ਉਸ ਤੋਂ ਅਗਲੇ ਸਾਲ ਫਿਰ ਅਸੀਂ ਨਰਿੰਦਰ ਬੀਬਾ ਜੀ ਦੀ ਆਵਾਜ਼ ਚ ਮੈਂ ਛੇਣੀ ਪੰਜ ਦਰਿਆ ਦੀ ਅਸੀਂ ਰਿਕਾਰਡ ਕੀਤਾ ਗੋਲਦਿਆਂ ਚ। ਫਿਰ ਉਹਦੇ ਵਿੱਚ ਹੀ ਅਸੀਂ ਅਗਲੇ ਸਾਲ ਚਰਨ ਸਿੰਘ ਆਲਮਗੀਰ ਢਾਡੀ ਉਹਦੀ ਆਵਾਜ਼ ਚ ਅਸੀਂ ਚੰਡੀ ਗੋਬਿੰਦ ਸਿੰਘ ਦੀ ਰਿਕਾਰਡ ਕੀਤਾ। ਹਾਂਜੀ ਹਾਂ। ਉਸ ਤੋਂ ਅਗਲੇ ਸਾਲ ਫਿਰ ਇਹ ਮੁੰਡੇ ਜਰਗ ਵਾਲੇ ਹੁੰਦੇ ਸੀ, ਹਰਦੇਵ ਸਿੰਘ ਜਰਗ, ਨਵਜੋਤ ਜਰਗ, ਇਹਨਾਂ ਨੇ ਪੂਰਾ ਨਾਰਕਾਇਣ ਨੂੰ ਰਿਕਾਰਡ ਕੀਤਾ। ਹਾਂਜੀ। ਸੋ ਈਵਨ ਹਰਭਜਨ ਮਾਨ, ਸਰਦੂਲ ਸਿਕੰਦਰ, ਦਿਲਸ਼ਾਦ ਨੇ ਸ਼ਾਇਦ ਗਾਇਕ ਨੇ ਗਾਇਆ, ਉਹਦੇ ਚ ਇਹਨੇ ਗਾਇਆ, ਅਮਰਤਾ ਦੀਪਕ ਨੇ ਗਾਇਆ। ਹਾਂਜੀ। ਗਮਦੂਰ ਅਮਨ ਨੇ ਗਾਇਆ ਮੋਹਨ ਸਿੰਘ ਨੂੰ। ਭਾਸ਼ਾ ਚ ਨਵੇਂ ਸ਼ਬਦ ਆਉਂਦੇ ਆ, ਇੱਥੋਂ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਗੱਲ ਇਹ ਆ ਕਿ ਨਵੇਂ ਸ਼ਬਦ ਆਉਂਦੇ ਆ, ਨਵੀਆਂ ਜਨਰੇਸ਼ਨਾਂ ਆਉਣੀਆਂ, ਨਵੀਆਂ ਪੀੜ੍ਹੀਆਂ ਆਉਣੀਆਂ, ਪਰ ਆਪਾਂ ਜੋ ਕੁਛ ਹੋ ਚੁੱਕਾ ਉਹ ਸਾਰੇ ਨੂੰ ਤਾਂ ਨਹੀਂ ਸਿੱਖ ਸਕਦੇ, ਸਾਰੇ ਨੂੰ ਤਾਂ ਨਾਲ ਲੈ ਕੇ ਨਹੀਂ ਤੁਰ ਸਕਦੇ, ਪਰ ਸਾਡੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ। ਇੱਕ ਗੱਲ ਕਦੇ ਨਾ ਵਿਸਾਰਨੀ ਮੇਰੇ ਵੀਰ ਪਿਆਰੇ ਸੰਤਾਰ, ਤੇਰੇ ਰਾਹੀਂ ਗੱਲ ਦੁਨੀਆ ਜਾਵੇ, ਕਿ ਮਾਂ ਬੋਲੀ ਕੱਲੀ ਸੰਚਾਰ ਦੀ ਭਾਸ਼ਾ ਨਹੀਂ ਹੈ। ਹਾਂ, ਇਹ ਗਿਆਨ ਪੋਟਲੀ ਹੈ ਜਿਹੜੀ ਇੱਕ ਪੁਸ਼ਤ ਨੇ ਦੂਸਰੀ ਪੁਸ਼ਤ ਨੂੰ ਜਾ ਕੇ ਦੇਣੀ ਹੁੰਦੀ ਹੈ। ਦੇਣੀ ਆ। ਹਾਂਜੀ। ਜੇ ਉਹ ਪੋਟਲੀ ਦੇ ਵਿੱਚ ਅਸੀਂ ਖਿਆਨਤ ਕਰ ਗਏ, ਭਾਵ ਬੱਚੇ ਆਪਣੇ ਨੂੰ ਅਸੀਂ ਆਪਣੀ ਜ਼ਬਾਨ ਹੀ ਨਹੀਂ ਦੇ ਰਹੇ। ਹਾਂਜੀ। ਜਿਹੜੀ ਧਰਤੀ ਦੀ ਜ਼ਬਾਨ ਹੈ, ਲੋਕ ਮਰਿਆਦਾ ਦੀ ਜ਼ਬਾਨ ਹੈ, ਜਿਹ ਚ ਰੋਣਾ ਆਉਂਦਾ, ਹੱਸਣਾ ਆਉਂਦਾ, ਲੋਰੀਆਂ ਆਉਂਦੀਆਂ, ਸੁਹਾਗ ਆਉਂਦੇ, ਘੋੜੀਆਂ ਆਉਂਦੇ ਨੇ, ਥਾਪੜਾ ਦੇਣਾ ਆਉਂਦਾ, ਸ਼ਲਾਘਾ ਕਰਨੀ ਆਉਂਦੀ ਹੈ, ਸਿਰ ਪਰੋਸਣਾ ਆਉਂਦਾ, ਉਹ ਇੱਕ ਮੁਕੰਮਲ ਪੈਕੇਜ ਹੈ ਜੀਵਨ ਵਿਹਾਰ ਦੀ। ਹਾਂਜੀ। ਉਹ ਮਾਂ ਬੋਲੀ ਚ ਜਾਏਗੀ, ਉਹਦੇ ਵਿੱਚ ਹੀ ਵਾਰਸ ਆਉਂਦਾ, ਉਹਦੇ ਚ ਹਾਸ਼ਮ ਆਉਂਦਾ, ਉਹਦੇ ਚ ਹੀ ਬਾਬਾ ਫਰੀਦ ਆਉਂਦਾ, ਉਹਦੇ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ, ਉਹਦੇ ਚ ਸਾਰਾ ਸਾਡਾ ਧਰਮ ਸ਼ਾਸਤਰ ਆਉਂਦਾ, ਉਹਦੇ ਚ ਸੂਫੀ ਧਾਰਾ ਆਉਂਦੀ ਹੈ, ਉਹਦੇ ਚ ਸਾਡੇ ਵੇਦ ਗ੍ਰੰਥ ਆਉਂਦੇ ਨੇ। ਹਾਂਜੀ। ਸੋ ਮੁਕੰਮਲ ਪੈਕੇਜ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਨਾਂ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੈ। ਬਿਲਕੁਲ। ਜੇ ਅਸੀਂ ਉਸ ਚੋਂ ਕੁਛ ਵੀ ਚੀਜ਼ ਲੁਕਾਉਂਦੇ ਹਾਂ ਤਾਂ ਅਸੀਂ ਆਪਣੇ ਔਲਾਦ ਦੇ ਚੋਰ ਹਾਂ। ਹਾਂਜੀ। ਕੁਛ ਵੀ ਜੇ ਨਹੀਂ ਦਿੰਦੇ ਅਸੀਂ ਪਤਿਆਨਦਾਰ ਹਾਂ, ਅਸੀਂ ਦਿਆਨਤਦਾਰ ਨਹੀਂ। ਹਾਂਜੀ। ਬਹੁਤ ਚੰਗਾ ਲੱਗਿਆ ਅੱਜ ਤੇਰੇ ਨਾਲ ਵੀਰੇ ਗੱਲਾਂ ਕਰਨੀਆਂ, ਖਾਸ ਕਰਕੇ ਜਿਵੇਂ ਨਾ ਉਹ ਪਹਿਲੀਆਂ ਕਣੀਆਂ ਪੈਂਦੀਆਂ ਨੇ ਨਾ ਧਰਤੀ ਤੇ, ਜਦੋਂ ਤਪੀ ਹੋਈ ਧਰਤੀ ਹੁੰਦੀ ਹੈ। ਹਾਂਜੀ। ਕੁਛ ਉਸ ਤਰ੍ਹਾਂ ਦਾ ਚੰਗਾ ਲੱਗ ਰਿਹਾ ਇਸ ਵੇਲੇ, ਸੌਂਦੀ ਸੌਂਦੀ ਮਹਿਕ ਜਿਵੇਂ ਆਉਂਦੀ ਮਿੱਟੀ ਚੋਂ। ਹਾਂਜੀ ਹਾਂਜੀ। ਗੋਰੀ ਗੋਰੀ ਸੌਂਦੀ ਧਰਤੀ, ਕਾਰੇ ਕਾਰੇ ਬੀਜ, ਬੱਦਰਾ ਪਾਣੀ ਦੇ। ਐਗਜੈਕਟਲੀ ਐਗਜੈਕਟਲੀ। ਤੇ ਮਹਾਰਾਜ ਬਹੁਤ ਬਹੁਤ ਧੰਨਵਾਦ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ। ਮੈਂ ਅਖੀਰ ਚ ਪ੍ਰਗਟ ਦਾ ਗੀਤ ਹੈ ਬੜਾ ਪਿਆਰਾ, ਇੱਕ ਹਰਮਨ ਨੇ ਗਾਇਆ ਹੋਇਆ। ਮੈਨੂੰ ਕੁਛ ਗੀਤ ਲੜ ਜਾਂਦੇ ਨੇ, ਉਹ ਗੀਤ ਲੜਿਆ ਹੋਇਆ ਮੇਰੇ ਬੜੇ ਚਿਰ ਦਾ। ਹਾਂਜੀ। ਕਿ ਜਿਹੜੇ ਵੇਲੇ ਕਣਕਾਂ ਨੂੰ ਪਹਿਲਾਂ ਪਾਣੀ ਲਾਉਣ ਜੱਟ, ਹਾਂਜੀ, ਤੋਰੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ, ਹਾਂਜੀ, ਉਸ ਰੁੱਤੇ ਸੱਜਣ ਮਲਾ ਦੇ ਰੱਬਾ ਮੇਰਿਆ, ਸਾਰੀ ਹੀ ਉਮਰ ਤੇਰਾ ਤਾਰੀ ਜਾਉ ਫੁੱਲ ਵੇ। ਵਾਹ ਜੀ ਵਾਹ। ਮੈਨੂੰ ਲੱਗਦਾ ਵੀ ਉਸ ਫੀਲਿੰਗ ਦਾ ਅੱਜ ਅਹਿਸਾਸ ਮੈਨੂੰ ਹੋ ਰਿਹਾ ਕਿ ਇਹ ਕਣਕਾਂ ਤਾਂ ਨਿਸਰੀਆਂ ਨੇ, ਹਾਂਜੀ, ਤੇ ਤੋਰੀਏ ਨੂੰ ਵੀ ਫੁੱਲ ਇਸ ਵੇਲੇ ਫਿੱਕੇ ਪੈ ਰਹੇ ਨੇ, ਮੱਧਮ ਵੀ ਪੈ ਰਹੇ ਨੇ, ਝੜ ਵੀ ਰਹੇ ਨੇ, ਹਾਂਜੀ, ਫਲੀਆਂ ਚ ਦਾਣੇ ਭਰਨਗੇ ਆਸਾਂ ਉਮੀਦਾਂ ਦੇ। ਸੋ ਮੈਂ ਆਸ ਵੀ ਕਰਦਾ, ਅਰਦਾਸ ਵੀ ਕਰਦਾ ਕਿ ਪਰਮਾਤਮਾ ਤੁਹਾਡੇ ਇਸ ਪੋਡਕਾਸਟ ਨੂੰ ਨਿਤ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵੇ ਨਾਲ ਦੀ ਨਾਲ। ਹਾਂਜੀ। ਇੱਕ ਥਾਪੜਾ ਤੇ ਇੱਕ ਆਸ਼ੀਰਵਾਦ ਕਹਿ ਲਿਆ, ਮੈਂ ਤੈਨੂੰ ਵੱਡਾ ਪਹਿਲਾਂ ਜੰਮਿਆ ਹੋਣ ਦਾ ਫਾਇਦਾ ਹੋਣ ਲੱਗਿਆ ਕਿ ਯਾਰ ਤੁਸੀਂ ਤਿੰਨੇ ਭਰਾ ਇੰਨਾ ਲਿਟਰੇਚਰ ਪੜ੍ਹਦੇ ਹੋ, ਇੰਨਾ ਕਲਾਸੀਕਲ ਮਿਊਜ਼ਿਕ ਦੀ ਗੱਲ ਕਰਦੇ ਹੋ, ਤੇ ਗਾਂਹ ਤੋਂ ਗਾਂਹ, ਗਾਂਹ ਤੋਂ ਗਾਂਹ, ਗਾਂਹ ਤੋਂ ਗਾਂਹ, ਤੁਸੀਂ ਨਿਕਲੀ ਤੁਰੇ ਜਾਂਦੇ ਹੋ, ਨਿਕਲੀ ਤੁਰੇ ਜਾਂਦੇ ਹੋ, ਜਦੋਂ ਸ਼ਬਦ ਨੂੰ ਤੁਸੀਂ ਸੰਚਾਰਿਤ ਕਰਦੇ ਹੋ ਤਾਂ ਜੇ ਮਨਮੋਹਨ ਮੈਨੂੰ ਚੰਗਾ ਲੱਗਦਾ ਤੇ ਕਮਲ ਹੀਰ ਮੇਰੇ ਮੁੰਡੇ ਨੂੰ ਮੇਰੇ ਨਾਲ ਬਹੁਤ ਚੰਗਾ ਲੱਗਦਾ। ਹਾਂਜੀ। ਇਹ ਉਸ ਪੁਰਖੇ ਦੀ, ਬਾਬਲ ਦੀ ਵੀ ਤੇ ਉਸਤਾਦ ਦੀ ਵੀ, ਹਾਂਜੀ, ਬੜੀ ਵੱਡੀ ਰਹਿਮਤ ਹੈ ਤੁਹਾਡੇ ਤੇ ਉਹਨਾਂ ਦੇ। ਪਰਮਾਤਮਾ ਕਰੇ ਕਿ ਧਰਤੀ ਦੇ ਹਰ ਪੁੱਤਰ ਤੇ ਇਸ ਕਿਸਮ ਦੀ ਰਹਿਮਤ ਵਰਸੇ ਤਾਂ ਕਿ ਕੁਛ ਤਾਂ ਉਸ ਤੋਂ ਆਨੰਦਿਤ ਹੋ ਸਕਣ। ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ। ਅਸੀਂ ਹਰ ਹਫ਼ਤੇ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ। ਜੇ ਤੁਹਾਨੂੰ ਪੰਜਾਬੀ ਪੋਡਕਾਸਟ ਵਧੀਆ ਲੱਗਦੀ ਹੈ ਤਾਂ ਇਹਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਇਹਨੂੰ ਸ਼ੇਅਰ ਕਰਿਆ ਕਰੋ। ਅਗਲੇ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ।
तद तक लिए मैं आग्ञा दो संगतार वालों सबनों बहुत बहुत प्यार भरी सत श्री अकाल।